ਆਪਾਂ ਅੱਜ ਦੇਖਿਆ ਤੁਹਾਡੇ ਘਰ ਆਏ ਹਾਂ, ਤੁਹਾਡੇ ਘਰ ਦਾ ਮਾਹੌਲ ਦੇਖਿਆ, ਘਰ ਦੇ ਬਾਹਰ ਆਪਾਂ ਦੇਖਿਆ ਕਿ ਬੜਾ ਤੁਸੀਂ ਇੱਕ 2 ਕਿੱਲਿਆਂ ਦੇ ਵਿੱਚ ਜੰਗਲ ਹੀ ਲਾਈ ਬੈਠੇ ਹੋ। ਜਿਹੜਾ ਜੀਵਨ ਹੈ ਹਾਂਜੀ ਉਹ ਪੈਸੇ ਨਾਲ ਨਹੀਂ ਗਾ, ਹਾਂ ਕੁਦਰਤ ਨਾਲ ਜੁੜ ਕੇ ਜੀਵਨ ਸਾਡਾ ਬਿਲਕੁਲ ਬਣਦਾ ਹੈਗਾ। ਬਾਕੀ ਜਿਹੜੀਆਂ ਜੂਨਾਂ ਜਾਂ ਹੋਰ ਜੀਵ ਜੰਤੂ ਆ ਉਹਨਾਂ ਨੇ ਕੁਛ ਨਹੀਂ ਉਜਾੜਿਆ, ਪਰ ਬੰਦੇ ਨੇ ਕੁਦਰਤ ਨੂੰ ਉਜਾੜਨ ਵਿੱਚ ਸਭ ਤੋਂ ਵੱਡਾ ਜੀਵਨ। ਜੀਵਨ ਸਲੋ ਸੀ, ਲੋੜਾਂ ਥੋੜੀਆਂ ਸੀ, ਲੋਕ ਸਿੰਪਲ ਸੀ, ਪਰ ਉਹ ਦਿਲ ਦੇ ਬੜੇ ਸਾਫ ਸੀ, ਸੱਚੇ ਸੀ, ਸੁੱਚੇ ਸੀ, ਤੇ ਉਹਨਾਂ ਨੂੰ ਸੰਤੋਖ ਸੀ, ਸਬਰ ਸੀ। ਹੁਣ ਜਿਹੜਾ ਪੈਸੇ ਦੀ ਦੌੜ ਆ ਗਈ ਹੈ, ਪੈਸੇ ਦੀ ਦੌੜ ਦੇ ਵਿੱਚ ਲੋਕਾਂ ਨੇ ਪੈਸਾ ਹੀ ਪਿਓ ਹੈ, ਪੈਸਾ ਹੀ ਪੁੱਤ ਹੈ, ਪੈਸਾ ਹੀ ਚਾਚਾ, ਪੈਸਾ ਹੀ ਤਾਇਆ। ਜੇ ਕੋਈ ਲੋੜ ਪੂਰੀ ਕਰਦਾ ਤਾਂ ਤੁਹਾਡਾ ਉਹ ਰਿਸ਼ਤੇਦਾਰ ਹੈ, ਜੇ ਨਹੀਂ ਲੋੜ ਪੂਰਾ ਕਰਦਾ ਤਾਂ ਤੁਹਾਡਾ ਉਹ ਦੁਸ਼ਮਣ ਹੈ। ਨੁਕਸਾਨ ਵੀ ਬਹੁਤ ਕਰਾਇਆ ਸੀ, ਸਿਹਤ ਪੱਖੋਂ ਨੁਕਸਾਨ ਕਰਾ ਰਹੇ ਹਾਂ। ਅਸੀਂ ਸਾਡੀ ਖੇਤੀ ਸੀ ਅੱਗੇ ਆਰਗੈਨਿਕ, ਹਾਂਜੀ ਦੇਸੀ ਸੀ, ਕੁਦਰਤ ਦੇ ਮੀਂਹ 'ਤੇ ਡਿਪੈਂਡ ਕਰਦੀ ਸੀ, ਲੋਕ ਹੱਡ ਭੰਨਵੀਂ ਮਿਹਨਤ ਕਰਦੇ ਸੀ ਜੀ, ਉਹ ਥੋੜ੍ਹੇ ਜਿਹੀ ਉਹਨਾਂ ਨੂੰ ਸਬਰ ਆਉਂਦਾ ਸੀ, ਸੰਤੋਖ ਆਉਂਦਾ ਸੀ, ਉਸ 'ਚ ਵਿਆਹ ਹੋ ਜਾਂਦਾ ਸੀ ਅਤੇ ਮਗਰੋਂ ਵਿਆਹ ਤੋਂ ਜਦੋਂ ਤੁਰਦਾ ਸੀ ਉਹ ਨਿਉਂਦਾ ਪਾ ਦਿੰਦੇ ਸੀ ਜੀ। ਹੁਣ ਜੇ ਅਸੀਂ 10 ਲੱਖ ਤਾਂ ਪੱਕਾਂ ਦੇ ਪੈਲਸ ਦਾ ਖਰਚਾ ਹੀ ਹੋ ਗਿਆ, ਅਤੇ ਹੁਣ ਜਿਹੜਾ ਵਿਆਹ ਹੈ ਜਿਹੜਾ 20 ਕਿੱਲਿਆਂ ਵਾਲਾ ਵਿਆਹ ਉਹ 50 ਲੱਖ ਤੋਂ ਘੱਟ ਨਹੀਂ ਹੁੰਦਾ। ਪੰਜਾਬ ਦਾ ਟੋਟਲੀ ਜਿਹੜਾ ਸਿਸਟਮ ਚੇਂਜ ਹੋ ਗਿਆ। ਹੁਣ ਵੀ ਤੁਸੀਂ ਜਿੰਮਾਂ 'ਚ ਜਾਂਦੇ ਹਾਂ, ਕਮਰੇ ਖਾਲਾ ਨਹੀਂ, ਤੁਸੀਂ ਸਵਾਰੀ ਦਾ ਵੱਟ ਨਹੀਂ ਸਵਾਰੀ ਦੀ, ਉੱਥੇ ਕਿੰਨਾ ਪੱਠੇ ਵੱਢ ਲਓ। ਸੋਚ ਇੱਦਾਂ ਦੀ ਬਣ ਗਈ ਕਿ ਮੰਨ ਲਓ ਬੰਦੇ ਦੀ ਕੁਆਲਿਟੀ ਨਹੀਂ ਦੇਖੀ ਜਾਂਦੀ, ਉਹਦਾ ਸ਼ੋਸ਼ਾ, ਉਹਦੀ ਕੋਠੀ, ਉਹਦੀਆਂ ਗੱਡੀਆਂ, ਉਹਦੀ ਮੰਨ ਲਓ ਇਹ ਚੀਜ਼ਾਂ ਦੇ। ਮੁਲਕ ਤਾਂ ਆਤਮ ਨਿਰਭਰ ਹੋ ਗਿਆ, ਹਾਂ ਪੈਸਾ ਕਮਾ ਲਿਆ, ਪੈਸਾ ਵੀ ਕਮਾਇਆ ਗਿਆ, ਪਰ ਜਿਹੜਾ ਪੰਜਾਬ ਕੰਗਾਲ ਹੋ ਗਿਆ, ਪੰਜਾਬ ਉੱਜੜ ਗਿਆ, ਲੋਕਾਂ ਦੇ ਬੋਡੀ ਦੇ ਵਿੱਚ ਜਿਹੜੀ ਉਹ ਰੇਹ ਸਪਰੇਅ ਐਂਟਰ ਕਰਦੀ। ਜਿੱਥੋਂ ਤੱਕ ਮੈਂ ਡੇਟੇ ਲਏ ਕਿਸੇ ਨੇ ਜੀ, ਕਹਿੰਦੇ ਵੀ ਸਾਡਾ 3600 ਕਰੋੜ ਰੁਪਈਆ ਇਕੱਲੇ ਕੈਂਸਰ ਤੇ ਲੱਗਦਾ। ਤੇ ਤੁਸੀਂ ਕਹਿੰਦੇ ਇੱਕ ਬੱਚਾ ਸੀ, ਇੱਕ ਬੇਟਾ ਹੋਣ ਦੇ ਕਾਰਨ ਮੰਨ ਲਓ ਉਹ ਬਾਹਰ ਜਾਣ ਵਾਲੀ ਜੈਦ ਹੋ ਗਈ, ਉੱਧਰ ਚੱਲ ਗਿਆ, ਤੇ ਅੱਜ ਤੁਸੀਂ ਇਕੱਲੇ ਏਡੀ ਵੱਡੀ ਕੋਠੀ 'ਚ ਜਾਂ ਘਰ 'ਚ ਬੈਠੇ ਆ, ਹਨਾ। ਮੰਨ ਲਓ ਇਹ ਕਹਾਣੀ ਇੱਕ ਆਮ ਘਰ ਦੀ ਨਹੀਂ ਹੈ, ਸਾਰੇ ਪੰਜਾਬ ਦੀ ਕਹਾਣੀ, ਪੂਰੇ ਪੰਜਾਬ ਦੀ ਕਹਾਣੀ। ਮੰਨ ਲਓ ਆਪਣੇ ਵਾਲੇ ਜਿੱਧਰ ਨੂੰ ਤੁਰ ਪੈਂਦੇ ਆ, ਮੰਨ ਲਓ ਪਿੱਛੇ ਦੇ ਪਿੱਛੇ, ਹਾਂਜੀ ਮੱਛੀ ਅਗਲਾ ਪਤਮ ਚੱਟ ਕੇ ਮੁੜਦੀ ਆ। ਹੁਣ ਜਦੋਂ ਬੁੱਲਾਂ ਤੇ ਵੱਜੀਆਂ ਨਾ ਉੱਥੇ, ਇਕਨਮੀ ਡਾਊਨ ਹੋ ਗਈ, ਹਾਂਜੀ, ਤੇ ਉਹਨਾਂ ਦੇ ਘਰ ਮਹਿੰਗੇ ਹੋ ਗਏ, ਰੋਟੀ ਹੋਣੀ ਚਾਹੀਦੀ, ਕੱਪੜਾ ਹੋਣਾ ਚਾਹੀਦਾ, ਚਲੋ ਰਹਿਣ ਲਈ ਥੋੜੀਆਂ ਪੂਰੀਆਂ ਹੋਣ, ਹਾਂਜੀ, ਫਿਰ ਥੋੜੀਆਂ ਲੋੜ ਮੁਤਾਬਕ ਖਰਚੇ। ਜੇ ਕੁਦਰਤ ਨਾਲ ਜੁੜੋਗੇ ਤਾਂ ਆਤਮ ਨਿਰਭਰ ਬਣੋਗੇ, ਆਤਮ ਨਿਰਭਰ ਬਣੋਗੇ ਤਾਂ ਆਤਮ ਵਿਸ਼ਵਾਸ ਆਊਗਾ, ਆਤਮ ਵਿਸ਼ਵਾਸ ਆਊਗਾ ਤੁਸੀਂ ਦੁਨੀਆ ਤੇ ਰਾਜ ਕਰੋਗੇ। ਬਿਲਕੁਲ ਪੁੱਛਣਾ ਤੁਹਾਡੇ ਕੋਲੋਂ ਮੈਂ, ਹਾਂਜੀ, 64 ਪੈਂਟ ਕਰੋੜ ਲੀਟਰ ਰੋਜ਼ ਦਾ ਦੁੱਧ ਦੀ ਖਪਤ ਹੈ, ਹਾਂਜੀ, ਤੇ ਖਰਚ ਹੁੰਦਾ ਆਪਣਾ ਪੈਦਾ ਹੁੰਦਾ ਪੰਜਾਬ 'ਚ 15 ਕਰੋੜ ਲੀਟਰ, ਇਹ ਜਿਹੜਾ ਬਿਜਲਾ ਜਿਹੜਾ ਉਹ ਗੈਪ ਹੈ ਉਹ ਕਿੱਥੋਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪ੍ਰਗਟ ਸਿੰਘ ਮੋਦਕੀ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਸਾਡੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਿਹੜੀ ਪੋਡਕਾਸਟ ਨੂੰ, ਪਿਛਲੀਆਂ ਪੋਡਕਾਸਟਾਂ ਦੇ ਵਿੱਚ ਆਪ ਸਰੋਤਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ, ਸਤਿਕਾਰ ਦਿੱਤਾ। ਅੱਜ ਫਿਰ ਤੋਂ ਨਵੀਂ ਇੱਕ ਪੋਡਕਾਸਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਅੱਜ ਦੀ ਇਸ ਪੋਡਕਾਸਟ ਦੇ ਵਿੱਚ ਜਿਹੜੇ ਚਿਹਰੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ, ਬਹੁਤ ਹੀ ਵਧੀਆ ਇਨਸਾਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣੀ ਪਿੰਡ ਨਾਲ ਜੁੜ ਕੇ ਪੜ੍ਹਾਈ ਲਿਖਾਈ ਦੇ ਵਿੱਚ ਬੜੀਆਂ ਉੱਚੀਆਂ ਮੱਲਾਂ ਮਾਰ ਕੇ ਜਿਉਂਆਂ, ਪਿੰਡ ਨਾਲ ਜੁੜ ਕੇ ਆਮ ਪਰਿਵਾਰ ਤੋਂ ਸ਼ੁਰੂ ਹੋ ਕੇ ਵਾਤਾਵਰਨ ਦੇ ਪ੍ਰੇਮੀ, ਕੁਦਰਤ ਦੇ ਪ੍ਰੇਮੀ, ਮਤਲਬ ਕਿ ਜੋ ਅਸਲ ਵਿੱਚ ਸਾਨੂੰ ਸਮਾਜ ਵਿੱਚ ਵਿਚਰਦਿਆਂ ਜਿੱਦਾਂ ਦਾ ਮਾਹੌਲ ਆਪਣਾ ਸਿਰਜਣਾ ਚਾਹੀਦਾ ਉਸ ਮਾਹੌਲ ਨਾਲ ਜੁੜੇ ਹੋਏ ਨੇ।
ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਗੱਲਬਾਤ ਕਰਨ ਦੇ ਦੌਰਾਨ ਤੁਹਾਨੂੰ ਬਹੁਤ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸਿੱਖਣ ਨੂੰ ਮਿਲਣਗੀਆਂ। ਆਪਣੇ ਘਰ ਪਰਿਵਾਰ ਦੇ ਵਿੱਚ ਕਿੱਦਾਂ ਅਸੀਂ ਵਿਚਰਨਾ, ਕੀ ਮਾਹੌਲ ਆ, ਬੜਾ ਕੁਛ ਸਿੱਖਣ ਨੂੰ ਮਿਲੇਗਾ। ਆਓ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ ਜੀ ਡਾਕਟਰ ਨਿਤਨੇਮ ਜੀ, ਡਾਕਟਰ ਨਿਤਨੇਮ ਸਿੰਘ ਜੀ ਮੁਕਤਸਰ ਦੇ ਵਿੱਚ ਅੱਜ ਆਪਾਂ ਮਿਲਣ ਵਾਸਤੇ ਇਹਨਾਂ ਨੂੰ ਆਏ ਹਾਂ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰਗਟ ਸਿੰਘ ਮੁਦਕੀ ਯੂਟਿਊਬ ਚੈਨਲ ਅਤੇ ਤੁਹਾਡੀ ਸਮੁੱਚੀ ਟੀਮ ਦਾ ਸਵਾਗਤ ਹੈ। ਧੰਨਵਾਦ ਜੀ। ਅਤੇ ਅੱਜ ਡਾਕਟਰ ਸਾਹਿਬ ਗੱਲ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ, ਜਿੱਦਾਂ ਤੁਸੀਂ ਕੁਦਰਤ ਦੇ ਨਾਲ ਜੁੜੇ ਹੋ। ਹਾਂਜੀ, ਮਤਲਬ ਆਪਣੇ ਮੁੱਢ ਤੋਂ ਲੈ ਕੇ, ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਲੈ ਕੇ ਤੁਸੀਂ ਪਿੰਡ ਵਿੱਚ ਹੀ ਰਹੇ ਹੋ, ਪੜ੍ਹਾਈ ਲਿਖਾਈ ਵੀ ਤੁਹਾਡੀ ਬਹੁਤ ਜ਼ਿਆਦਾ ਵਾ, ਅਤੇ ਇਹਦੇ ਤੋਂ ਆਪਾਂ ਸਭ ਤੋਂ ਪਹਿਲਾਂ ਭੂਮਿਕਾ ਤੌਰ 'ਤੇ ਸ਼ੁਰੂਆਤ ਕਰ ਲਈਏ ਕਿ ਤੁਸੀਂ ਬਚਪਨ ਤੋਂ ਹੁਣ ਤੱਕ ਜਿਹੜੀ ਪੜ੍ਹਾਈ ਲਿਖਾਈ ਕਿੱਥੋਂ ਕੁ ਤੱਕ ਕੀਤੀ ਹੋਈ ਹੈ। ਦੇਖੋ ਜੀ, ਮੈਂ ਆਪਣੀ BSc BEd ਤੱਕ ਤਾਂ ਮੇਰਾ ਪਿੰਡ ਪੁਰਾਣਾ ਉਦੇ ਕਰਨਾ ਮੁਕਤਸਰ ਦੇ ਕੋਲ। ਅੱਛਾ, ਉੱਥੇ ਰਹਿ ਕੇ ਕੀਤੀ, ਮੈਂ ਪਿੰਡ 'ਚ ਰਹਿੰਦਾ ਸੀ। ਜੀ ਜੀ। ਅਤੇ MSc PhD ਮੈਂ ਰਾਜਸਥਾਨ 'ਚ ਸਟੇਟ 'ਚ ਕੀਤੀ ਜੀ, ਔਰ ਇਹ ਮੈਂ 1980 ਦੇ ਵਿੱਚ 1980 ਦੇ ਵਿੱਚ ਮੈਂ PhD ਕਰ ਲਈ ਸੀ ਜੀ। ਤਾਂ ਮੇਰੀ PhD ਦਾ ਆਹ ਪੇੜ ਪੌਦਿਆਂ ਦੇ ਉੱਪਰ ਸੀ, ਬੋਟਨੀ ਦੇ ਵਿੱਚ ਮੈਂ ਕੀਤੀ ਜੀ ਜੀ। ਤਾਂ ਇੰਨਾ ਕੁ ਜਿਹੜੀ ਚੀਜ਼ ਹੈ ਕਿ ਇਸ 'ਤੇ ਮੇਰੇ 22 ਸਾਲ ਲੱਗ ਗਏ ਸਾਰੇ 'ਤੇ। ਅੱਛਾ ਜੀ। ਤਾਂ ਉਸ ਤੋਂ ਮਗਰੋਂ ਮੈਂ ਨੌਕਰੀ ਲੱਗਿਆ। ਹਾਂਜੀ, ਨੌਕਰੀ 2 ਸਾਲ ਮੈਂ ਗੌਰਮੈਂਟ ਕਾਲਜ ਰੋਪੜ ਲਾਏ, 2 ਸਾਲ ਮੈਂ ਸੈਂਟ ਸੈਂਟ ਸਰਚ ਕਾਲਜ ਜਗਰਾਓ ਲਾਏ ਲਾਏ ਅਤੇ 1986 'ਚ ਮੇਰੀ ਬਦਲੀ ਮੁਕਤਸਰ ਦੀ ਹੋਈ ਅਤੇ 25 ਸਾਲ ਮੈਂ ਇੱਥੇ ਪੜ੍ਹਾਇਆ। ਠੀਕ। ਉਦੋਂ ਦਾ ਮੈਂ ਇਸੇ ਪਿੰਡ 'ਚ ਨਵਾਂ, ਸਾਡਾ ਨਵਾਂ ਪਿੰਡ ਆ, ਆਪਣਾ ਹੀ ਪਿੰਡ ਸਾਡਾ, ਮੇਰੇ ਪੜਦਾਦੇ ਦੀ ਔਲਾਦ ਹੈ ਨਾਨਕਪੁਰ, ਉਦੋਂ ਦਾ ਮੈਂ ਇੱਥੇ ਹੀ ਰਹਿੰਦਾ ਅਤੇ ਇੱਥੋਂ ਹੀ ਮੈਂ ਅਪ ਡਾਊਨ ਨੌਕਰੀ 'ਚ ਕਰਦਾ ਰਿਹਾ ਮੈਂ ਆਪਦੀ। ਠੀਕ। ਅਤੇ ਟੋਟਲ ਮੇਰੀ ਮਤਲਬ 25-30 ਸਾਲ ਨੌਕਰੀ ਮੈਂ ਟੀਚ ਕਰ ਗਿਆ, ਐਜ ਏ ਪ੍ਰੋਫੈਸਰ, ਐਜ ਏ ਅਸਿਸਟੈਂਟ ਪ੍ਰੋਫੈਸਰ ਵੱਖਰੇ ਵੱਖਰੇ ਕਾਲਜਾਂ 'ਚ। ਠੀਕ ਹੈ ਜੀ। ਅਤੇ ਬੜਾ ਆਨੰਦ ਲਿਆ, ਬੜਾ ਰਿਲੈਕਸ ਲਾਈਫ ਰਹੀ, ਬੜੀ ਬਰੀਫ ਲਾਈਫ ਰਹੀ। ਓਕੇ। ਜਿੱਦਾਂ ਤੁਸੀਂ PhD ਵੀ ਕੀਤੀ ਆ, ਜਾਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਫੈਸਰ ਦੀ ਜੋਬ ਵੀ ਕੀਤੀ, ਹੁਣ ਤੁਹਾਨੂੰ ਅਸੀਂ ਪ੍ਰੋਫੈਸਰ ਕਹੀਏ ਜਾਂ ਡਾਕਟਰ ਸਾਹਿਬ ਕਹੀਏ? ਦੇਖੋ ਜੀ, ਮਤਲਬ ਮੈਂ ਜਿਸ ਤਰ੍ਹਾਂ ਰਹਿੰਦਾ, ਮੈਂ ਨਾ ਤਾਂ ਮੈਂ ਪ੍ਰੋਫੈਸਰ ਲੱਗਦਾ। ਹਾਂਜੀ। ਅਤੇ ਨਾ ਮੈਂ ਡਾਕਟਰ ਲੱਗਦਾ। ਅੱਛਾ ਜੀ। ਮੇਰੇ ਪਹਿਰਾਵੇ ਤੋਂ ਹੀ ਵੇਖ ਲਿਆ ਹੋਣਾ। ਹਾਂਜੀ। ਜੋ ਕੋਈ ਬਹੁਤ ਥੋੜ੍ਹੇ ਬੰਦਿਆਂ ਨੂੰ ਪਤਾ ਹੈ ਵੀ ਬੰਦੇ ਨੇ ਵੀ ਇਹ ਵੀ PhD ਕੀਤੀ ਹੈ, ਅਤੇ ਮੇਰੇ ਪਿੰਡ ਵਾਲੇ ਤਾਂ ਮੈਨੂੰ ਮਤਲਬ ਉਹ ਆਮ ਹੀ ਸਮਝਦੇ ਵੀ ਆਮ ਬੰਦਾ ਹੀ ਹੈ ਜਿਵੇਂ ਅਸੀਂ ਹੈ, ਉਵੇਂ ਉਹ ਜਾਈਏ। ਅੱਛਾ ਜੀ। ਕਿਉਂਕਿ ਮੈਂ ਆਪਣਾ ਪਹਿਰਾਵਾ ਜਾਣ ਕੇ ਉਹਨਾਂ ਵਰਗਾ ਰੱਖਿਆ ਹੋਇਆ ਕਿ ਮੈਨੂੰ ਉਹ ਨਾ ਆਪਣੇ ਤੋਂ ਵੱਖਰਾ ਨਾ ਕਰ ਦੇਣ। ਬਿਲਕੁਲ। ਮੈਂ ਉਹਨਾਂ ਵਰਗਾ ਹੀ ਪਜਾਮਾ ਕੁੜਤਾ ਪਾਉਣਾ, ਜੁੱਤੀ ਸਿੰਪਲ ਪਾਉਣਾ, ਅਤੇ ਉਹਨਾਂ ਵਾਂਗੂ ਹੀ ਮੈਂ ਸਧਾਰਨ ਟਾਕ ਕਰਦਾ, ਖੁੱਲ੍ਹਾ ਡੁੱਲਾ। ਅੱਛਾ ਜੀ। ਉਹ ਮੈਨੂੰ ਇਸ ਤਰੀਕੇ ਦੇ ਨਾਲ, ਉਹ ਮੇਰੇ ਤੋਂ ਕੋਈ ਚੀਜ਼ ਲੁਕਾਉਂਦੇ ਨਹੀਂ, ਮੈਨੂੰ ਆਪਣੇ ਮੈਂਬਰੀ ਸਮਝਦੇ ਵੀ ਸਹੀ, ਸਾਡੇ ਵਰਗਾ ਹੀ ਹੈ, ਅਨਪੜ੍ਹ ਹੀ ਹੈ, ਵੀ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ, ਮੈਨੂੰ ਬੈਨੀਫਿਟ ਜਾਂਦਾ ਹੈ ਕਿ ਮੇਰੇ ਕੋਲੋਂ ਚੀਜ਼ਾਂ ਉਹ ਲੁਕਾਉਂਦੇ ਨਹੀਂ। ਹਾਂਜੀ। ਇੱਕ ਗੱਲ ਆਪਾਂ ਇੱਥੇ ਹੋਰ ਸੋਚੀਏ ਕਿ ਆਮ ਤੌਰ 'ਤੇ ਕੋਈ ਵੀ ਬੰਦਾ ਜਦੋਂ ਥੋੜ੍ਹਾ ਬਹੁਤਾ ਪੜ੍ਹ ਲਿਖ ਹੀ ਜਾਂਦਾ, ਜਾਂ ਕੋਈ ਚੰਗੀ ਨੌਕਰੀ 'ਤੇ ਲੱਗ ਗਿਆ, ਜਾਂ ਚੰਗਾ ਕਾਮਯਾਬ ਹੋ ਗਿਆ, ਉਹ ਪਿੰਡ ਛੱਡਦਾ, ਸ਼ਹਿਰ ਚੰਡੀਗੜ੍ਹ ਜਾਂ ਕਿਤੇ ਹੋਰ ਦੇਸ਼ਾਂ ਵਿਦੇਸ਼ਾਂ 'ਚ, ਕਿ ਮੰਨ ਲਓ ਮੇਰਾ ਸਟੇਟਸ ਬੜਾ ਉੱਚਾ ਜੀ, ਮੈਂ ਤਾਂ ਪਤਾ ਹੀ ਨਹੀਂ ਕੀ ਬਣ ਗਿਆ, ਅਤੇ ਉਹ ਪਸੰਦ ਕਰਦਾ ਤੁਸੀਂ ਬੈਠੇ ਹੋ ਪਿੰਡ ਦੇ ਵਿੱਚ, ਉਹ ਵੀ ਪਿੰਡ ਕਿ ਮੰਨ ਲਓ ਮੁਕਤਸਰ ਤੋਂ 10-15 ਕਿਲੋਮੀਟਰ ਅੰਦਰ ਨੂੰ ਦੂਰ ਦਰੇਡੇ ਜਾ ਕੇ, ਅਤੇ ਤੁਹਾਡੇ ਮਨ 'ਚ ਨਹੀਂ ਇੱਦਾਂ ਦਾ ਖਿਆਲ ਆਇਆ ਕਿ ਯਾਰ ਮੈਂ ਵੀ ਬਹੁਤ ਮੰਨ ਲਓ ਪ੍ਰੋਫੈਸਰ ਹਾਂ, ਡਾਕਟਰ ਹਾਂ, PhD ਕੀਤੀ ਆ, ਮੰਨ ਲਓ ਪੜ੍ਹਾਈ ਲਿਖਾਈ ਜੋਬ ਕੀਤੀ, ਮੈਂ ਵੀ ਕਿਸੇ ਸ਼ਹਿਰ ਵਿੱਚ ਰਹਾਂ? ਨਹੀਂ, ਉਹ ਗੱਲ ਤੁਹਾਨੂੰ ਥੋੜ੍ਹੀ ਜਿਹੀ ਪਿੱਛੇ ਮੈਂ ਤੁਹਾਨੂੰ ਲੈ ਕੇ ਚੱਲਿਆ। ਹਾਂਜੀ। ਕਿ ਸਾਡੇ ਜਿਹੜਾ ਸਾਡੇ ਪੁਰਾਣੇ ਪਿੰਡ 'ਚ ਮੇਰੇ ਫਾਦਰ ਕਿਸਾਨ ਸੀ ਅਤੇ ਬੜੀ ਹਾਰਡ ਵਰਕ ਕਰਦੇ ਸੀ, ਇਹ ਗੱਲ ਕੋਈ
1955 ਦੀ ਗੱਲ ਹੈ ਜਦੋਂ ਕਿ ਮੈਨੂੰ ਸੁਰਤ ਜੀ ਆਈ ਹੈ, ਕਿਉਂਕਿ ਮੇਰਾ ਤਾਂ 1953 ਦਾ ਜਨਮ ਹੈ। ਹਾਂਜੀ, ਤਾਂ 1955 ਦੇ ਵਿੱਚ ਮੈਨੂੰ ਪੂਰੀ ਸੁਰਤ ਆ ਗਈ ਸੀ। ਤਾਂ ਉਸ ਸਮੇਂ ਫਾਦਰ ਸਾਰਾ ਦਿਨ ਕੰਮ 'ਚ ਰੁੱਝੇ ਰਹਿੰਦੇ ਸੀ ਅਤੇ ਜ਼ਮੀਨਾਂ ਜ਼ਮੂਨਾਂ ਖਰੀਦਦੇ ਰਹਿੰਦੇ ਸੀ, ਕਰਜ਼ੇ ਤਲੀ ਰਹਿੰਦੇ ਸੀ। ਹਾਂਜੀ, ਤਾਂ ਉਹ ਨਹੀਂ ਕਹਿੰਦੇ ਸੀ ਵੀ ਤੂੰ ਸਕੂਲ ਜਾਓ, ਤੁਸੀਂ ਸਾਨੂੰ ਸਕੂਲ ਦਾ ਮੂੰਹ ਨਹੀਂ ਵੇਖਣ ਦਿੰਦੇ ਸੀ। ਉਹ ਕਹਿੰਦੇ ਸੀ ਜੋ ਪੜ੍ਹ ਗਿਆ ਸੋ ਗਲ ਗਿਆ। ਇਸ ਕਰਕੇ ਸਾਨੂੰ ਨਾ, ਮੈਨੂੰ ਤਾਂ ਉਹਨਾਂ ਨੇ 3 ਸਾਲ ਦਾ 4 ਸਾਲ ਦਾ, ਮੇਰੇ ਬਾਬਾ ਹੁੰਦੇ ਸੀਗੇ ਮਾਲ ਚਾਰਦੇ, ਉਹਨਾਂ ਦੇ ਨਾਲ ਰਲਾ ਦੇਣਾ, ਨਾਲ ਮੀਆਂ ਛੱਡ ਦੇਣੀਆਂ। ਤਾਂ ਮੈਂ ਬੜਾ ਮਤਲਬ ਲੇਟ, ਮੈਂ 8 ਸਾਲ ਦਾ ਪੜ੍ਹਨ ਲੱਗਿਆ ਮੈਂ। ਅੱਛਾ, ਤਾਂ ਉਹ ਵੀ ਉਹ ਕਿਤੇ ਕੁਦਰਤੀ ਸਕੂਲ ਅੱਗੋਂ ਦੀ ਟੱਪ ਗਿਆ। ਮੈਂ ਵੇਖਿਆ ਮੇਰੇ ਹਾਣੀ ਨਾਲ ਦੇ ਬੜੇ ਵਧੀਆ ਬੈਠੇ ਆ, ਛਾਵੇਂ ਬੈਠੇ ਆ, ਇਹ ਮੱਝਾਂ ਨਹੀਂ ਚਾਰਦੇ। ਅਤੇ ਵੀ ਮੈਂ ਕੋ ਮੱਝਾਂ ਚਾਰਦਾ, ਅਤੇ ਉਹ ਮਾਸਟਰਾਂ ਨੇ ਦੇ ਕਈ ਦਿਨ ਖੜੋਂਦਾ ਰਿਹਾ, ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਫੜ ਕੇ ਅਤੇ ਉਹਨਾਂ ਨੇ ਸਕੂਲ ਦੇ ਵਿੱਚ ਪੁੱਛਿਆ ਮੈਨੂੰ ਤੂੰ ਇੱਥੇ ਕਿਉਂ ਖੜੋਨਾ। ਮੈਂ ਕਿਹਾ ਜੀ ਇਹ ਮੁੰਡੇ ਮੱਝਾਂ ਨਹੀਂ ਚਾਰਦੇ। ਮੈਂ, ਮੇਰਾ ਮਕਸਦ ਸੀ ਵੀ ਮੇਰਾ ਵੀ ਕਿਵੇਂ ਖੜਾ ਛੁੱਟ ਜੇ ਮੱਝਾਂ ਚਾਰਨ ਤੋਂ। ਮੱਝਾਂ ਚਾਰਨ ਤੋਂ ਹੈ, ਉਹ ਕਹਿੰਦੇ ਵੀ ਇਹ ਪੜ੍ਹਦੇ ਅਤੇ ਪੜ੍ਹ ਕੇ ਅਫਸਰ ਬਣਨਗੇ। ਮੈਂ ਅਫਸਰ ਬਣ ਕੇ ਫਿਰ ਕੀ ਕਰਨਗੇ? ਕਹਿੰਦਾ ਤੁਹਾਡੇ 'ਤੇ ਹਕੂਮਤ ਕਰਨਗੇ, ਤੁਹਾਨੂੰ ਕੁੱਟਿਆ ਪੁਲਿਸ ਵਾਲਿਆਂ ਨਾਲ ਦੇ ਕੇ ਆਉਂਦੇ, ਜਿਵੇਂ ਥਾਣੇ ਦਾ ਡੰਡੇ ਲਈ ਫਿਰ ਤਾਂ ਤੁਹਾਡੇ ਡੰਡੇ ਮਾਰਿਆ ਕਰਨਗੇ। ਅੱਛਾ, ਅਤੇ ਫਿਰ ਮੈਂ ਉਹ ਮਯੂਸ ਜਿਹਾ ਹੋ ਗਿਆ ਵੀ ਇਹ ਤਾਂ ਸਾਰੇ ਅਸੀਂ ਇਕੱਠੇ ਖੇਡਦੇ, ਸਾਨੂੰ ਕਿਉਂ ਕੁੱਟਿਆ ਕਰਨਗੇ? ਅਤੇ ਉਹ ਕਿ ਤੇਰਾ ਵੀ ਜੀ ਕਰਦਾ ਪੜ੍ਹਨ ਨੂੰ? ਹਾਂ, ਮੇਰਾ ਵੀ ਜੀ ਕਰਦਾ, ਪਰ ਮੈਂ ਸਿਰ ਹਿਲਾਇਆ ਹੈ। ਅੱਛਾ ਜੀ, ਬੋਲਿਆ ਤਾਂ ਮੈਥੋਂ ਗਿਆ ਨਹੀਂ, ਤਾਂ ਉਹਨਾਂ ਨੇ ਮੇਰੇ ਪੈਰ ਪੁਰ ਧੋਆ ਕੇ ਅਤੇ ਮੈਨੂੰ ਬਹਾ ਲਿਆ। ਅਤੇ ਉਹ ਮੈਂ ਕਈ ਕਾਫੀ ਸਮਾਂ ਮੈਂ ਚੋਰੀ ਪਾਣੀ ਮੱਝਾਂ ਚਾਰ ਲਿਆ ਕਰਨਾ, ਛੱਪੜ 'ਚ ਬਹਾ ਲੈਣੀਆਂ, ਅਤੇ ਉਹ ਉੱਦਾਂ ਹੀ ਮਤਲਬ ਵੀ ਤਾਂ 2-3 ਜਮਾਤਾਂ ਮੈਂ ਕਰ ਗਿਆ। ਮੇਰੀ ਮਾਂ ਨੇ ਨਾਂ ਦਾਖਲ ਕਰਾਇਆ ਮੇਰੇ ਬਾਪੂ ਤੋਂ ਚੋਰੀਓਂ। ਅੱਛਾ ਜੀ, ਅਤੇ ਜਿੱਦਣ ਪਤਾ ਲੱਗਿਆ ਫਿਰ ਬਾਪੂ ਨੇ ਮੈਨੂੰ ਬਹੁਤ ਛਾਂਗਿਆ। ਉੱਦਣ ਮੱਝਾਂ ਕਿਸੇ 'ਤੇ ਮੈਂ ਛੱਪੜ 'ਚ ਬਹਾ ਦੀਆਂ ਅਤੇ ਗੁਆਂਢੀਆਂ ਦੇ ਕਿਸੇ 'ਤੇ ਪੈ ਗਈਆਂ ਜਾ ਕੇ, ਅਤੇ ਉਹਨਾਂ ਨੇ ਮਤਲਬ ਬਹੁਤ ਲਾਂਭਾ ਦਿੱਤਾ, ਲਾਂਭਾ ਦਿੱਤਾ, ਅਤੇ ਮੇਰੇ ਵੀ ਪਈਆਂ ਮੇਰੀ ਮਾਂ ਨੂੰ ਵੀ ਬੁਰਾ ਭਲਾ ਬਾਪੂ ਨੇ ਕਿਹਾ। ਅਤੇ ਉਸ ਤੋਂ ਮਗਰੋਂ ਜਦੋਂ ਫਿਰ ਮੇਰੇ ਬਾਪੂ ਨੇ ਮੈਨੂੰ ਕੁੱਟਿਆ, ਤਾਂ ਮੈਂ ਬਗਾਵਤ ਮੇਰੇ ਉੱਦਣ ਹੀ ਉਗਰਿਆ ਕਿ ਮੈਂ ਅੱਜ ਤੋਂ ਮਗਰੋਂ ਪੜ੍ਹੂੰਗਾ। ਹਾਂਜੀ, ਅਤੇ ਮੈਂ ਮਤਲਬ ਵੀ ਕੰਮ ਕੁੰਮ ਇਹ ਨਹੀਂ ਕਰਨੇ। ਉਸ ਤੋਂ ਮਗਰੋਂ ਫਿਰ ਮੇਰੇ ਅੰਦਰ ਇੱਕ ਤਰ੍ਹਾਂ ਦਾ ਨਾ ਬਗਾਵਤ ਕਾਰਨ ਹੀ ਮੈਂ ਪੜ੍ਹ ਗਿਆ। ਬਗਾਵਤ ਮੈਂ, ਉਹ ਨਾ ਮੈਨੂੰ ਕੁੱਟਦੇ, ਸ਼ਾਇਦ ਮੈਂ ਨਾ ਪੜ੍ਹਦਾ। ਅੱਛਾ, ਤਾਂ ਉਸ ਤੋਂ ਮਗਰੋਂ ਫਿਰ ਮਾਸਟਰ ਚੰਗੇ ਸੀ, ਉਹ ਮੈਨੂੰ ਮਤਲਬ ਜਿਵੇਂ ਮੈਂ ਪਹਿਲੀ ਮੈਂ ਥੋੜ੍ਹੇ ਚਰਚ ਕਰ ਲਈ, ਫਿਰ ਦੂਜੀ 'ਚ ਬਾਤਾਂ ਮੈਨੂੰ ਤੀਜੀ 'ਚ ਬਾਤਾਂ, ਇਉਂ ਕਰਕੇ ਉਹ ਮੇਰੀ ਮਦਦ ਕਰਦੇ ਰਹੇ। ਹਾਂਜੀ, ਪ੍ਰਾਇਮਰੀ ਸਕੂਲ ਕੀਤੀ ਉੱਥੋਂ ਪਿੰਡ 'ਚੋਂ। ਠੀਕ ਹੈ। ਤਾਂ ਫਿਰ ਮੈਂ ਖਾਲਸਾ ਹਾਈ ਸਕੂਲ ਤੋਂ 10ਵੀਂ ਕੀਤੀ ਜੀ। ਤਾਂ ਫਿਰ ਮੈਂ ਗੌਰਮੈਂਟ ਕਾਲਜ ਮੁਕਤਸਰ ਤੋਂ, ਜਿੱਥੇ ਮੈਂ ਪੜ੍ਹਾਉਂਦਾ ਰਿਹਾ, ਉੱਥੇ ਮੈਂ BSc ਕਰ ਲਈ ਜੀ। ਫਿਰ BEd ਕਰ ਲਈ, ਫਿਰ ਮੈਂ ਨੌਕਰੀ ਮੈਨੂੰ ਨਿਕਲਿਆ ਜੀ, ਮੈਂ ਜੁਆਇਨ ਕਰਨ, ਮੈਨੂੰ ਘਰੋਂ ਭੇਜਤਾ, ਮੈਂ ਨਹੀਂ ਜੁਆਇਨ ਕੀਤਾ। ਹਾਂਜੀ, ਮੈਂ ਕਿਹਾ ਮੈਂ ਹਜੇ ਹੋਰ ਪੜ੍ਹਨਾ ਜੀ। ਤਾਂ ਮੈਂ ਫਿਰ MSc ਉੱਧਰ, ਇੱਥੇ ਮੈਨੂੰ ਉਦੋਂ ਡੇਟਾਂ ਨਿਕਲ ਚੁੱਕੀਆਂ ਸੀ। ਹਾਂਜੀ, ਅਤੇ ਮੈਨੂੰ ਬਾਹਰਲੀ ਰਾਜਸਥਾਨ ਸਟੇਟ 'ਚ ਮੇਰੇ, ਮੈਂ ਬੋਕਸਿੰਗ 'ਚ ਮੇਰੇ ਕੋਲ 2 ਮੈਡਲ ਹੈਗੇ ਆ ਯੂਨੀਵਰਸਿਟੀ। ਅੱਛਾ, ਖੇਡਾਂ 'ਚ? ਅਤੇ ਮੈਨੂੰ ਉਹਨਾਂ ਨੇ ਉਹਦੇ ਬੇਸ 'ਤੇ ਮੈਨੂੰ ਰੱਖ ਲਿਆ ਉਹਨਾਂ ਨੇ ਜੀ। ਤਾਂ ਮੈਂ ਫਿਰ MSc 'ਚ ਫਸਟ ਕਲਾਸ MSc ਕੀਤੀ, ਫਿਰ ਮੈਨੂੰ PhD 'ਚ ਦਾਖਲਾ ਮਿਲ ਗਿਆ। PhD ਕੀਤੀ ਅਤੇ ਫਿਰ ਮੇਰਾ ਆਤਮ ਵਿਸ਼ਵਾਸ ਬਣ ਗਿਆ, ਅਤੇ ਨਾਲ ਮੇਰਾ ਸਪੋਰਟਸ ਮੈਨ ਵੀ ਰਿਹਾ ਜੀ, ਮੰਗੂ ਮੈਂ ਵੀ ਖੇਡਦਾ ਰਿਹਾ, ਸਰੀਰਕ ਤੌਰ 'ਤੇ ਸਹੀ ਸੀ। ਹਾਂਜੀ, ਮੇਰਾ ਵਧੀਆ ਕੰਮ ਮੇਰਾ ਚੱਲਿਆ। ਅਤੇ ਮੈਂ ਜਦੋਂ ਫਿਰ ਮੈਂ ਉਦੋਂ ਜਗਰਾਵਾਂ ਸੀ, ਹਾਂਜੀ, ਇਸ 86 'ਚ ਫਿਰ ਮੇਰੇ ਫਾਦਰ ਨੂੰ ਢਹਿਲੇ ਹੋਏ, ਫਿਰ ਉਹ ਬੰਦੇ ਇੱਥੋਂ ਲਿਜਾ ਕੇ ਮੇਰੇ ਭਣੋਈਏ ਨੂੰ ਅਤੇ 1-2 ਹੋਰ ਨੂੰ, ਮੇਰੇ ਭਰਾਵਾਂ ਨੂੰ, ਅਤੇ ਫਿਰ ਮੈਨੂੰ ਉੱਥੋਂ ਲੈ ਕੇ ਆਏ ਵੀ ਤੁਸੀਂ ਘਰੇ ਵੀ ਆ ਮੁੜਿਆ, ਉਹ ਹੁਣ ਵੀ ਤੂੰ ਪੜ੍ਹ ਲਿਆ, ਨੌਕਰੀ ਲੱਗ ਗਿਆ, ਅਤੇ ਨਾਲੇ ਵੀ ਸਾਨੂੰ ਸਹਾਰਾ ਆਊਗਾ। ਤਾਂ ਫਿਰ ਮੇਰੀ ਮੁਕਤਸਰ, ਮੈਂ ਉੱਥੇ ਜਾਣ ਪਛਾਣ ਸੀ, ਬਦਲੀ ਮੇਰੀ ਹੋ ਗਈ, ਤਾਂ ਫਿਰ ਮੈਂ ਇੱਥੋਂ ਹੀ ਅਪ ਡਾਊਨ ਕਰਦਾ ਰਿਹਾ। ਉਸ ਸਮੇਂ ਪਿੰਡ 'ਚ ਐਡਾ ਸੋਹਣੀਆਂ ਕੋਠੀਆਂ ਨਹੀਂ ਸੀਗੀਆਂ, 2 ਕਮਰੇ ਪਿੱਛੇ ਹੁੰਦੇ ਸੀ, ਅੱਗੇ ਬਰਾਂਡਾ ਹੁੰਦਾ ਸੀ, ਕਿਚਨ ਹੁੰਦੀ ਸੀ, ਅਤੇ ਵਿਹੜਾ ਕੱਚਾ, ਅਤੇ ਬਿਜਲੀ ਵੀ ਬੜੀ 62-63 ਦੇ ਨੇੜੇ ਤੇੜੇ ਜੇ ਆਈ ਹੈ ਮੇਰਾ ਖਿਆਲ। ਠੀਕ ਹੈ ਜੀ। ਅਤੇ ਮਾਲ ਡੰਗਰ ਅਤੇ ਬੜਾ ਸਿੰਪਲ ਲਾਈਫ ਜੁੜ ਗਿਆ, ਜ਼ਮੀਨ ਦੇ ਨਾਲ ਜੁੜੇ ਰਹੇ। ਤਾਂ ਇਸ ਤਰੀਕੇ ਦੇ ਨਾਲ ਫਿਰ ਜ਼ਮੀਨ ਦੇ ਨਾਲ ਜੁੜਨ ਦੇ ਨਾਲ ਫਿਰ ਮੈਨੂੰ ਪਿੰਡ ਦਾ ਹੀ ਜ਼ਿਆਦਾ ਮੋਹ ਰਿਹਾ ਆਪਦੇ ਦਾ।
ਠੀਕ ਹੈ ਜੀ। ਤਾਂ ਫਿਰ ਫਾਦਰ ਨੇ ਜਦੋਂ ਜ਼ਮੀਨ ਸਾਨੂੰ ਅੱਡ ਕਰਤੀ ਤਾਂ ਫਿਰ ਤਾਂ ਮੇਰੀ ਜ਼ਿੰਮੇਵਾਰੀ ਬਣ ਗਈ ਜੀ, ਫਿਰ ਤਾਂ ਮੈਂ ਬਾਹਰ ਜਾ ਹੀ ਨਹੀਂ ਨਾ ਸਕਦਾ ਸੀ, ਇਸ ਕਰਕੇ ਮੈਂ ਇੱਥੋਂ ਹੀ ਅਪ ਡਾਊਨ ਕਰਦਾ ਰਿਹਾ। ਮਤਲਬ ਜਿੱਦਾਂ ਆਪਾਂ ਅੱਜ ਦੇਖਿਆ ਤੁਹਾਡੇ ਘਰ ਆਏ ਹਾਂ, ਤੁਹਾਡੇ ਘਰ ਦਾ ਮਾਹੌਲ ਦੇਖਿਆ, ਘਰ ਦੇ ਬਾਹਰ ਆਪਾਂ ਦੇਖਿਆ ਕਿ ਬੜਾ ਤੁਸੀਂ ਇੱਕ 2 ਕਿੱਲਿਆਂ ਦੇ ਵਿੱਚ ਜੰਗਲ ਹੀ ਲਾਈ ਬੈਠੇ ਹੋ, ਮੰਨ ਲਓ ਕਹਿ ਲਓ ਕਿ ਹਰੇਕ ਤਰ੍ਹਾਂ ਦਾ ਬੂਟਾ, ਹਰੇਕ ਤਰ੍ਹਾਂ ਦਾ ਪੌਦਾ ਜਾਂ ਘਰ ਦੇ ਬਾਹਰ ਆਪਾਂ ਆ ਪਿੱਛੇ ਦੇਖ ਕੇ ਹਟੇ ਹਾਂ ਹੁਣੇ, ਹੈ ਨਾ, ਮੰਨ ਲਓ ਬੜੇ ਬਾਹਰ ਦੇ ਬੂਟੇ, ਇੱਥੋਂ ਦੇ ਬੂਟੇ, ਜਿਹੜਾ ਇਹ ਇਹ ਵਾਲਾ ਕੀ ਮਸਲਾ ਸੀਗਾ, ਕੀ ਸ਼ੌਂਕ ਸੀ ਜਾਂ ਕਿੱਦਾਂ ਇਹ ਚੀਜ਼ 'ਤੇ ਪਹੁੰਚੇ? ਇਹ ਮਸਲਾ ਸੀ ਕਿ ਜਦੋਂ ਮੈਂ ਮੇਰੀ ਵਿਸ਼ਾ ਜਿਹੜੀ ਇੱਕ ਤਾਂ ਮੈਂ ਮੇਰੀ ਸਟੱਡੀ ਜਿਹੜੀ ਆ ਬੋਟਨੀ ਹੈ, ਹਾਂਜੀ, ਜਿਹੜੀ ਪਲਾਂਟਸ ਦੀ ਸਾਇੰਸ ਹੈ, ਬੂਟਿਆਂ ਦੀ ਸਾਇੰਸ ਹੈ ਜੀ ਜੀ, ਤਾਂ ਪੀ ਐੱਚ ਡੀ 'ਚ ਮੈਂ 4 ਸਾਲ ਵਿਚਰਦਾ ਰਿਹਾ, ਸਾਈਕਲ ਦੇ ਉੱਪਰ ਮੈਂ ਰਿਸਰਚ ਕੀਤੀ ਹਰ ਇੱਕ ਪੱਤਨ ਤੋਂ ਲੈ ਕੇ, ਹਾਂਜੀ, ਅਤੇ ਉੱਧਰ ਦੇਖ ਲਓ ਵੀ ਜੈਸਲਮੇਰ ਤੱਕ ਮੈਂ ਭੌਂਕਦਾ ਭੁੰਕਦਾ ਫਿਰਿਆ, ਬੀਕਾਨੇਰ ਤੱਕ ਸਾਈਕਲ 'ਤੇ, ਸਾਈਕਲ 'ਤੇ 25,000 ਕਿਲੋਮੀਟਰ ਅੰਦਰ ਹੀ ਮੈਂ ਟੋਟਲ ਸਾਈਕਲ ਦੀ ਹੋ ਗਈ ਹੋਣੀ ਆ, ਅਤੇ ਉਹਦੇ 'ਚ ਮੇਰਾ ਕੰਮ ਕੀ ਸੀ ਕਿ ਮੈਂ ਜੜੀ ਬੂਟੀਆਂ ਇਕੱਠੀਆਂ ਕਰਕੇ ਅਤੇ ਉਹਨਾਂ ਨੂੰ ਪ੍ਰੈੱਸ ਕਰਕੇ, ਸੁਕਾ ਕੇ ਪ੍ਰੈੱਸ ਕਰਕੇ ਅਤੇ ਉਹਨਾਂ ਨੂੰ ਮੈਂ ਸ਼ੀਟਾਂ 'ਤੇ ਲਾਉਣਾ ਸੀ, ਰਿਕਾਰਡ ਕਾਇਮ ਕਰਨਾ ਸੀ ਜੀ, ਉਹ ਮਤਲਬ ਉਹਦਾ ਰਿਕਾਰਡ, ਉਹਨੂੰ ਅਸੀਂ ਹਰਬੇਰੀਅਮ ਕਹਿੰਦੇ ਹਾਂ, ਉਹ ਹਰਬੇਰੀਅਮ ਮੈਂ ਖਾਲਸਾ ਕਾਲਜ ਵਾਲਿਆਂ ਨੂੰ ਦਿਆ, ਹਜੇ ਵੀ ਹੈਗਾ। ਅੱਛਾ ਜੀ। ਉਸ 'ਤੇ ਮੇਰੇ ਤੋਂ ਮਗਰੋਂ 11-12 ਬੰਦੇ ਪੀ ਐੱਚ ਡੀ ਮੇਰੇ ਵਰਕ 'ਤੇ ਹੀ ਕਰ ਗਏ। ਓਕੇ ਓਕੇ ਓਕੇ। ਤਾਂ ਉਹ ਜਾਣੀ ਇੱਦਾਂ ਦਾ ਚੀਜ਼ ਸੀ, ਅਤੇ ਉਹਦੇ ਨਾਲ ਮੇਰਾ ਫਿਰ ਇੱਧਰ ਚਕਾ ਹੋਣਾ ਲਾਜ਼ਮੀ ਸੀ, ਬੂਟਿਆਂ ਵੱਲ ਸਾਰੀ ਮੇਰੀ ਇੰਨੀ ਉਮਰ ਨਿਕਲ ਗਈ, ਤਾਂ ਹੁਣ ਵੀ ਮੇਰਾ ਕਿ ਫੁੱਲਾਂ ਨਾਲ ਪਿਆਰ ਹੈ, ਬੂਟਿਆਂ ਨਾਲ ਪਿਆਰ ਹੈ, ਕੁਦਰਤ ਨਾਲ ਪਿਆਰ ਹੈ, ਤਾਂ ਜਾਣੀ ਮੈਨੂੰ ਜੀਵਨ ਦੀ ਸਮਝ ਹੌਲੀ ਹੌਲੀ ਆਉਣ ਲੱਗੀ ਵੀ ਜਿਹੜਾ ਜੀਵਨ ਹੈ ਉਹ ਪੈਸੇ ਨਾਲ ਨਹੀਂ ਗਾ, ਕੁਦਰਤ ਨਾਲ ਜੁੜ ਕੇ ਜੀਵਨ ਸਾਡਾ ਬਿਲਕੁਲ ਬਿਲਕੁਲ ਬਣਦਾ ਹੈਗਾ। ਇੱਥੇ ਮੈਂ ਇਹੀ ਗੱਲ ਤੋਰਾਂ ਕਿ ਇੱਥੇ ਆਪਾਂ ਪਹੁੰਚੇ ਇਸ ਗੱਲ 'ਤੇ, ਮਤਲਬ ਬਹੁਤੀ ਦੁਨੀਆ, ਅੱਜ ਜੇ ਦੁਨੀਆ ਦੀ ਗੱਲ ਕਰੀਏ, ਸਮਾਜ ਦੀ ਗੱਲ ਕਰੀਏ, ਬਹੁਤੀ ਦੁਨੀਆ ਇੱਥੇ ਉਲਝੀ ਪਈ ਆ, ਮੰਨ ਲਓ ਪੈਸਾ ਜਾਂ ਪੈਸੇ ਦੀ ਦੌੜ, ਮੇਰੇ ਕੋਲ ਆਹ ਵੀ ਆ ਜੇ, ਆਹ ਵੀ ਆ ਜੇ, ਠੱਗੀਆਂ, ਧੋਖੇ, ਬੇਈਮਾਨੀਆਂ, ਇੱਥੋਂ ਤੱਕ ਕਿ ਭਰਾ ਭਰਾ ਦੇ ਨਾਲ, ਮੰਨ ਲਓ ਮਾਂ ਪੁੱਤ ਪਿਓ ਦੇ ਨਾਲ ਇਸੇ ਚੱਕਰ 'ਚ ਉਲਝਿਆ ਪਿਆ, ਹੈ ਨਾ। ਮੰਨ ਲਓ ਜਿੱਦਾਂ ਤੁਸੀਂ ਆਖਿਆ ਕਿ ਮੈਨੂੰ ਸਮਝ ਆ ਗਈ ਇਹ ਗੱਲ, ਆ ਪੈਸਾ ਹੀ ਸਾਰਾ ਕੁਛ ਨਹੀਂ, ਮੇਨ ਆ ਕੁਦਰਤੀ ਮਾਹੌਲ ਵੀ ਸਭ ਕੁਛ ਵੱਡੀ ਚੀਜ਼ ਆ, ਹੈ ਨਾ। ਉਹ ਲੋਕਾਂ ਨੂੰ ਆਪਾਂ ਕੀ ਕਹੀਏ ਕਿ ਮੰਨ ਲਓ ਲੋਕਾਂ ਦੀ ਸੋਚ ਕਿਸ ਲੈਵਲ 'ਤੇ ਖੜ੍ਹੀ ਹੈ ਜਾਂ ਕਿੱਥੇ ਖੜ੍ਹੀ ਆ, ਉਹ ਕੀ ਚਾਹੁੰਦੇ ਨੇ ਕਿ ਮੰਨ ਲਓ ਆਹ ਬਸ ਜੋ ਬਹੁਤਾ ਕੁਛ ਹੈ ਨਾ, ਇਹ ਅਸੀਂ ਕੁਦਰਤ ਨਾਲੋਂ ਕੋਈ ਜਿਹੜੀ ਹਰੀ ਕ੍ਰਾਂਤੀ ਆਈ ਹੈ, ਹਾਂਜੀ, ਹਰੀ ਕ੍ਰਾਂਤੀ ਨੇ ਪੰਜਾਬ ਦਾ ਸਾਰਾ ਦੇਸ਼ ਦਾ ਮਾਹੌਲ ਬਦਲਤਾ ਜੀ, ਦੇਸ਼ ਭੁੱਖਾ ਮਰਦਾ ਸੀ ਅਤੇ ਉਹ ਇਹਨਾਂ ਨੂੰ ਮਤਲਬ ਕੀ ਆ, ਬਾਹਰ ਦੇ ਬੀਜ, ਬਾਰਲੋਂਗ ਇੱਕ ਡਾਕਟਰ ਹੋਇਆ, ਉਹ ਉਹਨੇ ਬੀਜ ਬੂਜ ਦਿੱਤੇ, ਮੈਕਸੀਕੋ ਕਣਕਾਂ ਆਈਆਂ, ਹੋਰ ਆਈਆਂ, ਅਤੇ ਹਰੀ ਕ੍ਰਾਂਤੀ ਰੇਹਾਂ ਆ ਗਈਆਂ, ਸਪਰੇਹਾਂ ਆ ਗਈਆਂ, ਅਤੇ ਜਦੋਂ ਪ੍ਰੋਡਕਸ਼ਨ ਵੱਧ ਗਈ ਅਤੇ ਲੋਕਾਂ ਦਾ ਜਿਹੜਾ ਨਾ ਪੈਸਾ ਲੋਕਾਂ ਕੋਲ ਆਉਣਾ ਸ਼ੁਰੂ ਹੋ ਗਿਆ, ਹਾਂਜੀ, ਅਤੇ ਆਪਸੀ ਭਾਈਚਾਰਾ ਜਿਹੜਾ ਪਹਿਲਾਂ ਵਾਲਾ ਸੀਗਾ 60 ਤੋਂ ਉਹ ਖਤਮ ਹੋ ਗਿਆ। ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਪਿੰਡ 'ਚ ਰਹਿੰਦੇ ਸੀ ਅਤੇ ਪਿੰਡ ਇੱਕ ਆਈ ਹੁੰਦਾ ਸੀ, ਪਿੰਡ ਦੇ ਵਿੱਚ ਜਿਹੜਾ ਸੀਗਾ ਜਲਾਹਾ ਹੁੰਦਾ ਸੀਗਾ, ਉਹ ਸਾਨੂੰ ਕੱਪੜਾ ਬਣਾ ਦਿੰਦਾ ਸੀ, ਹਾਂਜੀ, ਅਤੇ ਜਿਹੜਾ ਸੀਗਾ ਆਪਣਾ ਪਰਜਾਪਤ ਹੁੰਦਾ ਸੀ, ਸਾਨੂੰ ਭਾਂਡੇ ਬਣਾ ਦਿੰਦਾ ਸੀ, ਅਤੇ ਜਿਹੜਾ ਮਹਿਰਾ ਸਿੱਖ ਸੀ ਉਹ ਪਾਣੀ ਪਾ ਦਿੰਦਾ ਸੀ, ਮਿਸਤਰੀ ਸਾਡੇ ਖੇਤੀ ਦੇ ਸੰਦ ਬਣਾ ਦਿੰਦਾ ਸੀ, ਤਾਂ ਇਸ ਤਰ੍ਹਾਂ ਸੁਨਿਆਰ ਸਾਡੇ ਗਹਿਣੇ ਬਣਾ ਦਿੰਦਾ ਸੀ, ਅਤੇ ਜਿਹੜਾ ਹੁੰਦਾ ਸੀਗਾ ਨਾਈ ਸਿੱਖ, ਅਤੇ ਉਹ ਸਾਡਾ ਮਤਲਬ ਘਰਾਂ 'ਚ ਆ ਕੇ ਉਹ ਵਿਆਹ ਕੋਈ ਹੋਣਾ ਤਾਂ ਸਾਨੂੰ ਪ੍ਰਸ਼ਾਦ ਬਣਾ ਦੇਣਾ, ਉਹਨਾਂ ਨੂੰ ਦੇਗ ਬਣਾ ਦੇਣੀ, ਜਾਂ ਉਹਨੇ ਮਤਲਬ ਕੀ ਹੈ ਕਿ ਜਿਹੜੀ ਉਹਦੇ ਘਰ ਵਾਲੀ ਹੁੰਦੀ ਸੀ ਉਹ ਮੇਰੀ ਮਾਵਾਂ ਰਾਂ ਦੇ ਸਿਰ ਗੁੰਦ ਜਾਂਦੀ ਸੀਗੀ, ਵਾਹ ਜਾਂਦੀ ਸੀ, ਵਾਲ ਵਾਹ ਜਾਂਦੇ ਸੀ, ਤਾਂ ਦੂਸਰੇ ਪਾਸੇ ਜਿਹੜਾ ਮਰਾਸੀ ਹੁੰਦਾ ਸੀ ਉਹ ਡਾਕੀਏ ਦਾ ਕੰਮ ਕਰਦਾ ਸੀ, ਜੇ ਕਿਸੇ ਦੇ ਮਰਗ ਹੋ ਜਾਣੀ, ਵਿਆਹ ਹੋ ਜਾਣਾ, ਤਾਂ ਉਹ ਜਾ ਕੇ ਉਹਨੇ ਗੰਢ ਦੇ ਕੇ ਆਉਣੀ ਵੀ ਫਲਾਣੇ ਦਿਨ ਫਲਾਣੇ ਦਿਨ ਬਾਈ ਵਿਆਹ ਅਤੇ ਤੁਸੀਂ ਪਹੁੰਚਣਾ, ਫਲਾਣਾ ਦਾ ਫਲਾਣਾ ਬਾਈ ਬੰਦਾ ਗੁਜ਼ਰ ਗਿਆ, ਤੁਸੀਂ ਉੱਥੇ ਫਲਾਣੇ ਦਿਨ ਨੂੰ ਉਹਦਾ ਭੋਗ ਪੈਣਾ ਅਤੇ ਤੁਸੀਂ ਆਉਣਾ ਤੁਸੀਂ, ਤਾਂ ਜਾਣੀ ਉਹ ਜਿਹੜਾ ਉਹਨੂੰ ਜੇ ਵਿਆਹ ਹੋਣਾ
ਤਾਂ ਦੁੱਧ ਵਾਸਤੇ ਸੱਦਾ ਦੇਣਾ ਉਹਨੇ ਸਾਰੇ ਵੀ ਉਹਨਾਂ ਦੇ ਵਿਆਹ ਭਾਈ ਕੜਾਈ ਚੜ੍ਹਨੀ ਅੱਜ ਇੱਕ ਬੰਦਾ ਉਹ ਭਾਈ ਅੱਜ ਮੰਜੇ ਬਿਸਤਰੇ ਇਕੱਠੇ ਕਰਨੇ ਹੈਗੇ ਉਹ ਕਿੰਨਾ ਵਧੀਆ ਸਿਸਟਮ ਸੀ ਅਤੇ ਜਾਣੀ ਉਹ ਉਹਦੀਆਂ ਲੋੜਾਂ ਜਿਹੜੀਆਂ ਉਹਨਾਂ ਦੀਆਂ ਕਿਸਾਨ ਪੂਰੀਆਂ ਕਰਦਾ ਸੀ ਅਤੇ ਕਿਸਾਨ ਦੀਆਂ ਲੋੜਾਂ ਉਹ ਪੂਰੀਆਂ ਕਰਦੇ ਸੀ ਅਤੇ ਜਦੋਂ ਕਿਸੇ ਗਰੀਬ ਦਾ ਸ਼ਾਦੀ ਹੁੰਦੀ ਸੀਗੀ ਤਾਂ ਉਹਦੀ ਲੜਕੀ ਨੂੰ ਰਲ ਮਿਲ ਕੇ ਸਾਰੇ ਵਿਆਹ ਦਿੰਦੇ ਸੀ ਉਵੇਂ ਅਸੀਂ ਚਾਚਾ ਤਾਇਆ ਆਪਣਾ ਉਹਨਾਂ ਨੂੰ ਕਹਿੰਦੇ ਸੀਗੇ ਉਵਾਂ ਕੋਈ ਗਰੀਬ ਸੀ ਅਮੀਰ ਸੀ ਨਾਈ ਸੀ ਜਲਾਇਆ ਸੀ ਅਤੇ ਹੁਣ ਅਸੀਂ ਆਪਦੇ ਜਿਹੜੇ ਸ਼ਰੀਕੇ 'ਚ ਵੀ ਅਸੀਂ ਚਾਚਾ ਤਾਇਆ ਨਹੀਂ ਕਹਿੰਦੇ ਅਸੀਂ ਪਿੱਠ ਕਰਕੇ ਟੱਪਦੇ ਹਾਂ ਵੀ ਮੇਰੇ ਕੋਲ ਤਾਂ ਇੰਨੀ ਜ਼ਮੀਨ ਹੈ 4 ਕਿੱਲੇ ਵੱਧ ਹੈ ਮੈਂ ਇਹਦੇ ਨਾਲ ਘੱਟ ਹੈ ਉਹ ਬੁਲਾ ਕੇ ਨਹੀਂ ਖੁਸ਼ ਹੋ ਕਹਿ ਲਓ ਕਿ ਪਿੰਡ ਵਾਲਿਆਂ ਨੂੰ ਕਿਤੇ ਸ਼ਹਿਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਸੀ ਕੁਦਰਤ ਤੋਂ ਟੁੱਟ ਗਏ ਹਾਂਜੀ ਆਤਮ ਨਿਰਭਰ ਸੀ ਪਿੰਡ ਅੱਗੇ ਪਿੰਡ ਹੁਣ ਅਸੀਂ ਜੇ ਸੂਈ ਵੀ ਲੈਣੀ ਹੈ ਜਾਂ ਸਿੱਖਾਂ ਦੀ ਡੱਬੀ ਵੀ ਲੈਣੀ ਹੈ ਅਸੀਂ ਬਾਜ਼ਾਰ ਨੂੰ ਭਜਦੇ ਹਾਂ ਸਾਰਾ ਕੁਛ ਅਸੀਂ ਕਾਰਪੋਰੇਟਰਾਂ ਤੇ ਨਿਰਭਰ ਹੋ ਗਏ ਤੇ ਸਾਡਾ ਤਾਂ ਆਪਦਾ ਤਾਂ ਕੁਛ ਨਹੀਂ ਰਿਹਾ ਹਾਂਜੀ ਤੇ ਅਸੀਂ ਸਾਨੂੰ ਬਚਣਾ ਕੀ ਹੈ ਜੀਵਨ ਸਲੋ ਸੀ ਹਾਂਜੀ ਜੀਵਨ ਸਲੋ ਸੀ ਲੋੜਾਂ ਥੋੜੀਆਂ ਸੀ ਲੋਕ ਸਿੰਪਲ ਸੀ ਪਰ ਉਹ ਦਿਲ ਦੇ ਬੜੇ ਸਾਫ ਸੀ ਸੱਚੇ ਸੀ ਸੁੱਚੇ ਸੀ ਤੇ ਉਹਨਾਂ ਨੂੰ ਸੰਤੋਖ ਸੀ ਸਬਰ ਸੀ ਸਹਿਜ ਸੀ ਸੋਚ ਸੀ ਸਹਿਣਸ਼ੀਲਤਾ ਸੀ ਉਹਨਾਂ 'ਚ ਸਿਦਕ ਸੀ ਹਟੇ ਕੱਟੇ ਸੀ ਉਹ ਉਹ ਮਤਲਬ ਪਿਓਰ ਸੀ ਸਭ ਕੁਛ ਤੇ ਹੁਣ ਜਿਹੜੀ ਹਰੀ ਕ੍ਰਾਂਤੀ ਨੇ ਜਿਹੜਾ ਹੈ ਨਾ ਇਹ ਜਦੋਂ ਦਾ ਬਿਜਲੀ ਤੇ ਆ ਡੀਜ਼ਲ ਤੇ ਪੈਟਰੋਲ ਆ ਗਿਆ ਤੇ ਇਹਦੇ ਨਾਲ ਆ ਗੱਡੀਆਂ ਅਸੀਂ ਹੁਣ ਲੋਕਾਂ ਦੂਸਰਿਆਂ ਵਾਸਤੇ ਜਿਉਂਦੇ ਹਾਂ ਅਸੀਂ ਆਪਣੇ ਵਾਸਤੇ ਨਹੀਂ ਜਿਉਂਦੇ ਵੀ ਫਲਾਣੇ ਨੇ ਉਹ ਫਾਰਚੂਨ ਲਿਆਂਦੀ ਤੇ ਮੇਰੇ ਕੋਲ ਵੀ ਫਾਰਚੂਨ ਚਾਹੀਦੀ ਹੈ ਫਲਾਣੇ ਨੇ ਉਹ ਲਿਆਂਦੀ ਭਾਵਾਂ ਕੁਛ ਚੁੱਗਾ ਵੇਖ ਕੇ ਤਮਾਸ਼ਾ ਫੂਕਣ ਦਾ ਕੀ ਫਾਇਦਾ ਚੁੱਗਾ ਫੂਕ ਕੇ ਤਮਾਸ਼ਾ ਵੇਖਣ ਦਾ ਕੀ ਫਾਇਦਾ ਹੋਇਆ ਬਿਲਕੁਲ ਬਿਲਕੁਲ ਤਾਂ ਹੁਣ ਆਉਂਦੇ ਹੁੰਦੇ ਨਾ ਇੱਕ ਗੀਤ ਹੁੰਦਾ ਸੀ ਪੁਰਾਣੇ ਸਮੇਂ 'ਚ ਕੱਚਾ ਉਹ ਕਹਿੰਦਾ ਵੀ ਕੱਚਾ ਵੇਖ ਕੇ ਪੱਕਾ ਵੇਖ ਕੇ ਕੱਚਾ ਨਹੀਂ ਢਾਉਣਾ ਅਤੇ ਰਹਿਣਾ ਤਾਂ ਤੇਰੀ ਮਰਜ਼ੀ ਅਤੇ ਉਹ ਜਨਾਨੀ ਕਹਿੰਦੀ ਸੀ ਵੀ ਮੈਨੂੰ ਪੱਕਾ ਘਰ ਪਾ ਕੇ ਤੇ ਸਰੀਕਾ ਨੇ ਪਾ ਲਿਆ ਉਹ ਕਹਿੰਦਾ ਸੀ ਵੀ ਪੱਕਾ ਵੇਖ ਕੇ ਕੱਚਾ ਨਹੀਂ ਢਾਉਣਾ ਅਤੇ ਰਹਿਣਾ ਤਾਂ ਤੇਰੀ ਮਰਜ਼ੀ ਇਸ ਕਰਕੇ ਇਸ ਤਰ੍ਹਾਂ ਦੇ ਲੋਕ ਸੀਗੇ ਹੁਣ ਜਿਹੜਾ ਪੈਸੇ ਦੀ ਦੌੜ ਆ ਗਈ ਹੈ ਪੈਸੇ ਦੀ ਦੌੜ ਦੇ ਵਿੱਚ ਲੋਕਾਂ ਨੇ ਪੈਸਾ ਹੀ ਪਿਓ ਹੈ ਪੈਸਾ ਹੀ ਪੁੱਤ ਹੈ ਪੈਸਾ ਹੀ ਚਾਚਾ ਪੈਸਾ ਹੀ ਤਾਇਆ ਜੇ ਕੋਈ ਲੋੜ ਪੂਰੀ ਕਰਦਾ ਤਾਂ ਤੁਹਾਡਾ ਉਹ ਰਿਸ਼ਤੇਦਾਰ ਹੈ ਜੇ ਨਹੀਂ ਲੋੜ ਪੂਰਾ ਕਰਦਾ ਤਾਂ ਤੁਹਾਡਾ ਉਹ ਦੁਸ਼ਮਣ ਹੈ ਉਹਨੂੰ ਤੁਸੀਂ 6-6 ਮਹੀਨੇ ਜਾਂ ਸਾਲ ਜਾਂ 2-2, 4-4 ਸਾਲ ਉਹਨੂੰ ਬੁਲਾਉਂਦੇ ਹੀ ਨਹੀਂ ਗੇ ਜੇ ਤੁਹਾਡੀ ਜੇਬ 'ਚ ਕੁਛ ਹੈਗਾ ਰਿਸ਼ਤੇਦਾਰ ਜਿਹੜਾ ਤੁਹਾਨੂੰ ਚੰਗਾ ਸਮਝਣਗੇ ਹਾਂਜੀ ਜਾਂ ਤੁਸੀਂ ਉਹਨਾਂ ਨੂੰ ਚੰਗਾ ਸਮਝੋਗੇ ਜੇ ਜੇਬ ਖਾਲੀ ਹੈ ਤਾਂ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਜਿਹੜੇ ਆ ਨਾ ਉਹ ਮੂੰਹ ਮੋੜ ਜਾਣਗੇ ਤਾਂ ਜਾਣੀ ਪੈਸਾ ਜਿਹੜਾ ਪ੍ਰਧਾਨ ਹੋ ਗਿਆ ਤੇ ਇਹ ਇਸੇ ਕਾਰਨ ਹੀ ਹੈ ਪੈਸੇ ਦੀ ਦੌੜ ਹੈ ਲੋਕ ਕੁਦਰਤ ਨਾਲੋਂ ਟੁੱਟ ਗਏ ਆ ਕੁਦਰਤ ਨਾਲੋਂ ਦੂਰ ਹੋ ਗਏ ਆ ਔਰ ਲੋਕ ਸਫਿਸਟੀਕੇਟਡ ਹੋ ਗਏ ਆ ਲੋਕਾਂ ਨੇ ਨਜਾਇਜ਼ ਖਰਚੇ ਵਧਾ ਲਏ ਆਪਦੇ ਅਤੇ ਕੁਦਰਤ ਦੇ ਜਿਹੜੇ ਕੁਦਰਤ ਨੇ ਨਿਆਮਤਾਂ ਬਖਸ਼ੀਆਂ ਸੀ ਉਹਨਾਂ ਨੂੰ ਉਹ ਭੁਲਾ ਬੈਠੇ ਆ ਅਤੇ ਇਸ ਕਰਕੇ ਬੰਦੇ ਨੇ ਤਾਂ ਫਿਰ ਦੁਖੀ ਹੋਣਾ ਹੀ ਹੋਣਾ ਨਾ ਜਦੋਂ ਨਿਰਾ ਪੂਰਾ ਪੈਸਾ ਹੀ ਸਭ ਕੁਛ ਹੋ ਗਿਆ ਜੇ ਕਿਸੇ ਕੋਲ ਵੱਡੀ ਫਾਰਚੂਨ ਗੱਡੀ ਹੈ ਤਾਂ ਦੂਜਾ ਜਿਹੜਾ ਵਿਚਾਰਾ ਮੇਰੇ ਵਰਗਾ ਜਿੰਨ ਵਾਲਾ ਹੁੰਦਾ ਅਤੇ ਉਹਨੂੰ ਉਹ ਮਤਲਬ ਉਹਦੇ ਕੋਲ ਦੀ ਐਂ ਪੂਰੇ ਹਾਰਨ ਮਾਰ ਕੇ ਤਾਂ ਐਂ ਟੱਪਦਾ ਹਨੇਰੀ ਜਾਂਦਾ ਯਾਨੀ ਇਹ ਸਾਡੇ ਮਾਇੰਡ ਖਰਾਬ ਹੋ ਗਿਆ ਮੈਂ ਤਾਂ ਕਹਿੰਦਾ ਲੋਕਾਂ ਦਾ ਅਤੇ ਦੂਸਰੀ ਗੱਲ ਹੈਗੀ ਹੈ ਕਿ ਜਿਵੇਂ ਜਿਵੇਂ ਲੋਕਾਂ ਦਾ ਇਹ ਸਿਸਟਮ ਬਦਲਦਾ ਗਿਆ ਸਾਡੀ ਐਜੂਕੇਸ਼ਨ ਦਾ ਢਾਂਚਾ ਬਦਲਤਾ ਬਿਲਕੁਲ ਸਾਡੇ ਪ੍ਰਾਇਮਰੀ ਸਕੂਲ ਹੁੰਦੇ ਸੀ 6ਵੀਂ 'ਚ ਅੰਗਰੇਜ਼ੀ ਲੱਗਦੀ ਸੀ ਅਤੇ ਅਸੀਂ ਮਤਲਬ ਕੀ ਹੈ ਕਿ ਸਾਰਾ ਸਾਰਾ ਸਿਸਟਮ ਵਧੀਆ ਚੱਲਦਾ ਸੀ ਸਸਤਾ ਸੀਗਾ ਹਾਂਜੀ ਥੋੜ੍ਹੀਆਂ ਲੋੜਾਂ ਨਾਲ ਥੋੜ੍ਹੇ ਬੈਂਚਾਂ ਬੁੰਚਾਂ ਨਾਲ ਸਰ ਜਾਂਦਾ ਸੀਗਾ ਅਤੇ ਮਤਲਬ ਵਧੀਆ ਸਟੱਡੀ ਹੁੰਦੀ ਸੀ ਸਾਨੂੰ ਵੀ ਉਹ 400 ਤੱਕ ਪਹਾੜੇ ਉਦੋਂ ਆਉਂਦੇ ਹੁੰਦੇ ਸੀਗੇ ਹਾਂਜੀ ਅਤੇ ਹੁਣ ਮੈਂ ਇੱਥੇ 12ਵੀਂ ਪੜ੍ਹੇ ਵਾਲਿਆਂ ਮੁੰਡਿਆਂ ਨੂੰ ਕਈ ਨੂੰ ਪੁੱਛਦਾ 2.5 ਕਿੰਨੇ ਹੁੰਦੇ ਆ ਆਉਂਦੇ 5.5 ਵੀ ਆ 4.5 ਜਾਣੀ ਹੁਣ ਜਿਹੜੀ ਸਟੱਡੀ ਹੈ ਤੋਤਾ ਟੱਟਣਾ ਹਾਂਜੀ ਐਜੂਕੇਟ ਨਹੀਂ ਕਰਦੇ
ਵੀ ਬੰਦੇ ਨੂੰ ਟ੍ਰੇਨ ਕਰਨਾ ਨਾ ਵੀ ਤੂੰ ਵੀ ਉਹਦੇ ਅੰਦਰੋਂ ਨਿਕਲ ਜਾਓ ਉਪਜੇ ਫਾਰਮੂਲੇ 'ਚੋਂ ਫਾਰਮੂਲਾ ਕੱਢੇ ਅਤੇ ਪਰ ਜਿਵੇਂ ਤੋਤੇ ਨੂੰ ਪੜ੍ਹਾ ਦਿੰਦੇ ਹਾਂ ਜਿੰਨਾ ਪੜ੍ਹਾਇਆ ਉਨਾ ਹੀ ਬੋਲਦਾ ਉਹ ਤੋਂ ਵੱਧ ਨਹੀਂ ਬੋਲਦਾ ਜੀ 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 ਦੂਸਰੀ ਗੱਲ ਜਿਹੜੀ ਜਿਹੜੇ ਸਾਡਾ ਖੇਤੀ ਦਾ ਢਾਂਚਾ ਬਦਲਤਾ ਅਸੀਂ ਸਾਡੀ ਖੇਤੀ ਸੀ ਅੱਗੇ ਆਰਗੈਨਿਕ ਹਾਂਜੀ ਦੇਸੀ ਸੀ ਕੁਦਰਤ ਦੇ ਮੀਂਹ 'ਤੇ ਡਿਪੈਂਡ ਕਰਦੀ ਸੀ ਜਾਂ ਥੋੜ੍ਹੀਆਂ 27% ਸਾਰੀ ਆਪਣੀ ਇਰੀਗੇਸ਼ਨ ਹੁੰਦੀ ਸੀ ਹੁਣ ਵੀ ਪੰਜਾਬ 'ਚ ਹਾਂਜੀ ਤਾਂ ਬਹੁਤੀ ਖੇਤੀ ਬਰਾਨੀ ਹੁੰਦੀ ਸੀ ਲੋਕ ਹੱਡ ਭੰਨਵੀਂ ਮਿਹਨਤ ਕਰਦੇ ਸੀ ਉਹ ਥੋੜ੍ਹੇ ਜਿਹੀ ਉਹਨਾਂ ਨੂੰ ਸਬਰ ਆਉਂਦਾ ਸੀ ਸੰਤੋਖ ਆਉਂਦਾ ਸੀ ਅਤੇ ਹੁਣ ਤੁਹਾਨੂੰ ਪਤਾ ਵੀ ਲੱਖ ਲੱਖ ਦਾ ਜੋ ਝੋਨਾ ਨਿਕਲਣ ਲੱਗ ਪਿਆ ਹਾਂਜੀ ਜੱਟ ਤਾਂ ਨਹੀਂ ਪਤਾ ਵੀ ਉਹਨਾਂ ਦੇ ਸਵਾਗਤ 'ਤੇ ਚੜਿਆ ਨਹੀਂ ਮਾਣ ਹੁੰਦਾ ਤਾਂ ਫਿਰ ਇਹ ਚੀਜ਼ਾਂ ਨੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਉਹਨੇ ਕੰਮ ਛੱਡਤਾ ਇੱਥੇ ਆਪਾਂ ਇਹ ਵੀ ਸਮਝੀਏ ਨਾ ਇੱਥੇ ਨੁਕਸਾਨ ਵੀ ਬਹੁਤ ਕਰਾਇਆ ਅਸੀਂ ਸਿਹਤ ਪੱਖੋਂ ਨੁਕਸਾਨ ਕਰਾ ਰਹੇ ਹਾਂ ਸਾਡਾ ਮਤਲਬ ਕਿ ਜਿੱਦਾਂ ਔਰਗੈਨਿਕ ਤੋਂ ਅਸੀਂ ਰਿਹਾ ਸਪਰੇਆਂ ਵਾਲੇ ਮਸਲੇ 'ਚ ਪਹੁੰਚ ਗਏ ਉੱਥੋਂ ਬੜੀਆਂ ਬਿਮਾਰੀਆਂ ਆਈਆਂ ਗਏ ਕੋਈ ਬਿਮਾਰੀ ਨਹੀਂ ਮੰਨ ਲਓ ਅੱਗੇ ਪੁਰਾਣੇ ਬਜ਼ੁਰਗਾਂ ਨੂੰ ਹੁਣ ਵੀ ਦੇਖਦੇ ਹਾਂ ਮੰਨ ਲਓ ਤੁਹਾਡੀ ਗੱਲ ਕਰੀਏ ਤੁਹਾਡੀ ਉਮਰ ਲਗਭਗ ਮੇਰੇ ਹਿਸਾਬ ਨਾਲ 70 ਤੋਂ ਉੱਪਰ ਹੋਊਗੀ ਮੈਂ 72 ਸਾਲ 'ਚ ਜਾ ਰਿਹਾ ਹਾਂ ਹਾਂਜੀ ਅਤੇ ਮੰਨ ਲਓ ਸਿਹਤ ਤੁਹਾਡੀ ਅੱਜ ਵੀ ਪ੍ਰੋਪਰ ਐਕਟਿਵ ਪਈ ਆ ਮੰਨ ਲਓ ਹਰ ਇੱਕ ਪਾਸਿਓਂ ਹੁਣ ਜਿਹੜੀ ਸਾਡੇ ਵਾਲੀ ਜਨਰੇਸ਼ਨ ਦੀ ਗੱਲ ਕਰ ਲਈਏ ਤਾਂ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ 60-70 ਤੱਕ ਪਹੁੰਚਣਾ ਬੜੀ ਨੈਚੁਰਲ ਹੈ ਨਾ ਫਿਰ ਦੇਖੋ ਸਾਰੀ ਉਮਰ ਮੈਂ ਨਸ਼ਾ ਨਹੀਂ ਕੀਤਾ ਕੋਈ ਜੀ ਤਾਂ ਦੇਸੀ ਭੋਜਨ ਜਿੰਨਾ ਮਿਲ ਗਿਆ ਉਹ ਖਾ ਲਿਆ ਉਹ ਹਾਂਜੀ ਤਾਂ ਬਾਜ਼ਾਰ ਦੀ ਚੀਜ਼ ਨਹੀਂ ਉਹਨੂੰ ਅਵੋਇਡ ਕਰੀਦਾ ਹਾਂਜੀ ਸੋਚੀਦਾ ਵੀ ਬਾਜ਼ਾਰ ਦਾ ਨਾ ਹੀ ਖਾਧਾ ਜਾਵੇ ਵਿਆਹਾਂ 'ਚ ਵੀ ਜਾਈਦਾ ਤਾਂ ਫਰੂਟ ਫਰਾਟ ਖਾ ਲਈਦੇ ਆ ਅਤੇ ਮਿੱਠਾ ਮੁੱਠਾ ਅਤੇ ਉਹ ਨਹੀਂ ਕੁਛ ਵੀ ਖਾਈਦਾ ਬਾਕੀ ਮੁੜ ਤੋਂ ਮੈਂ ਵੈਜੀਟੇਰੀਅਨ ਹਾਂ ਹਾਂਜੀ ਮੈਂ ਇਹ ਵੀ ਇਹ ਗੱਲ ਹੈ ਕਿ ਵੀ ਦੂਸਰੀ ਗੱਲ ਹੈ ਕਿ ਜੇ ਤੁਸੀਂ ਸਿੰਪਲ ਹੋ ਤੁਹਾਡੀਆਂ ਲੋੜਾਂ ਥੋੜ੍ਹੀਆਂ ਹੋਣਗੀਆਂ ਤਾਂ ਤੁਹਾਡੇ ਵਿਚਾਰ ਵੀ ਸ਼ੁੱਧ ਹੋਣਗੇ ਤਾਂ ਜਿਹੜੀ ਵੱਡਾ ਜਿਹੜਾ ਕਾਰਨ ਸਾਨੂੰ ਘਾਟਾ ਇਹ ਹੋਇਆ ਕਿ ਸਾਡੇ ਲੋਕ ਜਿਹੜੇ ਨੌਜਵਾਨ ਪੀੜ੍ਹੀ ਹੈ ਹੈਗੇ ਆ ਉਹਨਾਂ ਨੇ ਕੰਮ ਕਰਨਾ ਛੱਡਤਾ ਕੰਮ ਕਰਨਾ ਛੱਡ ਕੇ ਨਿਕੰਮੇ ਹੋ ਗਏ ਉਹਨਾਂ ਦਾ ਸਰੀਰ ਡੀਐਕਟਿਵ ਹੋ ਗਿਆ ਉਹ ਮਤਲਬ ਲੱਗਦੇ ਤਾਂ ਜਿਹੜੀਆਂ ਦੇਹਾਂ ਉਹਨਾਂ ਦੀਆਂ ਵਿੱਚ ਉਹਨਾਂ ਦੇ ਕੁਛ ਹੈ ਨਹੀਂ ਗਾ ਅਸੀਂ ਆਪਦੇ ਕਲਚਰ ਨੂੰ ਧੰਦੇ ਨੂੰ ਟੁੱਟ ਗਏ ਅੱਗੇ ਕੀ ਹੈ ਕਿ ਜਿਹੜਾ ਧੰਦਾ ਮਾਂ ਬਾਪ ਕਰਦਾ ਸੀ ਉਹੀ ਧੰਦਾ ਅੱਗੇ ਬੱਚੇ ਕਰੀ ਜਾਂਦੇ ਸੀਗੇ ਮੁਫ਼ਤ 'ਚ ਸਿੱਖ ਜਾਂਦੇ ਸੀਗੇ ਹਾਂਜੀ ਤਾਂ ਜਾਣੀ ਇਹ ਚੀਜ਼ਾਂ ਬੜੀਆਂ ਵਧੀਆ ਸੀ ਮਿਸਤਰੀ ਦਾ ਪੁੱਤ ਜਿਹੜਾ ਸੀ ਉਹ ਮਿਸਤਰੀ ਬਣਦਾ ਸੀ ਕਿਸਾਨ ਦਾ ਪੁੱਤ ਕਿਸਾਨ ਬਣਦਾ ਸੀ ਲੁਹਾਰ ਦਾ ਪੁੱਤ ਲੁਹਾਰ ਬਣਦਾ ਸੀ ਘੁਮਿਆਰ ਦਾ ਪੁੱਤ ਘੁਮਿਆਰ ਬਣਦਾ ਸੀ ਉਹ ਕਿਸੇ ਟ੍ਰੇਨਿੰਗ ਸਕੂਲ 'ਚ ਨਹੀਂ ਜਾਂਦਾ ਸੀ ਉਹ ਤਾਂ ਜਾਣੀ ਇਹ ਚੀਜ਼ਾਂ ਬੜੀਆਂ ਵਧੀਆ ਸੀ ਕਿ ਪਿਤਾ ਪੁਰਖ ਹੀ ਧੰਦੇ ਚੱਲਦੇ ਰਹਿੰਦੇ ਸੀ ਆਤਮ ਨਿਰਭਰ ਸੀ ਕੁਦਰਤ ਨਾਲ ਲੋਕ ਜੁੜੇ ਸੀ ਲੋੜਾਂ ਥੋੜ੍ਹੀਆਂ ਸੀ ਗਰੀਬ ਸੀ ਤਾਂ ਹੁਣ ਉਹਨਾਂ ਨੇ ਲੋਕਾਂ ਨੇ ਬੇਲ ਜਿਹੜੀਆਂ ਲੋੜਾਂ ਵਧਾ ਲਈਆਂ ਤਾਂ ਅੱਗਾ ਦੌੜ ਅਤੇ ਪਿੱਛਾ ਚੌੜ ਹੋ ਗਿਆ ਹੁਣ ਜੇ 10 ਕਿੱਲਿਆਂ ਵਾਲੇ ਨੇ 20 ਕਿੱਲਿਆਂ ਵਾਲਿਆਂ ਨੇ ਵਿਆਹ ਜੇ ਉੱਥੇ ਪੈਲਸ 'ਚ ਕੀਤਾ 10 ਕਿੱਲਿਆਂ ਵਾਲਾ 5 ਕਿੱਲਿਆਂ ਵਾਲਾ ਦਾ ਯਾਰ ਮੈਂ ਮੇਰੀ ਕਿਹੜਾ ਵੀ ਮੈਂ ਘੱਟ ਹਾਂ ਕਿਸੇ ਮੈਂ ਘੱਟ ਕਰਜ਼ਾ ਚੱਕ ਕੇ ਵੀ ਉਹ ਜ਼ਮੀਨ ਕਿੱਲਾ ਬੈ ਕਰਕੇ ਵੀ ਕਹਿਣੇ ਜੇ ਆਪਾਂ ਹੁਣ ਪੁਰਾਣੇ ਸਮਿਆਂ ਦੇ ਵਿਆਹਾਂ ਦੀ ਗੱਲ ਹੀ ਕਰ ਲੈਂਦੇ ਹਾਂ ਅਤੇ ਉਹ ਇੱਕ ਪਿੰਡ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਬਰਾਤ ਨੇ ਬਹਿਣਾ ਮੰਨ ਲਓ ਹੈ ਨਾ ਇੱਕ ਸਭ ਦੇ ਮਾਹੌਲ 'ਚ ਸਾਰੇ ਪਿੰਡ ਨੇ ਰਲ ਮਿਲ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਉਹਨਾਂ ਨੂੰ ਚਾਹ ਪਾਣੀ ਪਿਆਉਣਾ ਉਹੀ ਚੀਜ਼ ਕਹਿੰਦਾ ਨਾ ਮੈਂ ਹਾਂਜੀ ਹਾਂਜੀ ਜਦੋਂ ਵਿਆਹ ਹੁੰਦਾ ਸੀ ਪਹਿਲਾਂ ਤਾਂ ਉਹਨਾਂ ਨੇ ਕਿ 8 ਦਿਨ ਪਹਿਲਾਂ ਤਾਂ 10 ਦਿਨ ਪਹਿਲਾਂ ਤਾਂ ਉਹਨਾਂ ਨੇ ਗੁਆਂਢਣਾਂ ਨੂੰ ਸੱਦਣਾ ਜੀ ਉਹਨਾਂ ਨੇ ਵੇਸਣ ਦਲਣਾ ਆਟਾ ਦਲਣਾ ਚੱਕੀਆਂ 'ਤੇ ਘਰੇ ਬੈਠ ਕੇ ਜੀ ਅਤੇ ਫਿਰ ਉਹਨਾਂ ਨੇ ਜਿੱਦਣ ਆਉਣਾ ਨਾ ਹਲਵਾਈ ਨਹੀਂ ਅਤੇ ਕੜਾਹੀ ਚੜ੍ਹਨੀ ਅਤੇ ਘਰ ਦਾ ਇੱਕ ਬੰਦਾ ਹਾਂਜੀ ਉਹਨੂੰ ਸੱਦ ਲੈਣਾ ਕੜਾਹੀ 'ਤੇ ਹਾਂਜੀ ਉਹ ਕੜਾ ਹਲਵਾਈ ਦੀ ਹੈਲਪ ਕਰਦਾ ਸੀਗਾ ਜੀ ਫਿਰ ਜਦੋਂ ਉਹਨਾਂ ਨੇ ਮਿਠਾਈ ਤਿਆਰ ਕਰ ਲੈਣੀ ਤਾਂ ਫਿਰ ਮੰਜੇ ਬੇਸਰੇ ਪਿੰਡ 'ਚੋਂ ਮੁੰਡਿਆਂ ਨੇ ਇਕੱਠੇ ਕਰਨੇ ਜੀ ਦੁੱਧ ਲੋਕ ਆਪ ਦੇ ਜਾਂਦੇ ਸੀ ਤਾਂ ਉਹ ਫਿਰ ਜਦੋਂ ਬਰਾਤ ਨੇ ਆਉਣਾ ਤਾਂ ਉਹ ਮੁੰਡੇ ਹੀ ਉਹਨਾਂ ਨੂੰ ਥੱਲੇ ਪਹਿਲਾਂ ਤਾਂ ਪੱਟੀਆਂ 'ਤੇ ਬਿਠਾ ਕੇ ਰੋਟੀ ਖਵਾਉਂਦੇ ਰਹੇ ਜੀ ਅਤੇ ਪੱਟੀਆਂ 'ਤੇ ਥਾਲੀਆਂ ਹੁੰਦੀਆਂ ਸੀ ਬਸ ਕਲੀਆਂ ਅਤੇ ਉਹਦੇ ਵਿੱਚ ਮਿਠਾਈ ਮਠੂਈ ਰੱਖ ਦੇਣੀ ਅਤੇ ਉਹ ਮਤਲਬ ਵੀ ਉਹਨਾਂ ਨੇ ਉਵੇਂ ਰੋਟੀ ਪਾਣੀ ਚਾਹ ਪਾਣੀ ਪਿਆ ਕੇ ਅਤੇ ਆਪਣੇ ਪਿੰਡ ਦੇ ਮੁੰਡੇ ਗੱਭਰੂ ਜਿਹੜੇ ਸੀ ਉਹ ਖਵਾ ਪਿਆ ਦਿੰਦੇ ਸੀ ਬਹਿਰਿਆਂ ਦਾ ਖਰਚਾ ਵੀ ਕੋਈ ਨਹੀਂ ਹੁੰਦਾ ਮੁਫ਼ਤ 'ਚ ਵਿਆਹ ਹੋ ਜਾਂਦਾ ਸੀ ਅਤੇ ਮਗਰੋਂ ਵਿਆਹ ਤੋਂ ਜਦੋਂ ਤੁਰਦਾ ਸੀ ਉਹ ਨਿਉਂਦਾ ਪਾ ਦਿੰਦੇ ਸੀ 5 ਰੁਪਏ ਕੋਈ 10 ਰੁਪਏ ਇਹ ਮਤਲਬ ਕਿ ਰਲ ਮਿਲ ਕੇ ਕਿਸੇ ਨੂੰ ਨਾ ਗਰੀਬ ਨੂੰ ਅਮੀਰ ਨੂੰ
ਜਾਂ ਤੇ ਕੋਈ ਖਰਚੇ ਨਹੀਂ ਪੈਂਦੇ ਸੀ ਬੇਲੋੜੇ। ਹੁਣ ਜੇ ਅਸੀਂ 10 ਲੱਖ ਤਾਂ ਕਹਿੰਦੇ ਪੈਲਸ ਦਾ ਖਰਚਾ ਹੀ ਹੋ ਗਿਆ, ਤੇ ਹੁਣ ਜਿਹੜਾ ਵਿਆਹ ਜਿਹੜਾ 20 ਕਿੱਲਿਆਂ ਵਾਲੇ ਦਾ ਵਿਆਹ ਉਹ 50 ਲੱਖ ਤੋਂ ਘੱਟ ਨਹੀਂ ਹੁੰਦਾ। ਪ੍ਰੋਫੈਸਰ ਸਾਹਿਬ ਇੱਥੇ ਇੱਕ ਗੱਲ ਕਰੀਏ ਆਪਾਂ ਕਿ ਮੰਨ ਲਓ ਇਹ ਕਾਰਨ ਕੀ ਬਣਿਆ, ਮੰਨ ਲਓ ਕਿਉਂ ਹੋਇਆ ਸਾਰਾ ਕੁਛ ਇੰਨਾ, ਮਤਲਬ ਕਿ ਜਿਵੇਂ ਕਹਿ ਲਓ ਕਿ ਤੁਸੀਂ ਅੱਜ ਆਪਦੀ ਉਮਰ ਦੇ ਵਿੱਚ ਉਸ ਕੋਸ਼ੇ ਤੋਂ ਜਿਹੜਾ ਜੋ ਕੁਛ ਅੱਜ ਹੋ ਰਿਹਾ, ਮੰਨ ਲਓ ਇੱਕ ਨੋਰਮਲ ਅਤੇ ਜਮ੍ਹਾਂ ਸਾਦੇ ਪੱਖ ਤੋਂ ਅੱਜ ਕਹਿ ਲਓ ਕਿ ਵੱਡੇ ਵੱਡੇ ਢੋਲ ਢਮੱਕੇ, ਵੱਡੇ ਪੈਲਸ, ਵੱਡੇ ਖਰਚੇ ਜਾਂ ਲੋਕਾਂ ਦੀਆਂ ਹੀ ਗੱਲ ਲੋੜਾਂ, ਇਹ ਮਤਲਬ ਕਿ ਇੰਨਾ ਬਦਲਾ ਜਾਂ ਇੰਨਾ ਸਿਸਟਮ ਕਿਉਂ ਬਦਲਿਆ? ਇਹਦੇ ਪਿੱਛੇ ਕੀ ਹੈ ਕਿ ਲੋਕਾਂ ਨੇ ਮਤਲਬ ਕਿ ਬਨੋਟੀ ਜ਼ਿੰਦਗੀ ਜਿਉਣ ਲੱਗ ਪਏ। ਹਾਂਜੀ, ਬਨੋਟੀ ਜ਼ਿੰਦਗੀ ਉਹਨਾਂ ਨੇ ਵਿਖਾਵੇ 'ਚ ਹੈ ਵੀ ਭਾਵਾਂ ਆਉਂਦੇ ਹੁੰਦੇ ਨਾ ਵੀ ਵਿਖਾਵਾ ਹੋਣਾ ਚਾਹੀਦਾ, ਬੱਲੇ ਬੱਲੇ ਹੋਣੀ ਚਾਹੀਦੀ ਹੈ ਭਾਵਾਂ ਚੁੱਗਾ ਉੱਜੜ ਜੇ। ਲੋਕ ਆਪਦੀ ਚਾਦਰ ਵੇਖ ਕੇ ਪੈਰ ਨਹੀਂ ਪਸਾਰਦਾ ਕੋਈ ਜੀ, ਅਤੇ ਉਹਨਾਂ ਨੇ ਕੀ ਕੀਤਾ ਹੈ ਕਿ ਇਹ ਕੰਮ ਨੂੰ ਟੁੱਟਣੇ ਕਰਕੇ ਜਿਹੜੇ ਵਿਹਲੇ ਹੋ ਗਏ, ਅਤੇ ਉਹਦੇ ਇੱਕ ਸਰਕਾਰ ਦੇ ਵੀ ਕੁਛ ਨੁਕਸ ਹੈਗੇ ਆ ਜੀ। ਸਰਕਾਰ ਨੇ ਜਿਹੜੀ ਹੈ 1992 ਤੋਂ ਮਗਰੋਂ ਕੋਈ ਪੋਸਟਾਂ ਹੀ ਨਹੀਂ ਕੱਢੀਆਂ। ਹਾਂਜੀ, ਅਤੇ ਜਿਹੜਾ ਨੌਜਵਾਨ ਸੀਗਾ ਉਹ ਕੰਮ ਕਰਨਾ ਉਹਨੇ ਊਂ ਛੱਡਤਾ ਸੀਗਾ, ਅਤੇ ਉਹ ਜੋਬ ਨੂੰ ਮਿਲਿਆ ਨਹੀਂ, ਅਤੇ ਉਹ ਡਾਊਨ ਡਾਊਨ ਕਰਦਾ ਫਿਰਿਆ, ਉਹ ਨਸ਼ਿਆਂ 'ਚ ਵੀ ਇੰਡਲਜ ਹੋ ਗਏ। ਹਾਂਜੀ ਹਾਂਜੀ, ਨਸ਼ਿਆਂ 'ਚ ਜਿਹੜਾ ਜਿੱਥੇ ਨਸ਼ਾ ਜਿਹੜੇ ਘਰ 'ਚ ਵੜ ਗਿਆ ਉਹਨੇ ਤਾਂ ਘਰ ਪੱਟ ਤੇ, ਤਾਂ ਜਿਹੜੀ ਇਹ ਇੱਕ ਦੂਜੇ ਦੂਸਰੇ ਵਾਸਤੇ ਅਸੀਂ ਜਿਉਣ ਲੱਗ ਪਏ ਵੀ ਯਾਰ ਉਹ ਸਾਨੂੰ ਕੀ ਕਹਿਣਗੇ, ਉਹ ਕੁਛ ਨਾ ਕੁਛ ਤਾਂ ਉਹਨਾਂ ਦੇ ਮੇਚੇ 'ਤੇ ਬਣੀਏ, ਜਾਂ ਰਿਸ਼ਤਾ ਕਰਨਾ ਤਾਂ ਰਿਸ਼ਤਾ ਅਸੀਂ ਲੱਭਣਾ, ਮਤਲਬ ਵੀ ਜਿਹੜਾ ਲੜਕੀਆਂ ਵਾਲੇ ਜਿਹੜੇ ਆ ਉਹ ਮੂੰਹ ਟੱਡੇ ਆ ਉਹਨਾਂ ਦੇ ਆਇਆਂ ਵਾਲੇ ਵਾਂਗੂ, ਉਹ ਮਤਲਬ ਰੱਜ ਕੇ ਦਾਜ ਮੰਗਦੇ ਆ ਲੜਕੀਆਂ ਵਾਲਿਆਂ ਤੋਂ ਜੀ। ਉਹ ਲੜਕੀਆਂ ਵਾਲੇ ਵੀ ਇਹ ਵੇਖਦੇ ਆ ਵੀ ਮੈਂ ਭਾਵਾਂ 10 ਕਿੱਲੇ ਆ, ਮੈਂ 20 ਕਿੱਲਿਆਂ ਵਾਲਾ ਪਾਲਾਂ, ਜਾਂ ਮੈਂ ਵੀ ਵਧੀਆ ਪਾਲਾਂ, ਜੇ ਬੈਟਰ ਨਹੀਂ ਗਾ ਜੇ ਪੜ੍ਹਿਆ ਲਿਖਿਆ ਮੁੰਡਾ ਭਾਵਾਂ ਗਰੀਬ ਹੋਵੇ, ਹਾਂਜੀ, ਅਤੇ ਜੋ ਕਮਾਈ ਕਰੂਗਾ, ਮਿਹਨਤ ਕਰੂਗਾ, ਮਿਹਨਤ ਕਰੂਗਾ, ਅਤੇ ਉਹ ਇਸ ਕਾ ਵੀ ਗੱਲਾਂ ਕੁਛ ਜ਼ਿਆਦਾ ਜਿਹੜੀਆਂ ਸਾਨੂੰ ਸਾਡੇ ਆਪੇ ਤੋਂ ਬਾਹਰ ਕਰ ਲੈ ਗਈਆਂ ਜੀ ਜੀ। ਤਾਂ ਉਹਦੇ ਨਾਲ ਕੀ ਹੋਇਆ ਕਿ ਨੌਜਵਾਨ ਜਿਹੜੀ ਅਗਲੀ ਜਿਹੜੀ ਬਜ਼ੁਰਗ ਅਸੀਂ ਤਾਂ ਹੋ ਗਏ ਬਜ਼ੁਰਗ ਹੋਣਾ, ਹਾਂਜੀ ਬਜ਼ੁਰਗ ਹੋ ਗਏ, ਅਤੇ ਜਿਹੜੀ ਅਗਲੀ ਪੀੜ੍ਹੀ ਕੰਮ ਨਹੀਂ ਕਰਦੀ ਉਹਨਾਂ ਦੀਆਂ ਲੋੜਾਂ ਜਿਹੜੀਆਂ ਵੱਡੇ, ਹੁਣ ਜਿਹੜੀ ਅੰਗਰੇਜ਼ੀ ਐਜੂਕੇਸ਼ਨ ਆ ਗਈ, ਹਾਂਜੀ, ਉਹਨੇ ਇੰਗਲਿਸ਼ ਐਜੂ ਜਿਹੜੇ ਪ੍ਰਾਈਵੇਟ ਸਕੂਲ ਚੱਲ ਪਏ, ਹਾਂਜੀ, ਹੁਣ ਜਿਹੜੇ ਪ੍ਰਾਇਮਰੀ ਸਕੂਲ ਅਸੀਂ ਤਾਂ ਮੁਫਤ ਪੜ੍ਹਦੇ ਰਹੇ ਹਾਂ, ਹਾਂਜੀ, ਕਿਉਂਕਿ ਸਾਡੀ ਫੀਸ ਹੁੰਦੀ ਸੀ 25 ਹੁੰਦੀ ਸੀ, 10 ਹੁੰਦੀ ਸੀ, ਫਿਰ ਹੋ ਗਈ, ਤਾਂ ਹੁਣ ਕੀ ਆ ਕਿ 1000 ਰੁਪਈਆ 10,000 15,000 ਮਹੀਨੇ ਦੀ ਫੀਸ ਹੈ, ਉਹ ਬੱਚੇ ਉਹ ਪੜ੍ਹਦੇ ਆ, ਉਹ ਪਹਿਲੀ ਤੋਂ ਅੰਗਰੇਜ਼ੀ ਲਾ ਦਿੰਦੇ ਆ, ਉਹ ਆਉਂਦੇ ਹੁੰਦੇ ਨਾ ਘਰ ਦਾ ਨਾ ਘਾਟ ਦਾ, ਨਾ ਉਹ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ, ਨਾ ਉਹਨਾਂ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਹੈ, ਅਤੇ ਮੈਂ ਦੱਸੋ ਵੀ ਮੈਨੂੰ ਹੁਣ ਅੰਗਰੇਜ਼ੀ ਛੇਵੀਂ 'ਚ ਲੱਗੀ ਹੈ, ਹਾਂਜੀ, ਅਤੇ ਮੈਂ ਅੰਗਰੇਜ਼ੀ ਵਧੀਆ ਬੋਲ ਲੈਂਦਾ, ਹਾਂਜੀ, ਵਧੀਆ ਸਮਝ ਲੈਂਦਾ, ਹਾਂਜੀ, ਤਾਂ ਜਾਣੀ ਉਹ ਵਾਲਾ ਮਾਡਲ ਜਿਹੜਾ ਸਾਡਾ ਬਹੁਤ ਚੰਗਾ ਸੀ। ਇਹ ਸਟੱਡੀ ਨੇ ਜਿਹੜੀ ਹੈ ਨਾ ਇਹ ਸਿਰਫ ਜਿਹੜੇ ਹੈ ਨਾ ਲਿਪਾ ਪੋਚੀ ਵਾਲੀ ਸਟੱਡੀ ਰਹਿ ਗਈ ਹੈ, ਹਾਂਜੀ, ਅਤੇ ਜਿਹੜੀ ਸੀ ਨਾ ਸਟੱਡੀ ਜਿਹੜੀ ਸਾਡੇ ਰੋਜ਼ ਦੇ ਮਰਮਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਸੀ, ਹਾਂਜੀ, ਉਸ ਤਰ੍ਹਾਂ ਦੀ ਸਟੱਡੀ ਨਹੀਂ ਰਹਿ ਗਈ, ਅਤੇ ਸਾਡਾ ਟੋਟਲੀ ਇਹਨਾਂ ਨੇ ਨਾ ਜਿਹੜਾ ਕਲਚਰ ਜਿਹੜਾ ਚੇਂਜ ਹੋ ਗਿਆ, ਜਿਹੜਾ ਕਿ ਸਮਝਦਾ ਮੈਂ ਕਿ ਪੰਜਾਬ, ਮੈਂ ਜੋ ਮੈਂ ਦੇਖਦਾ, ਹਾਂਜੀ, ਮੇਰਾ ਜੋ 60 ਸਾਲ ਦਾ ਐਕਸਪੀਰੀਅੰਸ ਹੈ ਜੀ, ਤਾਂ ਜਾਣੀ ਵੀ ਨਾ ਪੰਜਾਬ ਦਾ ਟੋਟਲੀ ਜਿਹੜਾ ਸਿਸਟਮ ਚੇਂਜ ਹੋ ਗਿਆ, ਹਾਂਜੀ, ਹੁਣ ਕੋਈ ਤੁਸੀਂ ਜਿੰਮਾਂ 'ਚ ਜਾਂਦੇ ਹਾਂ ਘਮਲੇ ਉਖਾਲਾ ਨਹੀਂ, ਤੁਸੀਂ ਸਵਾਰੀ ਦਾ ਵੱਟ ਨਹੀਂ ਸਵਾਰੀ ਦੀ ਉੱਥੇ ਕਿੱਲਾ, ਪੱਠੇ ਵੱਢ ਲਓ, ਪੱਠੇ ਵੱਢ ਲਓ, ਤੁਹਾਡੇ ਜਿੰਮ ਨਾਲ ਵੀ ਵਧੀਆ ਐਕਸਰਸਾਈਜ਼ ਹੋਊਗੀ, ਤੁਸੀਂ ਮਤਲਬ ਇੱਥੇ ਆਪਦਾ ਘਰ 'ਚ ਹੁਣ ਮੁੱਕੀ ਆ ਕਿ ਅਗਲਾ ਜਿਹੜਾ ਮਤਰਾਸ ਦੀ ਦੇਖੋ ਤੁਸੀਂ ਜੀ, ਵੀ ਘਰਾਂ 'ਚ ਅੱਗੇ ਸਾਡੇ 2 ਕੋਠੇ ਹੁੰਦੇ ਸੀ, ਅੱਗੇ ਬਰਾਂਡਾ ਹੁੰਦਾ ਸੀ ਜਾਂ 3 ਹੁੰਦੇ ਸੀ, ਅਤੇ ਜਿਹੜਾ ਚੰਗਾ ਕਰੋ ਤਾਂ ਚੁਆਰਾ ਪਾ ਲੈਂਦਾ ਸੀ, ਹਾਂਜੀ, ਨਾਲ ਦੀ ਪੌੜੀਆਂ ਚੜ੍ਹਾਉਣੀਆਂ ਅਤੇ ਉਹਦੇ ਥੱਲੇ ਰਸੋਈ ਬਣਾ ਲੈਣੀ ਜੀ, ਅਤੇ ਹੁਣ ਬੜੀਆਂ ਬੜੀਆਂ ਵੇਖੋ ਆ ਮਹਿਲ ਤੁਹਾਨੂੰ ਦਿੰਦੇ ਹੀ ਪਏ ਆ, ਅਤੇ ਆਪਦੇ ਵਿੱਚ ਤੋਂ ਬਾਹਰ ਹੋ ਕੇ, ਅਤੇ ਮਤਲਬ ਵੀ 50-50 ਲੱਖ ਦੀ 60-60 ਲੱਖ ਕੋਠੀਆਂ 'ਤੇ ਲਾਤਾ, ਅਤੇ ਫਿਰ ਅਗਲੀ ਗੱਲ ਹੈ ਉਹ ਜਿਹੜਾ ਨਾ ਕਮਾਈ ਤਾਂ ਬਾਹਰ ਜਦੋਂ ਕੰਮ ਨਹੀਂ ਕਰਨਾ ਘੱਟ ਗਈ, ਹਾਂਜੀ, ਅਤੇ ਬੈਂਕਾਂ ਦੀਆਂ ਲਿਮਿਟਾਂ ਬਣਾ ਲਈਆਂ,
ਜੀ, ਉਹ ਬੈਂਕਾਂ ਵਾਲੇ ਗੇੜੇ ਮਾਰਦੇ ਰਹਿੰਦੇ ਆ ਤਾਂ ਜਾਣੀ ਫਿਰ ਉਹ ਮਨੋ ਜਿਹੜਾ ਅਸੀਂ ਪੰਜਾਬੀ ਤਾਂ ਰਹੇ ਹੀ ਨਹੀਂ ਗੇ, ਅਸੀਂ ਪਹਿਲਾਂ ਵਾਲੇ ਪੰਜਾਬੀ ਤਾਂ ਰਹੇ ਨਹੀਂ, ਨਾ ਤਾਂ ਸਾਡੇ 'ਚ ਉਹ ਉਸਕਾਂ ਦੀ ਬੁੱਧੀ ਰਹਿ ਗਈ, ਹਾਂਜੀ, ਨਾ ਸਾਡੇ 'ਚ ਉਸਕਾਂ ਦਾ ਗੱਟਸ ਰਹਿ ਗਏ ਜੀ, ਨਾ ਸਾਡੇ 'ਚ ਉਸਕਾਂ ਦਾ ਸਿਦਕ ਰਹਿ ਗਿਆ, ਅਸੀਂ ਸਾਨੂੰ ਟੋਟਲੀ ਸਾਡੇ 'ਤੇ ਕਾਰਪੋਰੇਟ ਜਿਹੜੀ ਕਾਰਪੋਰੇਟ ਰਿਲੇਸ਼ਨਾਂ ਹੈਗੀਆਂ ਨਾ ਟੋਟਲੀ ਹੱਲ ਹੀ ਹੋ ਗਈਆਂ ਆਸਾਨੀ 'ਤੇ ਜਾਂ ਸਾਡੇ ਪੰਜਾਬ ਦੇ ਲੋਕਾਂ 'ਤੇ, ਤੇ ਅਸੀਂ ਉਹ ਹੁਣ ਨਾ ਸਾਨੂੰ 24 ਘੰਟੇ ਸਾਡੇ ਤੇ ਫਿਕਰ ਹੀ ਰਹਿੰਦਾ ਤੇ ਚਿੰਤਾ ਹੀ ਰਹਿੰਦੀ ਹੈ ਵੀ ਉਹ ਕਿਸ ਤਰ੍ਹਾਂ ਭਰਨੀ ਹੈ, ਫਲਾਣਾ ਕਰਨੀ, ਧਮਕਾ ਕਰਨੀ ਹੈ, ਤਾਂ ਬਹੁਤੇ ਲੋਕ ਨੌਕਰੀਆਂ ਨਾ ਮਿਲਣ ਕਰਕੇ ਸਰਕਾਰ ਵੱਲੋਂ ਹੁਣ ਆ ਭਗਵੰਤ ਮਾਨ ਦੀ ਗੌਰਮੈਂਟ ਨੇ ਥੋੜ੍ਹੀਆਂ ਥੋੜ੍ਹੀਆਂ ਕਦੇ ਕਦੇ ਕੱਢ ਦਿੰਦਾ ਉਹ। ਡਾਕਟਰ ਸਾਹਿਬ, ਇੱਥੇ ਤੁਸੀਂ ਇੱਕ ਗੱਲ ਕੀਤੀ ਕਿ ਹੈ ਨਾ ਲੋਕਾਂ ਨੇ ਵੱਡੇ ਵੱਡੇ ਮਹਿਲ ਛੱਤ ਲਏ ਅਤੇ ਆਪਾਂ ਤੁਹਾਡੇ ਘਰ ਬੈਠੇ ਸੀ, ਦੇਖਿਆ ਕੋਠੀ ਆਪਣੀ ਵੀ, ਇਹਦੇ ਪਿਛਲਾ ਰਾਜ ਕੀ ਆ? ਇਹ ਜ਼ਰੂਰੀ ਤੁਹਾਨੂੰ ਗੱਲ ਦੱਸਣੀ ਮੈਂ ਕਿ ਮੈਂ ਵੀ ਮਤਲਬ ਫਾਦਰ ਨੇ ਮੇਰੇ ਨੇ ਫਾਦਰ ਨੂੰ ਦਾ ਉਹਨਾਂ ਦੀ ਜੇਨਿਤ ਸੀ ਜਿਹੜਾ ਜ਼ਮੀਨ ਨਹੀਂ ਖਰੀਦਦਾ, ਹਾਂਜੀ, ਉਹ ਆਪਦੇ ਪਿਓ ਦਾ ਪੁੱਤ ਹੀ ਨਹੀਂ ਗਾ। ਅੱਛਾ ਜੀ। ਉਹ ਕਹਿੰਦੇ ਸੀ ਜਿਹੜਾ ਜ਼ਮੀਨ ਨਹੀਂ ਖਰੀਦਦਾ ਉਹ ਨਹੀਂ ਰੱਖਦਾ, ਹਾਂਜੀ, ਉਹ ਪੁੱਤਰ ਹੈ, ਹਾਂਜੀ, ਅਤੇ ਜਿਹੜਾ ਵੇਚਦੇ, ਹਾਂਜੀ, ਉਹ ਕਪੁੱਤਰ ਹੈ, ਹਾਂਜੀ, ਅਤੇ ਜਿਹੜਾ ਬਣਾਵੇ ਉਹ ਉਸ ਪੁੱਤਰ ਆ, ਹੈਂ, ਤਾਂ ਇਸ ਕਰਕੇ ਮੈਨੂੰ ਇਹ ਗੱਲ ਵੀ ਸਤਾਉਂਦੀ ਸੀ। ਅੱਛਾ, ਅਤੇ ਮੈਂ ਵੀ ਫਿਰ ਉਹਨਾਂ ਦੀ ਲੈਣ 'ਚ ਲੱਗ ਗਿਆ, ਮੈਂ ਥੋੜ੍ਹੀ ਬਹੁਤੀ ਜਿੰਨੀ ਕੁ ਮੈਥੋਂ ਬਣੀ ਮੈਂ ਬਣਾਈ ਗਿਆ, ਮੈਂ, ਹਾਂਜੀ, ਥੋੜ੍ਹੀ ਬਹੁਤੀ ਖਰੀਦੀ ਮੈਂ ਜ਼ਮੀਨ, ਠੀਕ ਹੈ ਜੀ, ਤਾਂ ਉਸ ਸਮੇਂ ਮੈਂ ਘਰ ਮੇਰਾ ਸੀਗਾ, ਦੋ ਮਕਾਨ ਪਿੱਛੇ ਸੀਗੇ ਤਾਂ ਅੱਗੇ ਬਰਾਂਡਾ ਸੀ, ਬਸ ਉਵੇਂ ਜਿਵੇਂ ਦੱਸਿਆ ਸੀ ਮੈਂ, ਸਿੰਪਲ ਸਾਦਾ ਘਰ ਸੀ ਅਤੇ ਸਕੂਟਰ ਮੇਰੇ ਕੋਲ ਹੁੰਦਾ ਸੀ। ਅੱਛਾ ਜੀ। ਸਕੂਟਰ 'ਤੇ ਮੈਂ ਸਾਰਾ ਕੰਮ ਕਰਦਾ ਸੀ, ਜਾਂਦਾ ਸੀ, ਇੱਕ ਪੁਰਾਣਾ ਜਿਹਾ ਟਰੈਕਟਰ ਮੇਰੇ ਕੋਲ ਹੁੰਦਾ ਸੀ, 71 ਮਾਡਲ, ਹਾਂਜੀ, 3000 ਫੋਰਡ, ਇੰਗਲੈਂਡ ਦਾ ਬਲੈਤੀ ਜੀ, ਤਾਂ ਉਹਦੇ ਨਾਲ ਮੈਂ ਚੱਲਦਾ ਗਿਆ। ਅਤੇ ਉਸ ਸਮੇਂ ਫਿਰ ਕੀ ਆ ਕਿ ਮੇਰਾ ਜਿਹੜਾ ਲੜਕਾ ਸੀ ਨਾ, ਮਤਲਬ ਇੱਕੋ ਹੀ ਲੜਕਾ ਸੀ ਮੇਰੇ 'ਤੇ, ਮਤਲਬ ਵੀ ਉਹ ਬਾਹਰ ਪੜ੍ਹਦਾ ਪਿਆ ਸੀ, ਉਹ ਹਿਮਾਚਲ ਦੇ ਵਿੱਚ ਨੌਣੀ ਯੂਨੀਵਰਸਿਟੀ 'ਚ ਜੀ, ਅਤੇ ਉਹ 24-25 ਸਾਲ ਦਾ ਹੋ ਗਿਆ, ਅਤੇ ਮੈਂ ਸੋਚਦਾ ਸੀ ਵੀ ਨਾ ਸ਼ਾਦੀ ਸ਼ੁਦੀ ਦੇ ਨੇੜੇ ਜਿਹੇ ਆ ਗਿਆ ਕੰਮ ਹੁਣ, ਤਾਂ ਜਦੋਂ 2-3 ਬੰਦੇ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਅਤੇ ਉਹ ਵੇਖ ਕੇ ਮੇਰਾ ਘਰ ਘੁਰ ਜਾ ਅਤੇ ਮੁੜ ਜਾ ਕਰਨ। ਅੱਛਾ ਜੀ। ਅਤੇ ਪਿੰਡ 'ਚੋਂ ਵੀ ਕਈ ਲੋਕ ਆਖ ਦਿੰਦੇ ਸੀਗੇ ਵੀ ਇੱਕ ਟੁੱਟਾ ਜਿਹਾ ਟਰੈਕਟਰ ਹੈ, ਇੱਕ ਬਈ ਇੱਕ ਟੁੱਟਾ ਜਿਹਾ ਸਕੂਟਰ ਹੈ ਅਤੇ ਕੱਚੇ ਜਿਹੇ ਕੋਠੇ ਹੈ, ਹਾਂਜੀ, ਹੁਣ ਜ਼ਮੀਨ ਤਾਂ ਹੈਗੀ ਚੰਗੀ ਉਹਦੇ ਕੋਲ ਵਿਚਾਰੇ ਜੋਗਰੀ, ਹਾਂਜੀ, ਵੇਖ ਲਓ ਭਾਈ ਕਰਨਾ ਤਾਂ ਤੁਸੀਂ ਕਰ ਦਿਓ, ਸੈਨਰ ਸਟੂਡੈਂਟ ਤਾਂ ਹੈ ਨਹੀਂਗਾ, ਹਾਂਜੀ, ਤਾਂ ਮੇਰੇ ਉਹ ਗੱਲ ਮਨ 'ਚ ਅੜੀ ਹੋਈ ਸੀ ਅਤੇ ਮੈਂ ਫਿਰ ਸਭ ਤੋਂ ਮਗਰੋਂ ਕੋਠੀ ਪਾਈ ਹੈ ਇਹ। ਅੱਛਾ। ਸਾਰਿਆਂ ਨੇ ਕੋਠੀਆਂ ਪਾ ਲਈਆਂ, 90 ਤੋਂ ਲੈ ਕੇ ਤਾਂ ਕੰਮ ਸ਼ੁਰੂ ਹੋਇਆ, ਕੋਠੀਆਂ ਪਾਈਆਂ ਸ਼ੁਰੂ ਹੋਈਆਂ ਜੀ, ਅਤੇ 2000 ਤੱਕ ਸਭ ਪਾ ਚੁੱਕੇ ਸੀ, ਹਾਂਜੀ, ਅਤੇ ਮੈਨੂੰ ਵਿਰਲੇ ਮੈਨੂੰ ਤਾਨੇ ਵੀ ਮਾਰ ਜਾਂਦੇ ਸੀ, ਹਾਂਜੀ, ਬਈ ਇਹ ਤਾਂ ਨਹੀਂ ਕੋਠੀ ਇਹਨੇ ਨਹੀਂ ਪਾਉਣੀ ਅਤੇ ਹੋਰ ਸਾਰਾ ਪਿੰਡ ਪਾ ਲੂਗਾ। ਅੱਛਾ ਜੀ। ਤਾਂ ਉਹ ਫਿਰ ਜਦੋਂ ਮੇਰੇ ਮੁੰਡੇ ਦੇ ਰਿਸ਼ਤੇ 'ਚ ਦਿੱਕਤ ਆਉਣ ਲੱਗੀ ਤਾਂ ਫਿਰ ਮੇਰੀ ਮਜਬੂਰੀ ਬਣ ਗਈ, ਨਹੀਂ ਤਾਂ ਮੈਂ ਨਹੀਂ ਪਾਉਣੀ ਸੀਗੀ, ਮੈਂ ਸਿੰਪਲ ਘਰ ਹੀ ਰੱਖਣਾ ਸੀਗਾ। ਹਾਂਜੀ ਹਾਂਜੀ। ਤਾਂ ਫਿਰ ਮੈਂ 2000 ਦੇ ਵਿੱਚ ਮੇਰੇ ਕੋਲ ਮਤਲਬ ਚੰਗਾ ਪੈਸਾ ਇਕੱਠਾ ਹੋ ਗਿਆ ਜੀ, ਜ਼ਮੀਨ ਮੈਂ ਲੈਣੀ ਬੰਦ ਕਰਤੀ ਜੀ, ਤਾਂ 2000 'ਚ ਮੈਂ ਸ਼ੁਰੂ ਕੀਤੀ ਅਤੇ 2002 'ਚ ਮੈਂ ਕੋਠੀ ਕੰਪਲੀਟ ਕਰ ਲਈ। ਠੀਕ ਹੈ ਜੀ। ਤਾਂ ਫਿਰ ਰਿਸ਼ਤਿਆਂ ਦੀਆਂ ਲੈਣਾਂ ਲੱਗ ਗਈਆਂ। ਅੱਛਾ। ਤਾਂ ਫਿਰ ਮੁੰਡੇ ਦਾ ਰਿਸ਼ਤਾ ਹੋਇਆ, ਉਦੋਂ ਹੀ ਮੈਂ ਕਾਰ ਖਰੀਦੀ ਆਪਦੀ 2000 ਅਤੇ ਆਪਣੀ 2001 ਸਨ 'ਚ। ਅੱਛਾ ਜੀ। ਜਨਮ ਮੇਰੇ ਕੋਲ ਹਜੇ ਵੀ ਹੈਗੀ ਹੈ। ਅੱਛਾ ਜੀ। ਅਤੇ ਉਦੋਂ ਹੀ ਮੈਂ ਫਿਰ ਨਵਾਂ ਟਰੈਕਟਰ ਲਿਆ ਇੱਕ, ਅਤੇ ਨਵੀਂ ਕੋਠੀ ਪਾਈ, ਅਤੇ ਉਹ ਫਿਰ ਲੋਕ ਜਿਹੜੇ ਸੀ ਜਿਨ੍ਹਾਂ ਦੇ ਲੋਕ ਬਹਾਨੀਆਂ ਮਾਰਦੇ ਸੀ ਜਾਂ ਲੋਕ ਚੰਗਾ ਨਹੀਂ ਸਮਝਦੇ ਸੀ ਵੀ ਇਹ ਪਿੱਛੇ ਰਹਿ ਗਿਆ, ਹਾਂਜੀ, ਤਾਂ ਫਿਰ ਰਿਸ਼ਤੇ ਮਤਲਬ ਮੈਂ ਫਿਰ ਮੈਨੂੰ ਮੁੰਡੇ ਦੇ ਮੇਰੇ ਨੂੰ ਰਿਸ਼ਤਾ ਹੋਇਆ, ਵਿਆਹ ਕੀਤਾ। ਅਤੇ ਦੂਸਰੀ ਗੱਲ ਮੇਰੀ ਇਹ ਸੀ ਵੀ ਮੇਰਾ ਮੁੰਡਾ ਆਵੇ, ਉਹ ਪਿੰਡ 'ਚ ਰਹੇ, ਉਹ ਨੌਕਰੀ ਨਾਕਰੀ ਭਵਾਂ ਨਾ ਕਰੇ, ਨੌਕਰੀਆਂ ਤਾਂ ਮਿਲਦੀਆਂ ਨਹੀਂ ਸੀ ਉਦੋਂ, ਹਾਂਜੀ, ਬੰਦ ਹੋ ਗਈਆਂ ਸੀ, ਹਾਂਜੀ, ਅਤੇ ਬਈ ਉਹਨੂੰ ਐਂ ਨਾ ਮਹਿਸੂਸ ਹੋਵੇ ਯਾਰ ਸਾਡਾ ਘਰ ਮਾੜਾ ਸਵਾਲ ਕਿਵੇਂ ਆ ਵੀ, ਤਾਂ ਉਹਨੂੰ ਉਹਦਾ ਜੀ ਲੱਗ ਜੇ ਇੱਥੇ, ਤਾਂ ਮੈਂ ਖੇਤਾਂ ਦੇ ਵੀ ਮਤਲਬ ਮੈਂ ਪੱਕੇ ਖਾਲ ਖੂਲ ਬਣਾਏ ਅਤੇ ਪਾਈਪਾਂ ਪੁੱਪਾਂ ਪਵਾਈਆਂ, ਚੰਗੇ ਮੋਟਰਾਂ ਮਾਟਰਾਂ ਲਵਾਈਆਂ ਵੀ ਉਹਦਾ ਮਨ ਲੱਗ ਜੇ ਵਾਹੀ ਕਰੇ, ਹਾਂਜੀ, ਪਰ ਰੱਬ ਨੂੰ ਕੁਛ ਹੋਰ ਮਨਜ਼ੂਰ ਸੀ ਉਹ, ਮਤਲਬ ਜਦੋਂ ਉਹਦਾ ਵਿਆਹ ਹੋਇਆ ਅਤੇ ਉਹਦਾ ਜਿਹੜਾ ਘਰ ਵਾਲੀ ਦਾ ਕੁੜੀ ਦਾ ਉਹਦਾ ਰੁਝਾਨ ਸੀ ਵੀ ਅਸੀਂ
ਵੀ ਨੌਕਰੀ ਕਰੀਏ। ਅੱਛਾ, ਮੈਂ ਵੀ ਕਹਿੰਦਾ ਨੌਕਰੀ ਮਿਲਦੀ ਹੈ ਤਾਂ ਕਰ ਲਓ, ਪਰ ਨੌਕਰੀ ਮਿਲਦੀ ਨਹੀਂ ਸੀਗੀ। ਹਾਂਜੀ, ਤਾਂ ਉਹਨਾਂ ਦਾ ਬਾਹਰ ਜਾਣ ਦਾ ਵਿਚਾਰ ਬਣ ਗਿਆ ਅਤੇ ਮੈਂ ਫਿਰ ਕਿਸੇ 'ਤੇ ਆਪਣਾ, ਜਿਵੇਂ ਮੇਰਾ ਪਿਓ ਮੇਰੇ 'ਤੇ ਫੈਸਲਾ, ਬਾਪ ਮੇਰਾ ਫੈਸਲੇ ਥੋਪ ਦਿੰਦਾ ਸੀ ਅਤੇ ਮੈਨੂੰ ਮਜ਼ਬੂਰੀ 'ਚ ਕਰਨੇ ਪੈਂਦੇ ਸੀ ਅਤੇ ਮੈਂ ਕਿਹਾ ਸੀ ਵੀ ਮੈਂ ਆਪਣੀ ਔਲਾਦ 'ਤੇ ਫੈਸਲੇ ਨਹੀਂ ਥੋਪੂੰਗਾ। ਅੱਛਾ, ਤਾਂ ਫਿਰ ਉਹ ਬਾਹਰ ਚਲੇ ਗਏ। ਬਾਹਰ ਜਾਣੇ ਕਾਰਨ ਕੀ ਆ ਕਿ ਮੇਰੇ ਕੋਠੀ ਜਿਹੜੀ ਸੀ ਮੇਰੇ ਵਾਸਤੇ ਚਿੱਟਾ ਹੱਥੀ ਬਣ ਗਿਆ, ਹੁਣ ਮੈਨੂੰ ਤਾਂ ਸਾਫ਼ ਕਰਨੀ ਮੁਸ਼ਕਿਲ ਹੋਈ ਪਈ। ਤਾਂ ਹੁਣ ਜ਼ਮਾਨਾ ਐਸਾ ਹੋ ਗਿਆ, ਗਰੀਬ ਲੋਕ ਜਿਹੜੇ ਉਹ ਮੋਬਾਈਲ ਆ ਗਿਆ, ਹਰੇਕ ਕੋਲ ਮੋਟਰਸਾਈਕਲ ਆ ਗਿਆ। ਹਾਂਜੀ, ਅਤੇ ਜੋ ਮਤਲਬ ਕੋਈ ਕੰਮ ਕਰਨ ਨੂੰ ਕੋਈ ਕਿਸੇ ਦੇ ਸਿਰ ਨੌਕਰ ਲੱਗਣ ਨੂੰ ਤਿਆਰ ਨਹੀਂ, ਲੇਬਰ ਨਹੀਂ ਮਿਲਦੀ। ਠੀਕ ਹੈ ਜੀ, ਤਾਂ ਬੜੀ ਮੁਸ਼ਕਿਲ ਆ ਗਈ ਇਹ, ਜਿਵੇਂ ਬਾਹਰ ਦੇ ਮੁਲਕਾਂ ਦਾ ਕੰਮ ਉਵੇਂ ਹੋ ਗਿਆ। ਹਾਂਜੀ, ਅਤੇ ਅਸੀਂ ਦੋਨੋਂ ਜੀ ਹੈਗੇ ਹਾਂ, ਇੱਕ ਬੰਦਾ ਮੈਂ ਰੱਖਿਆ ਸੀ ਉਹਦਾ ਮੈਂ ਦੱਸਿਆ ਜਿਵੇਂ ਤੁਹਾਨੂੰ ਵੀ ਜਦੋਂ ਕਿਤੇ ਉਹ ਨਹੀਂ ਆਉਂਦਾ ਤਾਂ ਉਹਦੀ ਥਾਂ 'ਤੇ ਫਿਰ ਕੰਮ ਮੈਨੂੰ ਕਰਨਾ ਪੈਂਦਾ, ਅਤੇ ਇਹ ਕੋਠੀ ਪਾਉਣ ਦਾ ਮੇਰਾ ਇਹ ਕਾਰਨ ਸੀਗਾ ਵੀ ਮੁੰਡੇ ਨੂੰ ਲੋਕ ਲੱਜ ਦੀ ਫਿਰ ਰੱਖਣੀ ਪਈ। ਹਾਂ, ਮਤਲਬ ਜੇ ਮੈਂ ਕੋਠੀ ਨਾ ਪਾਉਂਦਾ ਤਾਂ ਮੇਰੇ ਮੁੰਡੇ ਨੂੰ ਨੇੜੇ ਤੇੜੇ ਰਿਸ਼ਤਾ ਨਹੀਂ ਹੋਣਾ ਸੀਗਾ। ਹਾਂਜੀ, ਮੇਰੀ ਜ਼ਮੀਨ ਨੂੰ ਰਿਸ਼ਤਾ ਨਹੀਂ ਹੋਣਾ ਸੀ, ਮੇਰੀ ਨੌਕਰੀ ਨੂੰ ਰਿਸ਼ਤਾ ਨਹੀਂ ਹੋਣਾ ਸੀਗਾ। ਹਾਂਜੀ, ਮੰਨ ਲਓ ਫਿਰ ਆਪਾਂ ਕਹਿ ਸਕਦੇ ਹਾਂ ਅੱਜ ਸਾਡੀ ਫਿਰ ਉੱਥੇ ਹੀ ਗੱਲ ਆ ਗਈ ਕਿ ਸੋਚ ਇੱਦਾਂ ਦੀ ਬਣ ਗਈ ਕਿ ਮੰਨ ਲਓ ਬੰਦੇ ਦੀ ਕੁਆਲਿਟੀ ਨਹੀਂ ਦੇਖੀ ਜਾਂਦੀ, ਉਹਦਾ ਸ਼ੋਸ਼ਾ, ਉਹਦੀ ਕੋਠੀ, ਉਹਦੀਆਂ ਗੱਡੀਆਂ, ਉਹਦੀ ਮੰਨ ਲਓ ਇਹ ਚੀਜ਼ਾਂ ਦੇਖੀਆਂ, ਮਤਲਬ ਇਹੀ ਚੀਜ਼ਾਂ ਕਰਕੇ ਲੋਕ ਤਬਾਹ ਹੋਏ ਆ। ਮੈਂ ਆਪਦੀ ਉਸੇ ਰੇਸ 'ਚ ਤੁਰਿਆ, ਉਹਨਾਂ ਮੈਨੂੰ ਕੋਈ ਤਕਲੀਫ ਨਹੀਂ, ਮੈਂ ਬੈਲੈਂਸ ਆ ਪੂਰਾ। ਹਾਂਜੀ, ਮੈਨੂੰ ਕਿਸੇ ਕਿਸਮ ਦੀ ਕੋਈ ਘਾਟ ਨਹੀਂ, ਨਾ ਮੈਨੂੰ ਕਿਸੇ ਆਪਣੇ ਵੀ ਕੋਈ ਚੀਜ਼ ਮੈਂ ਕੋਈ ਲੈਣੀ ਖਰੀਦਣੀ ਕਰਨੀ ਮੈਨੂੰ ਕੋਈ ਮੁਸ਼ਕਿਲ ਨਹੀਂ। ਹਾਂਜੀ, ਅੱਜ ਮੇਰੀਆਂ ਲੋੜਾਂ ਮੈਂ ਥੋੜ੍ਹੀਆਂ ਕਰ ਲਈਆਂ ਆਪਦੀਆਂ। ਹਾਂਜੀ, ਔਰ ਮੇਰਾ ਲਾਈਫ ਸਿੰਪਲ ਹੈ। ਹਾਂਜੀ, ਔਰ ਮੈਂ ਬਰੀਫ ਹੈ। ਹਾਂਜੀ, ਔਰ ਮੈਂ ਕਿਸੇ ਵਾਸਤੇ ਨਹੀਂ ਜਾਂਦਾ, ਮੈਂ ਆਪਦੇ ਵਾਸਤੇ ਜਾਂਦਾ। ਹਾਂਜੀ, ਤਾਂ ਬਾਕੀ ਜਦੋਂ ਰਿਟਾਇਰਮੈਂਟ ਹੋਈ ਉਹ ਕੁਛ ਪੈਸਾ ਮੈਨੂੰ ਉਦੋਂ ਮਿਲ ਗਿਆ ਜੀ, ਤਾਂ ਇਸ ਕਰਕੇ ਮੇਰਾ ਚਾਰੇ ਕੰਨੀਆਂ ਪੂਰੀਆਂ ਹੋ ਗਈਆਂ। ਹੁਣ ਤਾਂ ਜਿਵੇਂ ਢਾਲ ਦਾ ਪਾਣੀ ਢਾਲ ਨੂੰ ਰੁੜ ਜਾਂਦਾ ਨਾ, ਅਤੇ ਪਾਣੀ ਜਿਹੜਾ ਰੁੜਿਆ ਜਾਂਦਾ, ਅਤੇ ਮੈਂ ਉਸ ਹਿਸਾਬ ਨਾਲ ਚੱਲ ਰਿਹਾ ਜੀ। ਮੈਂ ਆਪਣੀ ਕੋਈ ਮੇਰੇ ਬਿਜ਼ਨਸ ਕਰਨ ਦੀ ਜਾਂ ਕੋਈ ਹੋਰ ਅਰਨਿੰਗ ਕਰਨ ਦੀ ਜਾਂ ਕੋਈ ਭੱਜ ਦੌੜ ਕਰਨ ਦੀ ਮੇਰੇ ਜੀਵਨ 'ਚੋਂ ਇਹ ਮਨਫੀ ਹੋ ਚੁੱਕੀ ਹੈ, ਅਤੇ ਮੇਰਾ ਜੀਵਨ ਬੜਾ ਸਰਲ ਹੈ। ਹਾਂਜੀ, ਔਰ ਵੀ ਮੈਂ ਬੜਾ ਬੜਾ ਮੇਰਾ ਸਹਿਜ 'ਚ ਰਹਿੰਦਾ ਮੈਂ ਜੀ, ਅਤੇ ਆਪਦੇ ਪੜ੍ਹਨ ਲਿਖਣ 'ਚ ਆਪਦੀ ਜ਼ਿੰਦਗੀ ਗੁਜ਼ਾਰੀ ਦੀ ਹੈ, ਜਾਂ ਫੁੱਲ ਬੂਟਿਆਂ 'ਚ ਜ਼ਿੰਦਗੀ ਗੁਜ਼ਾਰੀ ਦੀ ਹੈ, ਜਾਂ ਤੁਹਾਡੇ ਵਰਗੇ ਵੀਰ ਚੈਨਲ ਵਾਲੇ ਆ ਜਾਂਦੇ ਆ, ਕਦੇ ਕਦੇ ਵੀਡੀਓ ਚਲਾ ਦਿੰਦੇ ਆ, ਉਹ ਵੇਖ ਛੱਡੀ ਦੀ ਹੈ। ਯਾਨੀ ਜ਼ਿੰਦਗੀ ਇੱਕ ਬਹੁਤ ਹੀ ਇੱਕ ਯਾਨੀ ਚੰਗੇ ਦੌਰ 'ਚੋਂ ਗੁਜ਼ਰ। ਤੁਸੀਂ ਆਪਣੀ ਜ਼ਿੰਦਗੀ ਦੇ ਪ੍ਰੋਪਰ ਸਿਸਟਮ ਨੂੰ, ਮੰਨ ਲਓ ਜ਼ਿੰਦਗੀ ਦੀ ਆਪਣੀ ਪੂਰੀ ਲਾਈਫ ਨੂੰ ਕੀ ਸਮਝਦੇ ਹੋ ਕਿ ਕਿਸ ਤਰੀਕੇ ਨਾਲ ਜੀ? ਮੇਰੀ ਜ਼ਿੰਦਗੀ ਜਿਹੜੀ ਹੈ, ਜਿਹੜੀ ਪਹਿਲੀ ਤਾਂ ਜ਼ਿੰਦਗੀ ਜਿਹੜੀ ਸੀਗੀ ਵੀ ਜਿੰਨਾ ਚਿਕਰ ਮੈਂ ਬਚਪਨ ਦੇ ਵਿੱਚ ਤਾਂ ਮੇਰੇ ਫਾਦਰ ਦਾ ਕੰਟਰੋਲ ਹੀ ਰਿਹਾ, ਅਤੇ ਮੈਨੂੰ ਉਹ ਫਾਦਰ ਚੰਗੇ ਵੀ ਨਹੀਂ ਲੱਗਦੇ ਸੀ ਜਦੋਂ ਕੁੱਟਦੇ ਸੀ। ਉਹਨਾਂ ਨੇ ਕੰਮ ਫਿਜ਼ੀਕਲ, ਉਹਨਾਂ ਨੇ ਕੰਮ ਦੇਣਾ, ਉਹਨਾਂ ਨੇ ਲੋੜ ਤੋਂ ਵੱਧ ਦੇਣਾ। ਪਹਿਲਾਂ ਉਹਨਾਂ ਨੇ ਸਾਨੂੰ ਕਣਕ ਵੱਢਣੀ ਹੱਥੀਂ, ਅਤੇ ਪਹਿਲਾਂ ਇੱਕ ਹੋਰਾ ਦੇਣ ਲੱਗ ਪਏ, ਅਗਲੇ ਸਾਲ ਦੋ ਦੇਣ ਲੱਗ ਪਏ, ਫਿਰ ਤਿੰਨ ਦੇਣ ਲੱਗ ਪਏ, ਫਿਰ ਚਾਰ, ਫਿਰ ਬਰਾਬਰ ਕਰ ਲਿਆ। ਤਾਂ ਯਾਨੀ ਉਹ ਲੱਗਦਾ ਸੀ ਕਿ ਬਈ ਯਾਰ ਖਪਾਈ ਕਰੀ ਜਾਂਦੇ ਆ, ਪੜ੍ਹ ਨਹੀਂ ਦਿੰਦੇ। ਜਦੋਂ ਪੜ੍ਹਨ ਜਦੋਂ ਰਾਤ ਨੂੰ ਪੜ੍ਹਨਾ ਤਾਂ ਉਹਨਾਂ ਨੇ ਲਾਟਨ ਵਜਾ ਦੇਣੀ, ਲਾਟਨ 'ਤੇ ਪੜ੍ਹਦੇ ਸੀ। ਅੱਛਾ ਜੀ, ਸਾਲਿਆ ਤੇਰੇ ਕੱਲਿਆ ਵਾਸਤੇ ਤੇਲ ਪੀਪਾ ਲਿਆਂਦਾ। ਅੱਛਾ, ਸਾਲ ਕੱਢਣਾ ਪੀਪੇ ਨਾਲ, ਕਿ ਜਮੀਨਾਂ ਜਮੀਨਾਂ ਖਰੀਦਦੇ ਸੀਗੇ। ਹਾਂਜੀ, ਅਤੇ ਉਹ ਕਹਿੰਦੇ ਸੀ ਵੀ ਖਰਚਾ ਜਿਹੜਾ ਸਮੁੱਚ ਕੇ ਚੱਲੋ, ਮਾਂ ਨੇ ਵਿਚਾਰੀ ਨੇ ਪਸ਼ੂ ਡੰਗਰ ਰੱਖੇ ਸੀ, ਉਹ ਦੁੱਧ ਵੇਚ ਕੇ ਅਤੇ ਸਭ ਘਰ ਦੇ ਕਬੀਲਦਾਰੀ ਤੋਰਨੇ। ਤਾਂ ਯਾਨੀ ਇਸ ਗੱਲ ਦਾ ਬੜਾ ਕਠਿਨ ਮਾਹੌਲ ਰਿਹਾ। ਮੁੜ ਕੇ ਜਦੋਂ ਮੈਂ ਜਿਵੇਂ ਜਿਵੇਂ ਬਾਹਰ ਨਿਕਲਿਆ, ਮੇਰਾ ਹੋਰੀਜਨ ਜਿਹੜਾ ਉਹ ਵਾਈਡ ਹੁੰਦਾ ਰਿਹਾ, ਸੋਚ ਵਾਈਡ ਹੁੰਦੀ ਗਈ, ਔਰ ਮੈਨੂੰ ਮਤਲਬ ਦੁਨੀਆਂ ਦੀ ਸਮਝ ਆਉਣ ਲੱਗ ਪਈ। ਹਾਂਜੀ, ਆਤਮ ਵਿਸ਼ਵਾਸ, ਜਦੋਂ ਮੈਂ ਸਪੋਰਟਸਮੈਨ ਬਣਿਆ, ਹਾਂਜੀ, ਮੈਂ ਪੰਜਾਬ ਤੱਕ ਗਿਆ, ਤਾਂ ਉੱਪਰ ਯੂਨੀਵਰਸਿਟੀ ਤੱਕ ਗਿਆ, ਤਾਂ ਮੇਰਾ ਆਪ ਮੇਰੇ 'ਚ ਇੰਨਾ ਆਤਮ ਵਿਸ਼ਵਾਸ ਆ ਚੁੱਕਿਆ ਸੀ ਕਿ ਮੈਂ ਉਦੋਂ ਸਮਝਣ ਲੱਗ ਪਿਆ ਸੀ ਹੁਣ ਮੈਂ ਆਪਦੇ ਫੈਸਲੇ ਆਪ ਕਰੂੰਗਾ। ਇਸ ਕਰਕੇ ਮੈਂ ਰੱਜ ਕੇ ਪੜ੍ਹਿਆ। ਹਾਂਜੀ, ਅਤੇ ਮੈਂ ਨੌਕਰੀ ਵੀ ਆਪਦੇ ਢੰਗ ਨਾਲ ਕੀਤੀ। ਫਿਰ ਮੈਨੂੰ ਜਦੋਂ ਫਾਦਰ ਜੀ ਮੈਂ ਪਹਿਲਾਂ ਦੱਸਿਆ ਵੀ ਮੈਨੂੰ ਉਹ ਉੱਥੋਂ ਲੈ ਕੇ ਆਏ, ਤਾਂ ਖੇਤੀ ਵੀ ਫਿਰ ਮੈਂ ਪੂਰੇ ਵਧੀਆ ਤਰੀਕੇ ਨਾਲ ਕੀਤੀ।
ਔਰ ਖੇਤੀ ਨੂੰ ਵਧਾਇਆ। ਹਾਂਜੀ ਖੇਤੀ ਨੂੰ ਵਧਾਇਆ ਵੀ ਮੈਂ, ਔਰ ਬੱਚੇ ਭਾਵੇਂ ਹੁਣ ਮੇਰੇ ਕੋਲ ਨਹੀਂ ਹੈ, ਪਰ ਉਹ ਢਾਂਚਾ ਜਿਹੜਾ ਉਹਨਾਂ ਵਾਸਤੇ ਬਣਾਇਆ ਸੀ, ਫਿਰ ਮੈਂ ਢਾਹ ਤਾਂ ਸਕਦਾ ਨਹੀਂ ਗਾ, ਅਤੇ ਮੈਨੂੰ ਉਹਦੇ 'ਚ ਫਿਰ ਰਹਿਣਾ ਹੀ ਪੈਣਾ ਨਾ। ਹੁਣ ਕਦੇ 2 ਸਾਲਾਂ ਤੋਂ ਆ ਗਏ, ਕਦੇ 3 ਸਾਲਾਂ ਤੋਂ ਆ ਗਏ ਉਹ। ਹਾਂਜੀ ਤਾਂ ਯਾਨੀ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ, ਬੜੀ ਸਰਲ ਜਿਹੀ ਲਾਈਫ ਹੋ ਗਈ ਮੇਰੀ। ਹਾਂਜੀ ਤਾਂ ਮੈਨੂੰ ਕੋਈ ਐਂ ਕੋਈ ਸਤਾਉਂਦੀ ਨਹੀਂ ਗੱਲ ਕਿ ਮੇਰੇ ਕੋਲ ਆਹ ਹੈ ਨਹੀਂ, ਮੇਰੇ ਕੋਲ ਉਹ ਹੈ ਨਹੀਂ। ਹਾਂਜੀ ਅਤੇ ਜਿੰਨਾ ਹੈਗਾ ਉਹ ਬਹੁਤ ਆ, ਉਹਦੇ 'ਚ ਸੰਤੋਖ ਹੈ। ਹਾਂਜੀ ਅਤੇ ਹੋਰ ਜ਼ਿਆਦਾ ਜਿਹੜਾ ਵੀ ਲਿਪਾ ਪੋਚੇ 'ਚ ਮੇਰਾ ਕੋਈ ਯਕੀਨ ਨਹੀਂ ਗਾ। ਹਾਂਜੀ ਹਾਂਜੀ ਹਾਂ ਚੰਗੇ, ਮਤਲਬ ਵਧੀਆ ਸਮਾਂ ਗੁਜ਼ਰ ਰਿਹਾ, ਆਨੰਦ ਹੈ ਬਸ, ਹੋਰ ਕੀ ਹੈ। ਲੋਕਾਂ ਦਾ ਡਾਕਟਰ ਸਾਹਿਬ ਇੱਦਾਂ ਦਾ ਸਿਸਟਮ ਆ ਕਿ ਅੱਜ ਦੇ ਟਾਈਮ 'ਚ ਬਿਮਾਰੀਆਂ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹੋ, ਕਾਲਾ ਪੀਲੀਆ, ਕੈਂਸਰ, ਹੋਰ ਦੂਜੀਆਂ ਤੀਜੀਆਂ ਬਿਮਾਰੀਆਂ, ਹੈ ਨਾ, ਮਤਲਬ ਲੋਕ ਅੱਜ ਕਿੰਨਾ ਵੱਡੇ ਪੱਧਰ 'ਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ। ਕੋਈ ਸਮਾਂ ਸੀ ਜਦੋਂ ਤੁਹਾਡਾ ਉਹੀ ਦੌਰ 'ਤੇ ਫਿਰ ਆਉਂਦੇ ਹਾਂ, ਪਿੱਛੇ ਨੂੰ ਜਾਂਦੇ ਹਾਂ, ਕੋਈ ਬਿਮਾਰੀ ਨਹੀਂ, ਕੋਈ ਪ੍ਰੋਬਲਮ ਨਹੀਂ, ਕੋਈ ਮੰਨ ਲਓ ਤੇਜ਼ਾਬ ਨਹੀਂ ਬਣਦਾ, ਕੋਈ ਐਸਿਡ ਨਹੀਂ, ਕੋਈ ਹਾਰਟ ਅਟੈਕ ਨਹੀਂ, ਕੋਈ ਕੁਛ ਨਹੀਂ, ਹੈ ਨਾ। ਅੱਜ ਜਿਹੜਾ ਇਹ ਸਾਰਾ ਕੁਛ ਹੈ, ਇਹਦੇ ਪਿਛਲੇ ਫਿਰ ਕਾਰਨ ਵੀ ਕਿਤੇ ਨਾ ਕਿਤੇ ਸੀ ਨਾ। ਦੋ ਚੀਜ਼ਾਂ ਹੈਗੀਆਂ, ਪਹਿਲੀ ਗੱਲ ਤਾਂ ਇਹ ਹੈ, ਮੈਂ ਦੋ ਪੱਖ ਲਊਂਗਾ ਇੱਥੇ। ਹਾਂਜੀ ਇੱਕ ਤਾਂ ਰਹੂੰਗਾ ਮੈਂ ਵੀ ਜਿਹੜੀ ਹਰੀ ਕ੍ਰਾਂਤੀ, ਹਾਂਜੀ, ਦੂਸਰਾ ਪ੍ਰਵਾਸ, ਪ੍ਰਵਾਸ, ਹਾਂ। ਅਤੇ ਆਪਾਂ ਜਿਹੜੀਆਂ ਬਿਮਾਰੀਆਂ ਦਾ ਆਉਣ ਦਾ ਕਾਰਨ ਤਾਂ ਇਹੀ ਬਣਿਆ ਨਾ ਵੀ ਅਸੀਂ ਇੱਕ ਤਾਂ ਕੰਮ ਦਾ ਕਲਚਰ ਸਾਰਾ ਕੰਮ ਛੱਡਤੇ, ਕੰਮ ਛੱਡ, ਫਿਜੀਕਲ ਵਰਕ ਕਰਨਾ ਛੱਡਤਾ ਜੀ। ਅਤੇ ਦੂਸਰੀ ਗੱਲ ਹੈ ਜਿਹੜੀ ਹਰੀ ਕ੍ਰਾਂਤੀ ਜਦੋਂ ਆਈ ਨਾ, ਅਤੇ ਲੋਕਾਂ ਨੇ ਉਹ ਰਸਾਇਣ ਯੂਜ, ਰਸਾਇਣਿਕ ਖਾਦਾਂ ਯੂਜ ਕਰਨ ਲੱਗ ਪਏ, ਯੂਰੀਆ ਯੂਜ ਕਰਨ ਲੱਗ ਪਏ, ਫਿਰ DAP ਯੂਜ ਕਰਨ ਲੱਗ ਪਏ। ਹਾਂਜੀ ਉਹਦੇ ਦੇ ਨਾਲ ਝਾੜ ਤਾਂ ਵੱਧ ਗਏ, ਹਾਂਜੀ, ਮੁਲਕ ਤਾਂ ਆਤਮ ਨਿਰਭਰ ਹੋ ਗਿਆ, ਹਾਂ, ਪੈਸਾ ਕਮਾ ਲਿਆ, ਪੈਸਾ ਵੀ ਕਮਾਇਆ ਗਿਆ, ਪਰ ਜਿਹੜਾ ਪੰਜਾਬ ਕੰਗਾਲ ਹੋ ਗਿਆ, ਪੰਜਾਬ ਉੱਜੜ ਗਿਆ ਬਿਲਕੁਲ। ਪੰਜਾਬ ਨੇ ਜਦੋਂ ਸਪਰੇਆ, ਉਹਨਾਂ ਨੇ ਲੋਕਾਂ ਨੇ ਪਹਿਲਾਂ ਤਾਂ ਇੱਕ ਸਪਰੇ ਕਰਦੇ ਸੀ, ਫਿਰ 2 ਕਰਦੇ ਸੀ, ਫਿਰ 20-20 ਸਪਰੇਆ ਨਾਲ ਨਰਮਾ ਹੋਣ ਲੱਗਿਆ, ਫਿਰ ਝੋਨਾ ਆ ਗਿਆ। ਤਾਂ ਜਾਨੀ ਇਹ ਚੀਜ਼ਾਂ ਦੇ ਕਰਨ ਦੇ ਨਾਲ ਕਿ ਲੋਕਾਂ ਦੇ ਬੋਡੀ ਦੇ ਵਿੱਚ ਜਿਹੜੀ ਉਹ ਰੇਹ ਸਪਰੇ ਐਂਟਰ ਕਰ ਗਈ, ਜਦੋਂ ਰੇਹ ਸਪਰੇ ਐਂਟਰ ਕਰ ਗਈ ਫੂਡ ਚੇਨ 'ਚ, ਤਾਂ ਉਹਨਾਂ ਨੇ ਜਿਹੜੀ ਇਮਿਊਨਿਟੀ ਸੀ ਸਰੀਰ ਦੀ, ਜਿਹੜੀ ਆਪਣੀ ਤਾਕਤ ਹੁੰਦੀ ਹੈ ਬਿਮਾਰੀਆਂ ਨਾਲ ਲੜਨ ਦੀ, ਕੁਦਰਤੀ ਤਾਕਤ ਉਹਨੂੰ ਇਮਿਊਨਿਟੀ ਬੋਲਦੇ ਆ, ਉਹ ਜਿਹੜੀ ਸੀ ਉਹ ਹੌਲੀ ਹੌਲੀ ਉਹ ਕਮਜ਼ੋਰ ਹੁੰਦੀ ਗਈ। ਤਾਂ ਸਾਨੂੰ ਹੁਣ ਤੁਸੀਂ, ਮੈਂ ਹੁਣੇ ਦੱਸ ਕੇ ਹਟਿਆ ਤੁਹਾਨੂੰ ਕਿ ਇੰਨੀਆਂ ਬਿਮਾਰੀਆਂ ਆ ਗਈਆਂ। ਹਾਂਜੀ ਹੁਣ ਦੇਖੋ ਤੁਸੀਂ ਸੁਣਿਆ ਹੋਣਾ ਵੀ ਕੈਂਸਰ ਨੇ ਕਿਵੇਂ ਮੁਲਕ ਨੂੰ ਬਰਬਾਦ ਕੀਤਾ। ਬਿਲਕੁਲ ਮੇਰੇ ਪਿਛਲੇ 18 ਤੱਕ ਮੈਂ ਡੇਟੇ ਲਏ ਕਿਸੇ ਨੇ, ਜੀ ਕਹਿੰਦੇ ਵੀ ਸਾਡਾ 3600 ਕਰੋੜ ਰੁਪਈਆ ਇਕੱਲੇ ਕੈਂਸਰ 'ਤੇ ਲੱਗਦਾ। ਹਾਂਜੀ ਅਤੇ ਸਾਰੇ ਪੰਜਾਬ 'ਚ ਦਵਾਈਆਂ ਦਵਾਈਆਂ 'ਤੇ ਜੀ, ਅਤੇ ਕਹਿੰਦੇ ਸੀ ਵੀ 125 ਲੱਖ ਰੁਪਈਆ ਮਤਲਬ ਹਰੇਕ ਯਾਨੀ ਕੈਂਸਰ ਦੇ ਇੱਕ ਪੰਜਾਬ ਦੇ ਇੱਕ ਬੰਦੇ ਨੂੰ ਆ ਜਾਂਦਾ ਜੀ, ਕੈਂਸਰ ਵਾਲੇ ਨੂੰ ਰੋਜ਼ ਦਾ ਖਰਚਾ ਜਿਹੜਾ ਕੈਂਸਰ ਦਾ ਵੀ 125 ਲੱਖ ਰੁਪਈਆ ਰੋਜ਼ ਹੁੰਦਾ। 125 ਲੱਖ ਰੋਜ਼ ਦਾ? ਹਾਂ ਜੀ, ਅਤੇ ਯਾਨੀ ਕਿ 1 ਕਰੋੜ ਅਤੇ 25 ਲੱਖ ਹਾਂਜੀ ਦਵਾਈਆਂ ਦਾ। ਤਾਂ ਇਹ ਤੁਸੀਂ ਪਿੱਛੇ ਹੋਰ ਦੇਖਿਆ ਹੋਣਾ, ਹਾਂਜੀ, ਆਪਣੇ ਤਾਂ ਅਜੇ ਹੁਣ ਕੈਂਸਰ ਬਾਅਦ 'ਚ ਤਾਂ ਇੱਧਰ ਸਾਡੇ ਜ਼ੋਨ 'ਚ ਮਗਰੋਂ ਆਉਣ ਲੱਗਿਆ। ਤਾਂ ਬਠਿੰਡੇ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਇੱਕ ਕੈਂਸਰ ਟ੍ਰੇਨ ਹੈ, ਹਾਂਜੀ, ਉਹ ਬੀਕਾਨੇਰ ਨੂੰ ਜਾਂਦੀ ਹੈ, ਬੀਕਾਨੇਰ ਨੂੰ ਜਾਂਦੀ ਹੈ, ਉਹ ਉੱਥੇ ਇਲਾਜ ਸਸਤਾ ਹੋਣਾ ਤਾਂ ਹੀ ਉੱਧਰ ਨੂੰ ਜਾਂਦੇ, ਸਾਡੇ ਇੱਧਰ PGI ਵਗੈਰਾ ਅਤੇ ਇੱਧਰ ਇਲਾਜ ਮਹਿੰਗਾ ਹੋਣਾ। ਹਾਂਜੀ ਤਾਂ ਯਾਨੀ ਇਹ ਜਿਹੜਾ ਮਾਨਸਾ ਏਰੀਆ, ਬਠਿੰਡਾ ਏਰੀਆ, ਇਹ ਤਾਂ ਸਾਰਾ ਬਹੁਤ ਹੀ ਕੈਂਸਰ ਨੇ ਢਾਹ ਲਾਈ ਹੈ। ਪਿੱਛੇ ਡੇਟੇ ਲਏ ਗਏ 18-20 ਦੇ ਦੌਰਾਨ 'ਚ ਜੀ, ਬਈ 4 ਲੱਖ ਮਰੀਜ਼ ਕੈਂਸਰ ਦਾ ਪੰਜਾਬ 'ਚ ਜੀ ਤੁਸੀਂ ਮਤਲਬ ਕਾਊਂਟ ਕੀਤਾ ਗਿਆ ਸੀ। ਹਾਂਜੀ ਤੇ ਜਿਹਦੇ ਵਿੱਚੋਂ ਮਤਲਬ ਕੀ ਹੈ ਕਿ ਰੋਜ਼ 3-4 ਬੰਦੇ ਰੋਜ਼ ਕੈਂਸਰ ਨਾਲ ਮਰਦੇ ਜਾਂਦੇ ਹੈਗੇ ਆ। ਤਾਂ ਇਸ ਤਰ੍ਹਾਂ ਕਾਲਾ ਪੀਲੀਆ, ਹਾਂਜੀ, ਕਾਲਾ ਪੀਲੀਆ ਵੀ ਇਹਨਾਂ ਕੈਮੀਕਲ ਕਰਕੇ ਆਇਆ, ਕੈਮੀਕਲ ਕਰਕੇ ਆਇਆ, ਫਿਰ ਆਪਣੇ ਪੰਜਾਬ ਦੇ ਪਾਣੀਆਂ ਦੇ ਵਿੱਚ TB ਦੀ ਬਿਮਾਰੀ ਜੀ, ਫਿਰ ਉਹ ਥੋੜ੍ਹੀ ਹੋ ਗਈ ਆ, ਸ਼ੂਗਰ ਹੋ ਗਈ,
ਬਲੱਡ ਪ੍ਰੈਸ਼ਰ ਹੋ ਗਿਆ ਤਾਂ ਮੈਂ ਕਿੰਨੀਆਂ ਬਿਮਾਰੀਆਂ ਗਿਣਾਵਾਂ ਤੁਹਾਨੂੰ, ਇਹ ਤਾਂ ਬਿਮਾਰੀਆਂ ਨੇ, ਬੰਦਾ ਹੀ ਜਿਹੜਾ ਹੈ ਨਾ ਉਹ ਬਿਮਾਰੀਆਂ ਦਾ ਬਣ ਗਿਆ, ਘਰ ਬਣ ਗਿਆ। ਅਤੇ ਹਰੇਕ ਘਰੇ ਤੁਹਾਨੂੰ ਇੱਕ ਦੋ ਮਰੀਜ਼ ਮਿਲਦੇ ਹੈਗੇ ਆ, ਇੱਕ ਮਰੀਜ਼ ਦਾ ਜਿਹੜਾ ਮਹੀਨੇ ਦਾ ਖਰਚਾ ਮੇਰਾ ਖਿਆਲ 10,000 ਰੁਪਈਆ ਖਰਚਾ ਪੈ ਜਾਂਦਾ, ਇਹ ਵੀ ਇੱਕ ਕਰਜ਼ਾ ਕਰਜ਼ਾਈ ਹੋਣ ਦਾ ਕਾਰਨ ਬਣਿਆ। ਅਤੇ ਜਿਹੜਾ ਸਾਨੂੰ ਘਰਾਂ ਨੂੰ ਜ਼ਿਮੀਂਦਾਰਾਂ ਨੂੰ ਖੁਦਕੁਸ਼ੀਆਂ ਵੱਲ ਲੈ ਗਿਆ, ਪਿਛਲੇ 18 ਦੇ ਵਿੱਚ ਰਿਪੋਰਟਾਂ ਸੀਗੀਆਂ, ਕਹਿੰਦੇ ਵੀ 3,00,000 ਅਤੇ 18,000 ਬੰਦੇ ਹਿੰਦੁਸਤਾਨ 'ਚ ਖੁਦਕੁਸ਼ੀਆਂ ਕਰ ਗਏ। ਬਿਲਕੁਲ, ਹੈਂ ਪੁਰਾਣੇ ਡੇਟੇ ਆ ਇਹ, ਨਵੇਂ ਨਹੀਂ, ਰੀਸੈਂਟ ਨਹੀਂ। ਤਾਂ ਉਹ ਖੁਦਕੁਸ਼ੀਆਂ ਡੇਟੇ ਦਾ ਕਰਨ, ਜਦੋਂ ਅੱਗਾ ਦੌੜ ਪਿੱਛਾ ਚੌੜ ਹੋ ਗਿਆ, ਉੱਧਰੋਂ ਲਿਮਟਾਂ ਬਣਾ ਲਈਆਂ, ਉੱਧਰ ਬਿਮਾਰੀਆਂ ਦਾ ਖਰਚਾ ਹੋ ਗਿਆ, ਉੱਧਰੋਂ ਤੁਹਾਡੇ ਪੁੱਤ ਧੀਆਂ ਨਹੀਂ ਵਿਆਹੀ ਦੇ, ਉੱਧਰੋਂ ਜੋਬ ਨਹੀਂ ਮਿਲਦਾ, ਨੌਕਰੀ ਸਰਕਾਰੀ ਜੋਬ ਨਹੀਂ ਮਿਲਦੇ, ਅਤੇ ਜਿਹੜੇ ਤਾਂ ਚੰਗੇ ਘਰ ਸੀ ਉਹਦਾ ਲਈਦੇ ਦੇਈਦੇ ਬਾਹਰ ਨੂੰ ਨਿਕਲ ਗਏ, ਹਾਂ ਜ਼ਮੀਨਾਂ ਵੇਚ ਕੇ ਕੁਛ ਗਹਿਣੇ ਕਰਕੇ। ਉਹਨਾਂ ਦੀ ਰੀਸ ਦੇ ਨਾਲ ਕੀ ਹੋਇਆ ਕਿ ਜਿਹੜੇ ਛੋਟੇ ਜ਼ਮੀਨਾਂ ਵਾਲੇ ਸੀ ਨਾ, ਉਹ ਜ਼ਮੀਨਾਂ ਵੇਚਣੀਆਂ ਸ਼ੁਰੂ ਕਰਤੀਆਂ। ਬਿਲਕੁਲ ਜੀ, ਉਹ ਪਹਿਲਾਂ ਤਾਂ ਵੱਡੇ ਘੱਲਦੇ ਸੀ, ਫਿਰ ਉਹਨਾਂ ਨੇ ਵੇਚ ਵੇਚ ਕੇ ਜ਼ਮੀਨਾਂ 'ਤੇ ਉੱਧਰ ਚਲੇ ਗਏ, ਅਤੇ ਵੀ ਸਾਡਾ ਸ਼ਾਇਦ ਵੀ ਚੰਗਾ ਹੋ ਜੂ, ਪਰ ਉਹ ਗੱਲ ਹੈ ਕਿ ਵੀ ਜੇ ਆਹ ਹੁੰਦੇ ਆ ਨਾ ਜਾ ਬਰਮੇ ਨੂੰ ਤਾਂ ਲਿਖ ਜਾਣਗੇ ਨਾਲੇ ਨਾਲੇ, ਹੈਂ ਉੱਥੇ ਵੀ ਮੈਂ ਵੇਖਿਆ ਕੋਈ ਇੰਨਾ ਸੌਖਾ ਨਹੀਂ ਹੈ, ਡਾਲਰ ਕੋਈ ਔਖਾ ਨੂੰ ਨਹੀਂ ਲੱਗਦੇ। ਹਾਂਜੀ, ਮਿਹਨਤ ਕਰਨੀ ਪੈਂਦੀ ਹੈ, ਜੇ ਤਾਂ ਔਰਤ ਘਰੇ ਹੈ ਤਾਂ ਬੰਦਾ ਕੰਮ 'ਤੇ ਹੈ, ਜੇ ਬੰਦਾ ਕੰਮ 'ਤੇ ਹੈ ਤਾਂ ਔਰਤ ਘਰੇ ਹੈ, ਅਤੇ 8-8 ਦਿਨ ਉਹਨਾਂ ਦੇ ਮੇਲ ਨਹੀਂ ਹੁੰਦੇ, ਅਤੇ ਜਵਾਕ ਉਹਨਾਂ ਦੇ ਜਿਹੜੇ ਆ ਉਹ ਵਿਚਾਰੇ ਸਕੂਲਾਂ 'ਚ ਉਹ ਐਂ ਪਲਦੇ, ਜਿਵੇਂ ਅਸੀਂ ਇੱਥੇ ਬੱਕਰੀਆਂ ਪਾਲਦੇ ਹਾਂ ਨਾ, ਬਾੜੇ 'ਚ ਛੱਡਿਆਂ ਦਾ ਬੱਚਾ ਭੇਡਾਂ ਚਾਰਨ ਉੱਠ ਕੇ, ਉਹ ਜਵਾਕ ਵਿਚਾਰੇ ਨਿੱਕੇ ਨਿੱਕੇ ਜਿਹੜੇ ਜਵਾਕ ਜਿਹੜੇ ਹੁੰਦੇ ਆ ਉਹਨਾਂ ਨੂੰ ਕਰਚਾਂ 'ਚ ਛੱਡ ਦਿੰਦੇ ਆ, ਹਾਂਜੀ, ਅਤੇ ਉਹਨਾਂ ਨੂੰ ਮਾਂ ਪਿਓ ਦਾ ਮੋਹ ਹੀ ਨਹੀਂ ਮਿਲਦਾ, ਅਤੇ ਜਿਹੜੇ ਵੱਡੇ ਬੱਚੇ ਸਕੂਲਾਂ 'ਚ ਜਾਂਦੇ ਆ ਉਹ ਆਪ ਹੀ ਤਿਆਰ ਹੁੰਦੇ ਆ, ਅਤੇ ਉਹ ਆਪ ਹੀ ਮਤਲਬ ਵਿਚਾਰੇ ਉਹ ਨਹਾਉਂਦੇ ਕਰਦੇ ਆ, ਆਪਦੇ ਵਾਲ ਵੂਲ ਮਾੜੇ ਮੋਟੇ ਕਰ ਲੈਂਦੇ, ਸਵਾਰ ਲੈਂਦੇ ਆ, ਅਤੇ ਫਿਰ ਜਦੋਂ ਉਹਦੇ ਮਾਂ ਪਿਓ ਆਉਂਦੇ ਆ ਉਹਨੂੰ ਛੱਡ ਕੇ ਆਉਂਦੇ ਆ, ਤਾਂ ਜਦੋਂ ਮਾੜੇ ਜਿਹੇ ਹੋ ਜਾਂਦੇ ਤੁਰਨ ਫਿਰਨ ਵਾਲੇ, ਮੁੜ ਕੇ ਉਹ ਆਪ ਜਾਣ ਲੱਗਦੇ ਆ। ਹਰੇਕ ਬੰਦਾ ਉੱਥੇ ਇੰਨਾ, ਇੱਥੇ ਪੰਜਾਬ 'ਚ ਤਾਂ ਮੌਜ ਹੈ, ਉਹਨਾਂ ਤੁਸੀਂ ਘੰਟਾ ਬੈਠੇ ਰਹੋ, 2 ਘੰਟੇ ਬੈਠੇ ਰਹੋ, ਤੁਹਾਨੂੰ ਕੋਈ ਬੰਦਿਸ਼ ਨਹੀਂ ਹੈਗੀ, ਬੰਦਿਸ਼ ਨਹੀਂ, ਉੱਥੇ ਤਾਂ ਤੁਹਾਨੂੰ, ਇੱਥੇ ਤਾਂ ਤੁਸੀਂ ਡਰੰਮ 'ਚੋਂ ਕੱਢ ਕੇ ਕਣਕ ਆਟਾ ਪਿਆ ਲਓਗੇ, ਹਾਂਜੀ, ਉੱਥੇ ਤੁਹਾਨੂੰ ਜਿਹੜੀ ਦਿਹਾੜੀ ਆ ਉਹਦੇ ਵਿੱਚੋਂ ਸੌਦਾ ਪਤਾ ਆਟਾ ਖਰੀਦ ਕੇ ਲਿਆਉਣਾ ਪਊਗਾ, ਤਾਂ ਰੋਟੀ ਬਣੂਗੀ, ਤਾਂ ਰੋਟੀ ਬਣੂਗੀ, ਹੈ ਤਾਂ ਜਾਣੀ ਉਹ ਆਉਂਦੇ ਨਾ ਮੱਛੀ ਅਗਲਾ ਪੱਤਨ ਝੱਟ ਕੇ ਖੜਦੀ ਹੈ, ਹਾਂਜੀ, ਮੱਛੀ ਅਗਲਾ ਪੱਤਨ ਝੱਟ ਕੇ ਮੁੜਦੀ ਹੈ, ਮੰਨ ਲਓ ਆਪਣੇ ਵਾਲੇ ਜਿੱਧਰ ਨੂੰ ਤੁਰ ਪੈਂਦੇ ਆ, ਮੰਨ ਲਓ ਪਿੱਛੇ ਦੇ ਪਿੱਛੇ, ਹਾਂਜੀ, ਮੱਛੀ ਅਗਲਾ ਪੱਤਨ ਝੱਟ ਕੇ ਮੁੜਦੀ ਹੈ, ਹੁਣ ਜਦੋਂ ਬੁੱਲਾਂ 'ਤੇ ਵੱਜੀਆਂ ਨਾ ਉੱਥੇ, ਹਾਂ, ਉਹਨਾਂ ਦੀ ਜਿਹੜਾ ਸੀਗਾ ਜਿਹੜੀ ਜੀ ਪੀ ਜਿਹੜਾ ਸੀ ਉਹ ਆਪਣੀ ਇਕਾਨਮੀ ਡਾਊਨ ਹੋ ਗਈ, ਹਾਂਜੀ, ਅਤੇ ਉਹਨਾਂ ਦੇ ਘਰ ਮਹਿੰਗੇ ਹੋ ਗਏ, ਮੇਰੀ ਹਜੇ ਵੀ ਕੈਸਦਾ ਉਹਦਾ, ਕਹਿੰਦੇ ਕਈ ਘਰ ਮੁੜ ਵੀ ਆਏ, ਮੁੜਦੇ ਆ ਜੀ, ਕਰਨ ਮੁੰਡਾ ਇੱਥੋਂ ਆਪਣੇ ਔਲਖਾਂ ਦਾ, ਉਹ ਮੈਨੂੰ ਮਿਲਿਆ, ਉਹ ਕੈਨੇਡਾ ਤੋਂ 15 ਸਾਲ ਰਹਿ ਕੇ ਮੇਰੀ ਉਹ ਵੀਡੀਓ ਵੇਖ ਕੇ ਤੇ ਮੁੜਿਆ ਆਇਆ ਉਹ, ਤਾਂ ਜਾਣੀ ਇਸ ਕਾ ਹੁਣ ਲੋਕਾਂ ਦਾ ਝਗਾ ਮੁੜਾ ਵੀ ਪਿਆ, ਮੁੜਾ ਵੀ ਪਿਆ, ਤਾਂ ਜਾਣੀ ਇਹਨਾਂ ਸਾਰਾ ਸੀ ਨਜਾਇਜ਼ ਹੀ ਗੱਲਾਂ, 35-40 ਲੱਖ ਠੱਗੀਆਂ ਮਾਰ ਕੇ ਏਜੰਟ ਵਿੱਚ, ਏਜੰਟ ਮਾਰ ਕੇ, ਤਾਂ ਹੁਣ ਕੀ ਹੈ ਕਿ ਜਿੰਨਾ ਜਿਹੜੇ ਜ਼ਮੀਨ ਵੇਚ ਕੇ ਗਏ ਸੀ ਨਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇੱਥੇ ਆ ਕੇ ਉਹ ਦਿਹਾੜੀਆਂ ਕਰਨਗੇ, ਤਾਂ ਇਸ ਕਰਕੇ ਹੁਣ ਉਹਨਾਂ ਨੂੰ ਇੱਧਰ ਨਹੀਂ ਆਉਣਾ ਚਾਹੀਦਾ, ਹਾਂਜੀ, ਹੁਣ ਉੱਧਰ ਉੱਧਰ ਹੀ ਰਹੋ, ਤੁਸੀਂ ਇੱਧਰ ਆ ਕੇ ਤੁਹਾਡਾ ਉੱਧਰ ਵੀ ਜਾ ਕੇ ਬੁਰਾ ਹਾਲਟਲਾਈਜ਼ ਹੋਣਗੇ, ਅਤੇ ਜਿਹਨਾਂ ਕੋਲ ਭਾਈ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਕੀ ਜਾਣ ਦੀ ਲੋੜ ਹੈ। ਅਗਲੀ ਜਿਹੜੀ ਇੱਕ ਗੱਲ ਮੈਂ ਹੋਰ ਕਰਨੀ ਹੈ, ਹਾਂਜੀ, ਵੀ ਜਿਹੜੀ ਪੰਜਾਬ 'ਚ ਲੋਕਾਂ ਨੂੰ ਬਿਮਾਰੀ ਪਈ ਵੀ ਇੱਕ ਜਵਾਕ ਰੱਖਣਾ, ਹਾਂ, ਇਸ ਵਿਸ਼ੇ 'ਤੇ ਮੈਂ ਵੀ, ਮੇਰੇ ਵੀ ਦਿਮਾਗ 'ਚ ਸੀਗਾ ਕਿ ਅੱਜ ਅਸੀਂ ਮੰਨ ਲਓ ਜਿਵੇਂ ਤੁਸੀਂ ਤੁਹਾਡਾ ਪੱਖ ਹੀ ਆਪਾਂ ਦੇਖਦੇ ਹਾਂ, ਤੁਸੀਂ ਕਹਿੰਦੇ ਇੱਕ ਬੱਚਾ ਸੀ ਇੱਕ ਬੇਟਾ ਹੋਣ ਦੇ ਕਾਰਨ ਮੰਨ ਲਓ ਉਹ ਬਾਹਰ ਜਾਣ ਵਾਲੀ ਜੈਦ ਹੋ ਗਈ, ਉੱਧਰ ਚੱਲ ਗਿਆ, ਅਤੇ ਅੱਜ ਤੁਸੀਂ ਇਕੱਲੇ ਇੱਡੀ ਵੱਡੀ ਕੋਠੀ 'ਚ ਜਾਂ ਘਰ 'ਚ ਬੈਠੇ ਹਾਂ, ਹੈ ਨਾ, ਮੰਨ ਲਓ ਇਹ ਕਹਾਣੀ ਇੱਕ ਆਮ ਘਰ ਦੀ ਨਹੀਂ ਹੈ, ਸਾਰੇ ਪੰਜਾਬ ਦੀ ਕਹਾਣੀ, ਪੂਰੇ ਪੰਜਾਬ ਦੀ ਕਹਾਣੀ ਹੈ, ਹਾਂਜੀ, ਤਾਂ ਜਾਣੀ ਮੈਂ ਇਸ 'ਤੇ ਕਹੂੰਗਾ ਵੀ ਇਹ ਜਿਹੜੇ ਜੱਟ ਕਲਚਰ ਦੇ ਵਿੱਚ ਆ ਗਿਆ ਵੀ ਜਵਾਕ ਇੱਕੋ ਰੱਖਣਾ ਜ਼ਮੀਨ ਵੰਡੀ ਦੀ, ਮੈਂ ਕਹਿੰਦਾ ਬੰਦਿਆਂ ਦੀ ਮਾਇਆ ਬਿਰਛ ਦੀ ਛਾਇਆ, ਹਾਂ, ਬੰਦਿਆਂ ਦੀ ਮਾਇਆ
ਤੇ ਬਿਰਸ਼ਦੀ ਛਾਇਆ ਵੀ ਤੁਹਾਡੇ ਜਿਹੜੀ ਵੀ ਮੇਰੇ, ਮੈਂ ਤੁਹਾਨੂੰ ਆਪਣੀ ਐਗਜਾਮਪਲ 'ਚ ਦੇਵਾਂ ਤਾਂ ਮੇਰੇ ਬਾਪ ਹਰੀ ਪੰਜ ਭਰਾ ਸੀ, ਹਾਂਜੀ, ਤਾਂ ਦੂਜੇ ਇੱਕ ਦਾਦੇ ਦੇ ਮੇਰੇ ਦੋ ਲੜਕੇ ਸੀ, ਇੱਕ ਦਾਦੇ ਦੇ ਮੇਰੇ ਤੇ ਮੇਰੇ ਦੇ ਮਤਲਬ ਇੱਕ ਲੜਕਾ ਸੀ, ਹਾਂਜੀ, ਤੇ ਮਤਲਬ ਉਹਨਾਂ ਨੇ ਇਹਨਾਂ ਨੇ ਤਰੱਕੀ ਜ਼ਿਆਦਾ ਕੀਤੀ ਹੈ, ਪੰਜਾਂ ਨੇ ਜ਼ਿਆਦਾ ਕੀਤੀ, ਅਸੀਂ ਜ਼ਮੀਨ ਜੇ ਸੋਚੀਏ ਹਾਂਜੀ ਪੰਜਾਂ ਦੀ ਇਕੱਠੀ ਕਰੀਏ ਪੰਜਾਂ ਦੀ, ਇਹਨਾਂ ਦੀ ਤਰੱਕੀ ਉਹਨਾਂ ਨੂੰ ਜ਼ਿਆਦਾ ਹੈਗੀ ਜ਼ਿਆਦਾ, ਫਿਰ ਹੈ ਨਾ ਵੀ ਪੰਜਾਂ ਦੀ ਮਾਇਆ ਬਿਰਸ਼ ਦੀ ਛਾਇਆ, ਵੀ ਜਿੰਨੇ ਬੰਦੇ ਵੱਧ ਹੋਣਗੇ, 10 ਕਿੱਲਿਆਂ ਮਗਰ ਇੱਕ ਬੱਚਾ ਚਾਹੀਦਾ, ਹਾਂਜੀ, ਜੇ ਕੋਈ 20 ਹੈ ਤਾਂ 2 ਚਾਹੀਦੇ, ਜੇ 30 ਹੈ ਤਾਂ 3 ਚਾਹੀਦੇ ਚਾਹੀਦੇ ਤਾਂ ਜਿਹੜੇ ਬਾਹਰ ਲਿਆ, ਮੈਂ ਉਹਨਾਂ ਨੂੰ ਬਾਹਰਲਿਆਂ ਨੂੰ ਮੈਂ ਕਹਿੰਦਾ ਵੀ ਤੁਸੀਂ ਜ਼ਮੀਨ ਵੰਡ ਕੇ ਦੇਣੀ ਹੈ, ਜਦੋਂ ਤੁਹਾਡਾ ਬਰਥ ਜਿਹੜੀ ਹੈ ਡਿਲੀਵਰੀ ਉਹ ਮੁਫ਼ਤ ਹੈ, ਸਰਕਾਰ ਖਰਚਾ ਦਿੰਦੀ ਹੈ, ਪੜ੍ਹਾਈ ਮੁਫ਼ਤ, ਫਿਰ ਬੁਢਾਪਾ ਪੈਨਸ਼ਨ ਮੁਫ਼ਤ, ਤੇ ਲਾ ਦਿਓ ਲੈਣਾ, ਉਧਰ ਆਦਮੀ ਥੋੜੀ ਆਬਾਦੀ ਤਾਂ ਵਧੇ ਕਮ ਸੇ ਕਮ, ਜੇ 5-6 ਬੱਚੇ ਤੁਹਾਡੇ ਹੋ ਗਏ ਹੈ ਤਾਂ ਤੁਸੀਂ ਇੱਕ ਅੱਧਾ ਬੱਚਾ ਇੱਧਰ ਰਹਿ ਪਏ, 2 ਬੱਚੇ ਇੱਧਰ ਰਹਿ ਪਏ, ਬਾਕੀ ਬਾਹਰ ਤੁਰੇ ਰਹਿਣ, ਤਾਂ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਇਹ ਹੈ ਨਾ ਵੀ ਜੀ ਸਦਕੇ ਜਾਓ ਬਾਹਰ, ਕੋਈ ਜਾਣਾ ਮਾੜੀ ਗੱਲ ਨਹੀਂ ਗਾ, ਪਹਿਲਾਂ ਵੀ ਪ੍ਰਵਾਸ ਹੁੰਦਾ ਰਿਹਾ, ਹੁਣ ਵੀ ਹੁੰਦਾ ਰਿਹਾ, ਪਰ ਤੁਸੀਂ ਨਾ ਜਿਹੜੀ ਇਨਵੈਸਟਮੈਂਟ ਉੱਥੋਂ ਕਮਾਈ ਲਿਆ ਕੇ, ਇਨਕਮ ਲਿਆ ਕੇ ਪੰਜਾਬ 'ਚ ਇਨਵੈਸਟ ਕਰੋ, ਪੰਜਾਬ ਨੂੰ ਤੁਸੀਂ ਇਹਦਾ ਜਿਹੜਾ ਹੈ ਵੀ ਉਹ ਕੈਨੇਡਾ ਵਰਗਾ ਬਣਾਉਣ ਦੀ ਕੋਸ਼ਿਸ਼ ਕਰੋ, ਉਹਨੂੰ ਜਿਵੇਂ ਉੱਥੇ ਤੁਸੀਂ ਰਹਿੰਦੇ ਹਾਂ, ਸਿੱਖਦੇ ਹਾਂ, ਕਰਦੇ ਹਾਂ, ਤਾਂ ਇੱਥੇ ਡਿਵੈਲਪਮੈਂਟ ਕਰੋ, ਜਿਹੜੀ ਸਾਡੀ ਜਿਹੜੀ ਇਨਕਮ, ਸਾਡਾ ਜਿਹੜਾ ਜਿਹੜੀ ਮਾਇਆ, ਸਾਡਾ ਰੁਪਈਆ ਹੈ, ਪੈਸਾ ਹੈ, ਜਿਹੜਾ ਇੱਕ ਜਿਹੜਾ ਬਾਹਰ ਜਾਂਦਾ ਬੱਚਾ, ਉਹਦੇ 'ਤੇ 10-15 ਲੱਖ 20 ਲੱਖ ਲਾ ਕੇ ਭੇਜਦੇ ਹਾਂ, ਅਤੇ ਅੱਜ 3 ਲੱਖ ਬੰਦਾ ਮਤਲਬ ਜਿਹੜਾ ਨਾ, ਮੈਂ ਰੋਜ਼ 2500 ਪਾਸਪੋਰਟ ਬਣਦਾ, ਹਾਂਜੀ, ਰੋਜ਼ 2500 ਪਾਸਪੋਰਟ ਬਣਦਾ ਹੈ, ਤੇ ਰੋਜ਼ ਮਤਲਬ ਜਿਹੜਾ ਮਹੀਨੇ, ਮੈਂ ਸੁਣਿਆ ਸਾਲ ਦਾ ਜਿਹੜਾ ਵੀ 1.5 ਲੱਖ ਬੰਦਾ ਚਲਾ ਜਾਂਦਾ, ਤੇ ਉਹਨਾਂ ਦਾ ਤੁਸੀਂ ਗੁਣਾ ਕਰ ਲਓ 20 ਲੱਖ ਨਾਲ, ਜੇ ਆਪਾਂ ਦੇਖੀਏ ਦੁਆਬੇ 'ਚ ਤਾਂ ਹਾਲਾਤ ਇੱਦਾਂ ਦੇ ਬਣ ਗਏ ਆ, ਜਿਹੜੀਆਂ ਵੱਡੀਆਂ ਉਹਨਾਂ ਦੀਆਂ ਕੋਠੀਆਂ ਛੱਡ ਕੇ ਬਈਏ ਕਬਜ਼ਾ ਕਰੀ ਜਾਂਦੇ ਆ, ਕੋਠੀਆਂ 'ਚੋਂ ਜਾ ਬਈਏ ਨਾ ਕਹੋ ਤੁਸੀਂ ਉਹਨਾਂ ਨੂੰ, ਉਹ ਮਤਲਬ ਜਿਵੇਂ ਅਸੀਂ ਵੀ ਬਈਆ ਹੀ ਹਾਂ ਬਾਹਰਲੇ ਮੁਲਕਾਂ ਦੇ, ਤੇ ਉਹ ਵਸਕਾਂ ਕੌਮ 'ਚ ਥੋੜ੍ਹਾ ਜਿਹਾ ਨਫ਼ਰਤ ਫੈਲਦੀ ਹੈ ਵੀ ਖਾਲੀ ਥਾਂ ਤਾਂ ਫਿਰ ਕਿਸੇ ਨੇ ਭਰਨੀ ਹੈ ਨਾ, ਹਾਂਜੀ, ਜਦੋਂ ਤੁਸੀਂ ਇੱਥੇ ਵੀ ਤੁਹਾਨੂੰ ਦੇਖ ਘਰੇ ਕੋਈ ਨਾ ਹੋਇਆ, ਤੁਸੀਂ ਕੰਮ ਕਿਤੋਂ ਕਰਾਓਗੇ, ਤੁਹਾਡੇ ਲੋਕਲ ਲੇਬਰ ਮਿਲਦੀ ਨਹੀਂ, ਫਿਰ ਜਿੱਥੋਂ ਮਿਲੂਗੀ ਫਿਰ ਅਸੀਂ ਤਾਂ ਉਹੀ ਰੱਖਣੀ, ਸਾਡੀ ਮਜਬੂਰੀ ਹੈ, ਅਤੇ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹ ਉੱਧਰ ਉਹਨਾਂ ਦੀ ਵਾਧੀ ਜ਼ਿਆਦਾ, ਜੇ 5-6 ਜਵਾਕ ਹੈ, ਜਿੰਨੇ ਜਵਾਕ ਜ਼ਿਆਦਾ ਹੋਣਗੇ ਉਨਾ ਹੀ ਉਹ ਬਾਹਰ ਨੂੰ ਫੈਲਣਗੇ, ਹੈਂ, ਅਤੇ ਜਿੰਨੇ ਜਵਾਕ ਘੱਟ ਹੋਣਗੇ ਉਹਨਾਂ ਉਹਦੀ ਰਾਖੀ ਕਰੂਗਾ ਵੀ ਇਹ ਮੇਰੇ ਜਵਾਕ ਨੂੰ ਕੋਈ ਨੁਕਸਾਨ ਨਾ ਪਹੁੰਚਾ ਜੇ, ਹਾਂਜੀ, ਤਾਂ ਇਸ ਕਰਕੇ ਇਹ ਵੀ ਇੱਕ ਤਾਂ ਸਾਡੇ 'ਚ ਵੱਡਾ ਡਿਫੈਕਟ ਹੈ ਵੀ 5-6 ਜਵਾਕ ਪੈਦਾ ਕਰੋ, 2-3 ਬਾਹਰ ਭੇਜ ਦਿਓ, ਇੱਕ ਦੋ ਇੱਥੇ ਰਹਿ ਜਾਣ, ਇੱਕ ਅੱਧਾ ਨੌਕਰੀ ਕਰਦਾ ਹੋਵੇ, ਤਾਂ ਇਹ ਸਾਨੂੰ ਸੋਚਣਾ ਪਊ ਪੰਜਾਬ ਵਾਸੀਆਂ ਨੂੰ ਵੀ ਜਵਾਕ ਜਿਹੜਾ ਸਿੰਗਲ ਇੱਕ ਚਾਈਲਡ ਦਾ ਬਣਦਾ ਕੀ ਹੈ, ਤੁਹਾਡੇ ਜਵਾਕ ਨੂੰ ਅਗਵਾ ਕਰ ਲੈਣ, ਉੱਥੇ ਅਗਲੇ ਕਹਿੰਦੇ ਕੱਢੋ ਵੀ 20 ਲੱਖ ਕੱਢੋ, 50 ਲੱਖ ਫਿਰ ਕੀ ਕਰੋਗੇ, ਕਿੱਧਰ ਜਾਓ, ਕਈ ਵਾਰੀ ਬੰਦੇ ਨੂੰ ਪ੍ਰੋਬਲਮ ਆ ਜਾਂਦੀ, ਬਿਮਾਰੀ ਕੋਈ ਕਿਸੇ ਕਾਰਨ ਕਰਕੇ, ਬੱਚੇ ਦੀ ਡੈਥ ਹੋ ਗਈ, ਮੰਨ ਲਓ ਜੇ ਅੱਗੇ 2-3 ਹੋਣਗੇ ਤੇ ਚਲੋ ਪਰਿਵਾਰ ਸੌਖੇ, ਜਾਨੀ ਇਦਾਂ ਦੀ ਚੀਜ਼ ਹੈ ਕਿ ਮੇਰਾ ਤਜਰਬਾ ਇਹ ਹੈ ਵੀ ਬੰਦਿਆਂ ਦੀ ਮਾਇਆ ਤੇ ਬਿਰਛ ਦੀ ਛਾਇਆ, ਹਾਂ, ਤਾਂ ਜਾਨੀ 2-3 ਲੜਕੇ ਤਾਂ ਲਾਜ਼ਮੀ ਚਾਹੀਦੇ ਹੈਗੇ ਆ, ਆਪੇ ਆਪਦਾ ਜਿੱਥੇ ਆਉਂਦੇ ਹੁੰਦੇ ਆ ਕਿ ਲੋਡ ਕਾਰਡ ਦੀ ਮਾਂ, ਜਿੱਥੇ ਉਹਨਾਂ ਦੀ ਮਤਲਬ ਆਪੇ ਕੰਮ ਕਰਨਗੇ, ਭੱਜਣਗੇ, ਜ਼ਿਆਦਾ ਭੱਜਣਗੇ, ਤਾਂ ਇਸ ਤਰੀਕੇ ਦੇ ਨਾਲ ਇੱਕ ਪੰਜਾਬ ਦੀਆਂ ਜਿਹੜੀਆਂ ਇਹ ਮੁਸ਼ਕਲਾਂ ਹੈਗੀਆਂ, ਪੰਜਾਬ ਨੂੰ ਬਿਮਾਰੀਆਂ ਲੱਗ ਨੇ ਘੇਰ ਲਿਆ, ਪੰਜਾਬ ਨੂੰ ਪ੍ਰਵਾਸ ਨੇ ਘੇਰ ਲਿਆ, ਪੰਜਾਬ 'ਚ ਨੌਕਰੀਆਂ ਬੰਦ ਕਰਤੀਆਂ, ਪੰਜਾਬ 'ਚ ਕਰਪਸ਼ਨ ਹੋ ਗਈ, ਪੰਜਾਬ 'ਚ ਨਸ਼ਾ, ਅਤੇ ਪੰਜਾਬ 'ਚ ਨਸ਼ਾ ਆ ਗਿਆ, ਪੰਜਾਬ 'ਚ ਜਿਹੜੀ ਐਜੂਕੇਸ਼ਨ ਹੈ ਉਹ ਮਹਿੰਗੀ ਹੋ ਗਈ, ਤਾਂ ਫਿਰ ਕੀ ਹੈ ਕਿ ਪੰਜਾਬ 'ਚ ਜਿਹੜੇ ਹੈ ਜਿਹੜਾ ਮਤਲਬ ਲੋਕਾਂ ਦੇ ਜਿਹੜੇ ਕਰਜ਼ਾ ਜਾਂ ਪੰਜਾਬ ਸਿਰ ਚੜ੍ਹ ਗਿਆ, ਅਤੇ ਜਿਹੜੇ ਸਾਡੇ ਵਿਆਹ ਮਹਿੰਗੇ ਕਰ ਲਏ, ਅਤੇ ਅਸੀਂ ਮਤਲਬ ਸਾਨੂੰ ਹੁਣ ਕਿ ਅਸੀਂ ਲੋੜ ਤੋਂ ਵੱਧ ਅਸੀਂ ਵਧਾ ਲਈਆਂ, ਇਹਦਾ ਸਲੂਸ਼ਨ ਇਹੋ ਹੀ ਹੈ ਵੀ ਸਾਨੂੰ ਜਿਹੜਾ ਲੋੜਾਂ ਘਟਾਉਣੀਆਂ ਚਾਹੀਦੀਆਂ, ਸਾਨੂੰ ਖਰਚੇ ਘਟਾਉਣੇ ਚਾਹੀਦੇ ਆ, ਸਾਨੂੰ ਮਤਲਬ ਬਈ ਜਿਹੜੇ ਬੱਚੇ 2-3 ਤਾਂ ਲਾਜ਼ਮੀ ਚਾਹੀਦੇ ਆ, ਪਰਿਵਾਰ 10 ਕਿੱਲਿਆਂ ਮਗਰ ਇੱਕ ਬੱਚਾ ਚਾਹੀਦਾ, ਤਾਂ ਅਗਲੀ ਗੱਲ ਜਿਹੜੀ ਹੈ ਵੀ ਸਾਨੂੰ ਜਿਹੜਾ ਹੈ ਉਹ ਆਰਗੈਨਿਕ ਗਰੋ ਕਰਨਾ ਚਾਹੀਦਾ,
ਵੀ ਸਾਨੂੰ ਰੇਹਾਂ ਸਪਰੇਆਂ ਨੂੰ ਅਵੋਇਡ ਕਰਨਾ ਚਾਹੀਦਾ, ਥੋੜ੍ਹੀ ਕਰ ਲਓ ਅੱਗੇ ਵੀ ਜਿਹੜਾ 60 ਤੋਂ ਪਹਿਲਾਂ ਅੱਧੀ ਜ਼ਮੀਨ ਵਿਕਦੀ, ਅੱਧੀ ਖਾਲੀ ਪਈ ਰਹਿੰਦੀ ਸੀ, ਤਾਂ ਉਹਦੇ 'ਚ ਸਾਡੀਆਂ ਵਧੀਆ ਕਣਕ ਪੈਦਾ ਹੁੰਦੀ ਸੀ, ਵਧੀਆ ਛੋਲੇ ਪੈਦਾ ਹੁੰਦੇ, ਵਧੀਆ ਜੌਂ ਪੈਦਾ ਹੋ ਜਾਂਦੇ ਸੀ, ਉਹ ਖਾਣ ਯੋਗਰੇ ਹੋ ਜਾਂਦੇ ਸੀ, ਸੰਤੋਖ ਤਾਂ ਹੁੰਦਾ ਸੀ ਨਾ, ਅਤੇ ਲੋਕ ਘੋਲ ਕਰਦੇ ਸੀ, ਕਬੱਡੀਆਂ ਖੇਡਦੇ ਸੀ, ਗੋਲਾ ਭਾਰ ਚੱਕਦੇ ਸੀ, ਗੋਲੇ ਸੁੱਟਦੇ ਸੀ, ਡਾਚੀਆਂ ਵਰਗੇ ਪਏ ਹੋਏ ਵੇਖੀ, ਦਾਰੇ ਪਹਿਲਵਾਨ ਤੋਂ ਤਾਂ ਦਾਰੇ ਹੀ ਹੋ ਗਏ ਆਪਣੇ, ਮੈਂ ਕਿਹੜੇ ਕਿਹੜੇ 7-7 ਫੁੱਟ ਦੇ ਬੰਦੇ, ਤਾਂ ਹੁਣ ਵੀ ਮਤਲਬ ਮੇਰੇ ਕਨੀ ਤੁਸੀਂ ਦੇਖ ਲਓ ਮੇਰੀ ਹਾਈਟ 6 ਫੁੱਟ ਤੋਂ ਉੱਪਰ ਹੈ, ਹਾਂਜੀ, ਸਾਡੇ ਪਰਿਵਾਰ ਦੇ ਵਿੱਚ ਬਹੁਤ ਲੰਮੇ ਆ ਸਾਰੇ ਬੰਦੇ, ਤਾਂ ਜਿੱਥੇ ਮਤਲਬ ਤੁਹਾਡਾ ਮਾਨਸਿਕ ਤੌਰ 'ਤੇ ਤੁਸੀਂ ਸੁਖੀ ਹੈ, ਹਾਂਜੀ, ਵੀ ਖਾਣੇ ਨਾਲੋਂ ਮਾਨਸਿਕ ਤੌਰ ਤੇ ਸੰਤੁਸ਼ਟ ਹੋਣਾ ਦੇਖਿਆ ਜਾਵੇ ਨਾ, ਬੰਦਾ ਪੈਸਾ ਕਮਾ ਕੇ ਜੋੜ ਕੇ ਵੀ ਉਹ ਮਤਲਬ ਮੇਨ ਖਾਣੀਆਂ ਤਾਂ ਉਹ ਰੋਟੀਆਂ, ਮਤਲਬ ਤੁਹਾਡੇ ਕੋਲੇ ਰੋਟੀ ਹੋਣੀ ਚਾਹੀਦੀ ਹੈ, ਕੱਪੜਾ ਹੋਣਾ ਚਾਹੀਦਾ, ਚਲੋ ਰਹਿਣ ਲਈ ਬੇਸਿਕ ਨੀਡ ਪਹਿਲਾਂ ਥੋੜੀਆਂ ਪੂਰੀਆਂ ਹੋਣ, ਹਾਂਜੀ, ਫਿਰ ਥੋੜੀਆਂ ਲੋੜ ਮੁਤਾਬਕ ਖਰਚੋ ਤੇ ਵਿਖਾਵਾ ਨਾ ਕਰੋ, ਇਹ ਨਹੀਂ ਤੁਸੀਂ 3 ਲਿਆ ਕੇ ਠਲਤੀਆਂ ਤੇ ਚੱਲਦੀ ਤੁਹਾਡੇ ਕੋਲ ਇੱਕ ਵੀ ਨਹੀਂ, ਤਾਂ ਯਾਨੀ ਉਹ ਇਹ ਹਾਲ ਨਹੀਂ ਹੋਣਾ ਚਾਹੀਦਾ, ਮਤਲਬ ਵਿਖਾਵੇ ਨੇ ਸਾਡਾ ਕੰਮ ਸਿਸਟਮ ਸਾਰਾ ਉਜਾੜ, ਫਿਰ ਜਿਹੜਾ ਹੈ ਵੀ ਇਹ ਸਾਨੂੰ ਕੀ ਹੈ ਕਿ ਰਿਸ਼ਤਾ ਆਪਦੇ ਬਰਾਬਰ ਦੇ ਮੇਚੇ ਦੇ ਬੰਦੇ ਨਾਲ ਕਰਨਾ ਚਾਹੀਦਾ ਜੀ, ਸਾਨੂੰ ਵੀ ਉਹ ਐਂ ਨਹੀਂ ਵੱਡੇ ਨਾਲ ਯਾਰੀ ਲਾ ਕੇ, ਸ਼ੇਰ ਦੇ ਮੂੰਹ 'ਚ ਬੈਠੋਗੇ ਤਾਂ ਸ਼ੇਰ ਨੇ ਤਾਂ ਮੂੰਹ ਘੁੱਟਣਾ ਹੀ ਫਿਰ ਐਂ, ਤੇ ਯਾਨੀ ਜਿੰਨੀ ਕੁ ਜੇ ਲੜਕੀ ਵੇਖੋ ਅੱਜ ਕੱਲ੍ਹ ਜੇ ਲੜਕੀ ਪੜ੍ਹੀ ਲਿਖੀ ਮਿਲਦੀ ਹੈ, ਹਾਂਜੀ, ਤਾਂ ਬਹੁਤ ਚੰਗੀ ਗੱਲ ਹੈ, ਭਾਵੇਂ ਗਰੀਬ ਕਰਦੀ ਹੈ, ਹਾਂਜੀ, ਔਰ ਲੜਕੀ ਜੇ ਜੇ ਉਹ ਮਤਲਬ ਨੌਕਰੀ ਮਿਲ ਜੇ ਉਹਦੇ ਵਰਗਾ ਦਾਜ ਹੀ ਕੋਈ ਨਹੀਂ, ਦਾਜ ਹੀ ਕੋਈ, ਤਾਂ ਸਾਨੂੰ ਯਾਨੀ ਇਸ ਚੀਜ਼ਾਂ ਕਰਕੇ ਮੈਂ ਵੇਖਦਾ ਪਿਛਲਾ ਮੇਰਾ ਤਜਰਬਾ ਇਹ ਹੈ ਵੀ ਲੜਕੀਆਂ ਪੜ੍ਹਨ 'ਚ ਵੀ ਅੱਗੇ ਹੋ ਗਈਆਂ, ਹਾਂਜੀ, ਜਦੋਂ ਪੜ੍ਹਨ 'ਚ ਅੱਗੇ ਹੋ ਗਈਆਂ ਤਾਂ ਹੁਣ ਪਿੱਛੇ ਬਿਮਾਰੀ ਤੁਸੀਂ ਵੀ ਵੇਖੀ ਹੈ ਵੀ ਲੜਕੀ ਆਈਲੈਟ ਕਰ ਲੈਂਦੀ ਹੈ, ਲੜਕਾ ਜਿਹੜਾ ਹੁੰਦਾ ਨਾ ਜਮਾਂ ਹੀ ਡਫਰ, 5 ਪੜਿਆ 6 ਪੜਿਆ ਹੁੰਦਾ, ਕੇਅਰ ਟੇਕਰ ਬਣ ਕੇ ਤੇ ਉੱਥੇ ਭਾਜਾ ਵੜਦਾ, ਫਿਰ ਉੱਥੇ ਫਿਰ ਤਲਾਕ ਹੀ ਹੋਊਗਾ, ਤਲਾਕ ਹੀ ਹੋਊ, ਬਰਾਬਰ ਮੇਲ ਹੀ ਨਹੀਂ ਖਾਂਦੇ, ਸੋਚ ਹੀ ਨਹੀਂ ਰਲਦੀ, ਯਾਨੀ ਕਿੰਨਾ ਕਿੰਨੇ ਅੱਗੇ ਸਾਡੀ ਲੜਕੀ ਦਾ ਰਿਸ਼ਤਾ ਜਿਹੜਾ ਸੀਗਾ ਮਾਂ ਬਾਪ ਕਰਦੇ ਸੀ ਤੇ ਵਿਆਹ ਕਰ ਦੇਣਾ ਪਤਾ ਨਹੀਂ ਲੱਗਦਾ ਸੀ ਲੜਕੀ ਨੂੰ, ਤੇ ਮੁੰਡਾ ਕੁੜੀ ਮਿਲਦੇ ਨਹੀਂ ਸੀਗੇ, ਤੇ ਹੁਣ ਆਖ ਦਿੰਦੇ ਆ ਨਹੀਂ ਪਹਿਲਾਂ ਜਿਹੜਾ ਹੈ ਨਾ ਲਿਵਿੰਗ ਰਿਲੇਸ਼ਨ 'ਚ 1-2 ਸਾਲ ਰਹੀਏ ਫਿਰ ਕੋਈ ਕਰਾਂਗੇ, ਉਹ ਸਾਡੇ ਜਿਹੜੇ ਬੰਦੇ ਲੋਕ ਆਉਂਦੇ ਹੁੰਦੇ ਨਾ ਆਖੇ ਖਾਣ ਨੂੰ ਹੋਰ ਆ ਤੇ ਖਾਣ ਨੂੰ ਹੋਰ ਹੈ, ਤੇ ਉਹ ਸਾਡੇ ਜਿਹੜੇ ਬੱਚੇ ਆ ਉਹ ਨਵੇਂ ਨਵੇਂ ਆਉਂਦੇ ਹੁੰਦੇ ਆ ਘਰ ਕੁੱਕੜ ਖੇਡ ਆਈ ਤੇ ਆਪਣੇ ਸਿਰ 'ਚ ਆਪੇ ਖੇਪ ਆਈ, ਤੇ ਅਸੀਂ ਆਪਦੀਆਂ ਰਵਾਇਤਾਂ ਪੁਰਾਣੀਆਂ ਛੱਡਤੀਆਂ, ਕਲਚਰ ਨਾਲੋਂ ਟੁੱਟ ਗਏ, ਤਾਂ ਅਸੀਂ ਜਿਹੜੀ ਉਹ ਬਾਹਰਲੇ ਮੁਲਕਾਂ ਦੀ ਚਮਕ ਧਮਕ ਦੇਖ ਲਈ, ਤਾਂ ਉਹ ਲੋਕ ਤਾਂ ਸਾਡੇ ਨਾਲੋਂ ਕਿਤੇ ਸਿਆਣੇ ਹੈ, ਹਾਂਜੀ, ਤੇ ਹੁਣ ਅਸੀਂ ਕੀ ਹੈ ਕਿ ਵੀ ਨਾ ਅਸੀਂ ਸਫਾਈ ਦਾ ਪ੍ਰਬੰਧ ਕਰਨਾ, ਨਾ ਅਸੀਂ ਸਿਹਤ ਦਾ ਪ੍ਰਬੰਧ ਕਰਨਾ, ਨਾ ਅਸੀਂ ਮਤਲਬ ਆਪਦੀ ਵਿਉਂਤਬੰਦੀ ਕਰਨੀ ਆ ਕੋਈ, ਪਲਾਨਿੰਗ ਕਰਨੀ ਆ ਕੋਈ, ਤੇ ਉਹ ਫਿਰ ਉਹ ਆਉਂਦੇ ਹੁੰਦੇ ਆ ਕਿ ਉਹ ਆਪਦੇ ਗੱਲ 'ਚ ਫਾਇਆ ਆਪ ਆਉਣ ਵਾਲੀ ਗੱਲ ਹੀ ਹੈ ਨਾ, ਠੀਕ ਹੈ, ਜ਼ਰੂਰੀ ਹੈ ਜੇ ਤੁਹਾਡੇ ਕੋਲ ਮਤਲਬ ਖਰਚੇ ਨਹੀਂ ਪੂਰੇ ਹੁੰਦੇ, ਜ਼ਰੂਰੀ ਤੁਸੀਂ ਵੀ ਕਾਰ ਲੈਣੀ ਹੈ, ਤੁਸੀਂ ਸਕੂਟਰ ਲੈ ਸਕਦੇ ਹਾਂ, ਹਾਂਜੀ, ਤੁਸੀਂ ਜੀਪ ਲੈ ਲਓ, ਤੁਸੀਂ ਜੀਪ ਲੈ ਲਓ, ਸਸਤਾ ਕੋਈ ਵਹੀ ਗੱਲ ਲੈ ਲਓ, ਹਾਂ, ਇਹ ਚੀਜ਼ਾਂ ਜਿਹੜੀਆਂ ਹੈ ਸਾਨੂੰ ਸਾਡੀਆਂ ਜਿੰਨੀਆਂ ਵੀ ਰੋਗ ਹੈ ਸਾਨੂੰ ਪੰਜਾਬ ਦੇ ਬਿਮਾਰੀਆਂ ਹੈਗੀਆਂ ਜਾਂ ਸਾਡੇ ਕਰਜ਼ੇ ਥੱਲੇ ਆਉਣੇ ਜਾਂ ਆਤਮ ਹੱਤਿਆ ਕਰਦੇ ਹਾਂ, ਉਹ ਅਸੀਂ ਆਪ ਛੇੜੀਆਂ ਹੋਈਆਂ, ਜੀ ਜੀ, ਕਿਸੇ ਨੇ ਨਹੀਂ ਛੇੜੀਆਂ, ਦੂਸਰੀ ਗੱਲ, ਹਾਂਜੀ, ਜੇ ਬਾਹਰ ਭੱਜੋਗੇ ਪ੍ਰਵਾਸ ਕਰ ਲਓਗੇ, ਹਾਂਜੀ, ਜਾਂ ਤੁਸੀਂ ਮਤਲਬ ਵੀ ਹਸਪਤਾਲ ਚੰਗੇ ਬਣਾ ਲਓਗੇ ਤੇ ਕੀ ਤੁਸੀਂ ਮਤਲਬ ਵੀ ਤੰਦਰੁਸਤ ਹੋ ਜਾਓਗੇ, ਜਿਹੋ ਜਿਹਾ ਅੰਨ, ਹਾਂਜੀ, ਉਹੋ ਜਿਹਾ ਮਨ, ਜਿਹੋ ਜਿਹਾ ਦੁੱਧ ਉਹ ਜਿਹੀ ਬੁੱਧ, ਤੇ ਜਿਹੋ ਜਿਹੀ ਆਉਂਦੇ ਦ੍ਰਿਸ਼ਟੀ ਉਹੋ ਜਿਹੀ ਸ੍ਰਿਸ਼ਟੀ, ਜੀ, ਜਿਹੋ ਜਿਹੀ ਦ੍ਰਿਸ਼ਟੀ ਉਹੋ ਜਿਹੀ ਸ੍ਰਿਸ਼ਟੀ ਹੋ ਜਾਂਦੀ ਹੈ, ਤਾਂ ਯਾਨੀ ਇਸ ਤਰੀਕੇ ਦੇ ਨਾਲ ਸਾਨੂੰ 100 ਹੱਥਾਂ ਸਿਰੇ ਤੇ ਗੰਢ, ਹਾਂਜੀ, ਵੀ ਸਾਨੂੰ ਆਪਣੇ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ, ਤਾਂ ਸਾਨੂੰ ਵਾਹਜਾਤ ਲੋੜਾਂ ਨਹੀਂ ਵਧਾਉਣੀਆਂ ਚਾਹੀਦੀਆਂ, ਵਾਹਜਾਤ ਸਾਨੂੰ ਖਰਚੇ ਨਹੀਂ ਕਰਨੇ ਚਾਹੀਦੇ, ਸਾਨੂੰ ਲੋਕਾਂ ਵਾਸਤੇ ਨਹੀਂ ਜਿਉਣਾ ਅਸੀਂ, ਮੈਨੂੰ ਉਹ ਕੀ ਆਖੂਗਾ, ਮੈਨੂੰ ਇਹ ਕੀ ਆਖੂਗਾ, ਸਾਨੂੰ ਆਪਦੇ ਢੰਗ ਨਾਲ ਜਿਉਣਾ ਚਾਹੀਦਾ, ਔਰ ਜ਼ਿੰਦਗੀ ਸਿੰਪਲ ਰੱਖੋ, ਹਾਂਜੀ, ਸਧਾਰਨ ਰੱਖੋ, ਹਾਂਜੀ, ਤੁਸੀਂ ਤੰਦਰੁਸਤ ਰਹੋ, ਅਰੋਗ ਰਹੋ, ਉਹ ਚੰਗਾ,
ਕਿ ਤੁਸੀਂ ਮਤਲਬ ਵੀ 100 ਬਿਮਾਰੀਆਂ ਦਵਾਈਆਂ ਖਾਂਦੇ ਆ ਖਾ ਕੇ ਤੇ ਫਿਰ ਤੁਸੀਂ ਲਿਪਾ ਪੋਚੀ ਕਰਦੇ ਆ, ਹਾਂਜੀ, ਤੇ ਜਦੋਂ ਹੁਣ ਦੇਖ ਲਓ ਵੀ ਹੁਣ ਸਰਦਾਰ ਜੇ ਅਸੀਂ ਸਰਦਾਰ ਹਾਂ ਕਿ ਇਸ ਦਾੜਾ ਤੁਹਾਡੇ ਕਿੰਨਾ ਵਧੀਆ ਲੱਗਦਾ, ਹਾਂਜੀ, ਸਰੂਪ ਕਿੱਡਾ ਵਧੀਆ ਲੱਗਦਾ, ਬਿਲਕੁਲ, ਤੇ ਜੇ ਤੁਸੀਂ ਉਹਦੇ 'ਤੇ ਐਵੇਂ ਪਾਊਡਰ ਖੁਲਾਈ ਜਾਓ ਐਵੇਂ ਮਤਲਬ ਤੁਸੀਂ ਹੋਰ ਕਈ ਕੰਮ ਕਰੀ ਲਿਪਾ ਪੋਚੀ ਕਰੀ ਜਾਓਗੇ ਤੇ ਨਜਾਇਜ਼ ਖਰਚਾ ਹੀ ਹੈ, ਹਾਂਜੀ ਹਾਂਜੀ, ਇਹ ਇਹਨਾਂ ਨਜਾਇਜ਼ ਖਰਚਿਆਂ ਦੀ ਜ਼ਰੂਰਤ ਨਹੀਂ ਹੈ। ਹਾਂ, ਫਿਰ ਤੁਸੀਂ ਜਿਹੜਾ ਕੁਦਰਤ ਨਾਲ ਜੁੜੋ, ਬਿਲਕੁਲ, ਜੇ ਕੁਦਰਤ ਨਾਲ ਜੁੜੋਗੇ ਤਾਂ ਆਤਮ ਨਿਰਭਰ ਬਣੋਗੇ, ਆਤਮ ਨਿਰਭਰ ਬਣੋਗੇ ਤਾਂ ਆਤਮ ਵਿਸ਼ਵਾਸ ਆਊਗਾ, ਆਤਮ ਵਿਸ਼ਵਾਸ ਆਊਗਾ ਤਾਂ ਤੁਸੀਂ ਦੁਨੀਆਂ 'ਤੇ ਰਾਜ ਕਰੋਗੇ, ਬਿਲਕੁਲ, ਜਾਣੀ ਮੈਂ ਇਹ ਚੀਜ਼ 'ਤੇ ਜ਼ੋਰ ਦਿੰਦਾ ਜੀ, ਵੀ ਤਾਂ ਆਪਦੇ ਜਿੰਨੇ ਵਸੀਲੇ ਆ ਉਹਨਾਂ ਨੂੰ ਵਧੀਆ ਸਦ ਉਪਯੋਗ ਕਰੋ ਉਹਨਾਂ ਦਾ, ਹਾਂਜੀ, ਅਤੇ ਐਵੇਂ ਲੋਕਾਂ ਦੇ ਮਗਰ ਲੱਗ ਕੇ ਨਾ ਆਪਦੇ ਮਾਡਲ ਜਿਹੜੇ ਆ ਉਹ ਇਗਨੋਰ ਕਰਕੇ ਨਵੇਂ ਮਾਡਲ ਲਿਆਉਣ ਦੀ, ਮੰਨ ਲਓ ਇੱਥੇ ਆਪਾਂ ਇੱਕ ਗੱਲ ਹੋਰ ਕਰਦੇ ਜਾਈਏ ਕਿ ਅੱਜ ਅਸੀਂ ਮਤਲਬ ਕਿ ਆਪਦੇ ਪਿਛੋਕੜ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਕਲਚਰ ਨੂੰ, ਆਪਣੇ ਵਿਰਸੇ ਨੂੰ ਛੱਡ ਕੇ, ਹੈ ਨਾ, ਅੱਜ ਸਾਨੂੰ ਦੂਜਾ ਮਾਡਰਨ ਕਲਚਰ ਵਧੀਆ ਲੱਗਣ ਲੱਗ ਪਿਆ, ਵਧੀਆ ਲੱਗਣ ਲੱਗ ਪਿਆ, ਪਰ ਦੱਸਿਆ ਤਾਂ ਜਿਵੇਂ ਮੈਂ ਤੁਹਾਨੂੰ ਵੀ ਵੀ ਕਿਸੇ ਦਾ ਸਮਝਾਇਆ ਨਹੀਂ ਕਿ ਸਮਝਦਾ, ਹਾਂਜੀ, ਕੋਈ ਸਮਝਾਇਆ ਨਹੀਂ ਸਮਝਦਾ, ਅੱਗੋਂ ਠੋਕਰਾਂ ਪੈਂਦੀਆਂ ਨਾ, ਫਿਰ ਵਾਪਸ ਮੁੜਦੀ ਹੈ, ਫਿਰ ਸਮਝ ਆਉਂਦੀ ਹੈ, ਜਿਹੜਾ ਵੇਖੋ ਵੀ ਜਿਹੜਾ ਬੰਦਾ ਸਮਝ ਕੇ ਚੱਲੂਗਾ, ਮਹਿੰਗਾਈ ਦਾ ਜ਼ਮਾਨਾ, ਹਾਂਜੀ, ਅਤੇ ਜਿਹੜਾ ਬੰਦਾ ਅੱਜ ਕਰਜ਼ੇ ਥੱਲੇ ਨਹੀਂ ਉਹ ਰਾਜਾ ਹੈ, ਰਾਜਾ, ਜਿਹੜਾ ਬੰਦਾ ਆਪਦੀ ਆਪ ਕਮਾ ਕੇ ਖਾਂਦਾ ਹੈ, ਆਪ ਮਤਲਬ ਉਹ ਆਪਦਾ ਉਹਦਾ ਕੰਟਰੋਲ ਕੀਤਾ ਹੋਇਆ ਹੈ, ਕਰਜ਼ੇ 'ਚ ਨਹੀਂ ਉਹ ਜੀ, ਤਾਂ ਉਹ ਰਾਜਾ ਹੈ, ਬਿਲਕੁਲ, ਇੱਕ ਬੰਦਾ ਅਰਬਪਤੀ ਹੈ ਅਤੇ ਉਹ ਕਰਜ਼ੇ ਥੱਲੇ ਹੈ ਅਤੇ ਮੈਂ ਉਹਦੇ ਵਰਗਾ ਕੰਗਾਲ ਕੋਈ ਨਹੀਂ ਸਮਝਦਾ, ਹਾਂ ਬਿਲਕੁਲ ਜੀ, ਹੈ ਬਾਜ਼ਾਰ 'ਚ ਤੁਸੀਂ ਕਿਉਂ ਬਾਜ਼ਾਰ 'ਚ ਜਾਂਦੇ, ਹੁਣ ਮੈਂ ਬਾਜ਼ਾਰ ਜਾਂਦਾ ਜਾਂ ਤਾਂ ਆਪਦੀ ਤਨਖਾਹ ਲੈਣ ਜਾਂਦਾ ਅਤੇ ਜਾਂ ਮੈਂ ਮਾੜਾ ਮੋਟਾ ਸੌਦਾ ਪੱਤਾ ਮੁੱਕਿਆ ਹੋਵੇ ਤਾਂ ਮੈਂ ਉਹ ਲੈਣ ਜਾਂਦਾ ਅਤੇ ਮੇਰੇ ਦੋ ਤਿੰਨ ਗੇੜੇ ਬਾਬਾ ਜੀ ਬੈਠੇ ਮੇਰੇ ਕੋਲੇ, ਦੋ ਤਿੰਨ ਗੇੜੇ ਮਸਾਂ ਲੱਗਦੇ ਮੇਰੇ, ਹਾਂਜੀ, ਤੇ ਮੈਂ ਆਪਦੀ ਵਸਤਾਂ ਲੈਣਾ, ਵਸਤਾਂ ਲੈ ਕੇ ਬਾਬਾ ਜੀ ਨੇ ਮਿਲ ਕੇ, ਮਹੀਨੇ 'ਚ ਦੋ ਤਿੰਨ ਗੇੜੇ, ਹਾਂ ਬਿਲਕੁਲ, ਅੱਛਾ, ਮਹੀਨੇ 'ਚ ਦੋ ਤਿੰਨ ਗੇੜੇ ਬਸ, ਹੁਣ ਮੇਰੀ ਆਪਦੀ ਗੱਡੀ ਦੀ ਮੈਂ ਟੈਂਕੀ ਜਿੱਦਣ ਮੈਨੂੰ ਮਿਲਦੀ ਹੈ ਨਾ ਪੈਨਸ਼ਨ, ਹਾਂਜੀ, ਮੈਂ ਗੱਡੀ ਭਰਾ ਲੈਣਾ, ਹਾਂਜੀ, ਆਪਦੀ ਟੈਂਕੀ ਭਰਾ ਲੈਣਾ ਅਤੇ ਮੇਰੀ ਉਹ ਮਹੀਨਾ ਕੱਢ ਜਾਂਦੀ ਹੈ, ਠੀਕ ਹੈ ਜੀ, ਤਾਂ ਵੀ ਕੋਈ ਮੈਨੂੰ ਫਿਕਰੀ ਕੋਈ ਨਹੀਂ, ਫਿਕਰੀ ਕੋਈ ਨਹੀਂ। ਆ ਦੂਸਰੀ ਗੱਲ, ਆਪਾਂ ਜਿੱਦਾਂ ਪਹਿਲਾਂ ਦੇਖ ਕੇ ਹਟੇ ਹਾਂ, ਆਪਾਂ ਸਾਰਾ ਗੇੜਾ ਕੱਢਿਆ, ਸਬਜ਼ੀਆਂ ਤੁਸੀਂ ਆਪਣੀਆਂ ਲਾਈ ਬੈਠੇ ਹਾਂ, ਮੰਨ ਲਓ ਫਲ ਫਰੂਟ ਤੁਸੀਂ, ਮੰਨ ਲਓ ਆਪਣੇ ਆਪ ਨਹੀਂ ਜਾਂਦਾ ਮੈਂ, ਮੰਨ ਲਓ ਤੁਸੀਂ ਫਿਰ ਨਾ ਸਬਜ਼ੀ ਬਾਹਰ ਦੀ ਵਰਤੀ, ਨਾ ਫਲ ਜੀ ਆਪਦੀ, ਫਲ ਜੀ ਆਪਦੀ, ਫਰੂਟ ਆਪਦੇ, ਹਾਂਜੀ, ਤਾਂ ਬਿਜਲੀ ਦਾ ਹੁਣ ਸੋਲਰ ਸੂਰਜੀ ਊਰਜਾ ਵਰਤੋ, ਹਾਂਜੀ, ਜਿਹੜੀ ਸੂਰਜੀ ਊਰਜਾ ਅਲਟੀਮੇਟ ਸੋਰਸ ਆਫ ਐਨਰਜੀ ਹੈ, ਹਾਂਜੀ, ਸਾਨੂੰ ਬਿਜਲੀਆਂ ਬੁਜਲੀਆਂ ਉੱਧਰ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ, ਸਾਨੂੰ ਡੀਜ਼ਲ ਪੈਟਰੋਲ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ, ਇਸ ਨੂੰ ਮੈਕਸੀਮਮ ਯੂਟੀਲਾਈਜ਼ ਕਰੋ ਜੀ, ਤੇ ਇਵੇਂ ਹੀ ਜਿਹੜਾ ਹੈ ਅਲਟੀਮੇਟ ਸੋਰਸ ਆਫ ਜਿਹੜਾ ਪਾਣੀ ਹੈ, ਅਸੀਂ ਹਵਾ ਵੀ ਗੰਦੀ ਕਰ ਲਈ, ਪਾਣੀ ਵੀ ਗੰਦਾ ਕਰ ਲਿਆ, ਮਿੱਟੀ ਵੀ ਗੰਦੀ ਕਰ ਲਈ, ਤੇ ਉਹ ਬਿਮਾਰੀਆਂ ਦਾ ਕਾਰਨ ਬਣਦਾ, ਤੇ ਦਵਾਈਆਂ ਦਾ ਸਾਡੇ ਖਰਚੇ ਵੱਧ ਗਏ 1 ਲੱਖ ਕਰੋੜਾਂ 'ਚ ਪਹੁੰਚ ਗਏ ਜੀ, ਤਾਂ ਅਸੀਂ ਮਤਲਬ ਅਲਟੀਮੇਟ ਸੋਰਸ ਜਿਹੜਾ ਵਾਟਰ ਦਾ ਉਹ ਰੇਨ ਵਾਟਰ ਹੈ, ਸਾਡੀ ਮੀਂਹ ਦਾ ਇੱਕ ਤਮਕਾ ਵੀ ਜਿਹੜਾ ਹੈ ਨਾ ਉਹ ਨਹੀਂ ਜਾਣਾ ਚਾਹੀਦਾ, ਵੇਸਟ ਹੋਣਾ ਚਾਹੀਦਾ, ਮਤਲਬ ਉਹ ਆਪਾਂ ਸਟੋਰ ਕਰਕੇ ਰੱਖੀਏ, ਘਰਾਂ ਦੇ ਛੱਤਾਂ ਦਾ ਪਾਣੀ ਤੁਸੀਂ ਟੈਂਕ ਬਣਾਓ, ਘਰਾਂ 'ਚ ਬਣਾਓ, ਖੇਤਾਂ 'ਚ ਵੀ ਟੈਂਕ ਬਣਾਓ, ਤਾਂ ਜਿਹੜਾ ਇਹ ਪਾਣੀ ਇੱਕ ਤਾਂ ਸਾਨੂੰ ਇਹਦੇ ਪਾਣੀ ਜਿਹੜਾ ਵੀ ਅੰਮ੍ਰਿਤ ਹੈ ਇਹ, ਅਤੇ ਕਿਉਂਕਿ ਅਸੀਂ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਵੀ ਉਹ ਵੀ 7 ਕਰੋੜ ਲੀਟਰ ਗੰਦੇ ਨਾਲੇ ਦਾ ਇਕੱਲੇ ਲੁਧਿਆਣੇ ਦਾ ਪੈ ਜਾਂਦਾ, ਹਾਂਜੀ, ਬੁੱਢੇ ਦਰਿਆ ਦਾ, ਅਤੇ ਹੋਰ ਕਿੰਨੇ ਸ਼ਹਿਰ ਹੈਗੇ ਆ, ਵੇਖ ਲਓ ਵੀ 150 ਸ਼ਹਿਰ ਘੱਗਰ ਦਰਿਆ ਦੇ ਵਿੱਚ ਗੰਦ ਸਿੱਟੀ ਜਾਂਦਾ ਪੰਜਾਬ ਦਾ, ਅਤੇ 100 ਸ਼ਹਿਰ ਮੇਰਾ ਖਿਆਲ ਆ ਵੀ ਉਹ ਹਰਿਆਣੇ ਦਾ ਸਿੱਟੀ ਜਾਂਦਾ ਘੱਗਰ ਦਰਿਆ ਦੇ ਵਿੱਚ, ਉਹ ਲੱਗੇ ਜਾ ਕੇ ਲੋਕ ਉਹ ਪੀਂਦੇ ਆ, ਫੂਡ ਚੇਨ 'ਚ ਆਉਂਦਾ, ਪੋਇਜ਼ਨ ਬਣਦਾ, ਤਾਂ ਬਿਮਾਰੀਆਂ ਦਾ ਕਾਰਨ ਤਾਂ ਬਣੂਗਾ ਹੀ ਨਾ ਸਾਰਾ, ਤਾਂ ਇਸ ਕਰਕੇ ਅੱਜ ਮੈਂ ਨਾਰਾ ਦਿੰਦਾ ਤੁਹਾਨੂੰ ਵੀ ਆਪ ਉਗਾਓ, ਆਪ ਪਕਾਓ ਤੇ ਆਪੇ ਖਾਓ, ਆਪੇ ਖਾਓ, ਜਾਣੀ ਇਹ ਚੀਜ਼ ਹੈ, ਤੇ ਇੱਕ ਕਨਾਲ ਚੋਂ ਤੁਹਾਡੀ 1 ਲੱਖ ਰੁਪਏ ਦੀ ਸਬਜ਼ੀ ਨਿਕਲ ਸਕਦੀ ਹੈ, 5-6 ਘਰਾਂ ਦੀ ਸਬਜ਼ੀ ਨਿਕਲਦੀ ਹੈ, ਮੈਂ ਨਹੀਂ ਕਹਿੰਦਾ ਵੀ ਵਪਾਰ ਕਰੋ, ਹਾਂਜੀ, ਆਪਦਾ ਆਪ ਤਾਂ ਬਚਾਓ, ਕੋਈ ਆਂਢੀ ਗੁਆਂਢੀ ਨੂੰ ਦੇ ਦਿਓ ਕੁਛ, ਇਵੇਂ ਕਨਾਲ ਫਰੂਟ ਲਾ ਲਓ, ਫਰੂਟ ਜੇ ਤੁਸੀਂ ਕਨਾਲ ਲਾ ਲਓਗੇ ਤਾਂ ਤੁਹਾਡੇ ਮਤਲਬ ਸਾਲ ਦੀਆਂ ਲੋੜਾਂ ਪੂਰੀਆਂ ਹੋਣਗੀਆਂ,
ਤੇ ਇਵੇਂ ਜਿਹੜਾ ਮਾਲ ਡੰਗਰ ਹੈ ਲੋਕਾਂ ਨੇ ਘਰੋਂ ਕੱਢਤਾ, ਹਾਂਜੀ, ਬੇਵਕੂਫਾਂ ਨੇ ਬਾਹਰੋਂ ਮਹਿੰਗਾ ਮਿਲਦਾ, ਮਤਲਬ ਲੋਕ ਬਾਹਰੋਂ ਕੁਝ ਸਾਨੂੰ ਮਿਲ ਜਾਂਦਾ, ਪਰ ਉਹਨਾਂ ਨੂੰ ਮੈਨੂੰ ਇਹਦੇ ਸਵਾਲ ਪੁੱਛਣਾ ਤੁਹਾਡੇ ਕੋਲੋਂ ਮੈਂ, ਹਾਂਜੀ, ਵੀ 64-65 ਕਰੋੜ ਲੀਟਰ ਰੋਜ਼ ਦਾ ਦੁੱਧ ਦੀ ਖਪਤ ਹੈ, ਹਾਂਜੀ, ਅਤੇ ਖਰਚ ਹੁੰਦਾ ਆਪਣਾ ਪੈਦਾ ਹੁੰਦਾ ਪੰਜਾਬ 'ਚ 15 ਕਰੋੜ ਲੀਟਰ, ਅਤੇ ਜਿਹੜਾ ਬਿਜਲਾ ਜਿਹੜਾ ਗੈਪ ਹੈ ਉਹ ਕਿੱਥੋਂ ਆਉਂਦਾ, ਹਾਂ, ਉਹ ਕਿੱਥੋਂ ਪੈਦਾ ਹੋ ਰਿਹਾ, ਕਿੱਥੋਂ ਪੈਦਾ ਹੋ ਰਿਹਾ, ਉਹ ਜਾਲੀ ਬਣ ਰਿਹਾ ਸਰ, ਜਾਲੀ ਬਣ ਰਿਹਾ, ਇਸ ਕਰਕੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਹਦਾਇਤ ਕਰਦਾ ਹੈ, ਦੁੱਧ ਜਿਹੜਾ ਹੈ ਤੁਸੀਂ ਮੁੱਲ ਲੈ ਕੇ ਪੀਂਦੇ ਹਾਂ ਜਾਂ ਤਾਂ ਕੋਲੇ ਬਹਿ ਕੇ ਚਵਾ ਲਓ, ਅਤੇ ਜੇ ਤੁਸੀਂ ਬ੍ਰਹਮਾ ਵਾਲੇ ਤੋਂ ਲੈਂਦੇ ਹਾਂ ਜਾਂ ਇੱਧਰੋਂ ਉੱਧਰੋਂ ਲੈਂਦੇ ਹਾਂ ਤਾਂ ਡੇਅਰੀਆਂ ਤੋਂ ਲੈਂਦੇ ਹਾਂ, ਉਹਦਾ ਨਿਰਾ ਤੁਸੀਂ ਉਹ ਜ਼ਹਿਰ ਹੀ ਖਰੀਦੀ ਜਾਂਦੇ ਹਾਂ, ਬਿਲਕੁਲ, ਉਹਦੇ ਨਾਲ ਦੁੱਧ ਨਾ ਪੀਣਾ ਚੰਗਾ, ਉਹਦੇ ਨਾਲ ਦੁੱਧ ਤੁਹਾਨੂੰ ਨਾ ਪੀਣਾ ਚੰਗਾ, ਨਾ ਪੀਓ, ਨਾ ਪੀਓ, ਤਾਂ ਜਿਹੜਾ ਹੁਣ ਮੈਂ ਇੱਥੋਂ ਫਰੂਟ ਤੋੜ ਲੈਂਦਾ ਮੈਂ ਖਾ ਲੈਂਦਾ ਯਾਰ, ਮੈਂ ਤਾਂ ਇੱਥੋਂ ਤੱਕ ਵੀ ਜਾਂਦਾ ਵੀ ਤੂੰ ਕੋਸ਼ਿਸ਼ ਕਰੋ ਕਿ ਅੱਗ ਹੀ ਨਾ ਬਾਲੋ, ਹਾਂ, ਬਿਨਾਂ ਅੱਗ ਤੋਂ ਭੋਜਨ ਖਾਓ, ਰੁੱਖਾ ਖਾਓ, ਜੇ ਮੈਂ ਹੁਣ ਮੇਥੇ ਖਾ ਲੈਂਦਾ, ਪਾਲਕ ਖਾ ਲੈਂਦਾ, ਮੈਂ ਆਪਣੇ ਮਤਲਬ ਕਿ ਕੱਚੀਆਂ ਗਾਜਰਾਂ ਖਾ ਲੈਂਦਾ, ਮੈਂ ਮੂਲੀਆਂ ਖਾ ਲੈਂਦਾ, ਮੈਂ ਆਪਣੇ ਜਿੰਨਾ ਵੀ ਹੈਗਾ ਆ ਉਹ ਛੋਲੇ ਖਾ ਲਈਦੇ ਆ, ਹਾਂਜੀ, ਡੋਂਕੇ ਉੱਤੋਂ, ਹਾਂਜੀ, ਅਤੇ ਗੰਦਲਾਂ ਖਾ ਲਈਦੀਆਂ ਸਰ੍ਹੋਂ ਦੀਆਂ, ਜੀ, ਤਾਂ ਫਿਰ ਕੀ ਆ ਕਿ ਜੇ ਨਹੀਂ ਖਾ ਸਕਦੇ ਤੁਸੀਂ ਤਾਂ ਸਲਾਦ ਜ਼ਿਆਦਾ ਖਾਓ, ਸਲਾਦ ਜ਼ਿਆਦਾ ਖਾਓ, ਸਬਜ਼ੀਆਂ ਜ਼ਿਆਦਾ ਖਾਓ, ਅੰਨ ਘੱਟ ਖਾਓ, ਅੰਨ ਕਣਕ ਘੱਟ ਖਾਓ, ਅਤੇ ਸਲਾਦ ਜਿਹੜਾ ਤੁਹਾਡਾ ਰੱਜ ਕੇ ਖਾਓ, ਸਲਾਦ ਰੋਟੀ ਤੋਂ ਪਹਿਲਾਂ ਹੀ ਖਾ ਲਓ, ਹਾਂਜੀ ਹਾਂਜੀ, ਫਿਰ ਰੋਟੀ ਖਾਓ, ਫਿਰ ਰੋਟੀ ਖਾਓ, ਇਹਦੇ ਨਾਲ ਥੋੜ੍ਹੀ ਜਿਹੀ ਤੰਦਰੁਸਤੀ ਆਊਗੀ, ਇਮਿਊਨਿਟੀ ਬੂਸਟ ਹੋਊਗੀ, ਵਧੂਗੀ, ਤਾਂ ਨੈਚੁਰਲ ਕੁਦਰਤ ਦੇ ਨਾਲ ਚੀਜ਼ਾਂ ਇਹ ਜੁੜੀਆਂ ਹੋਈਆਂ ਹੈ, ਜਿਵੇਂ ਜੰਗਲ ਦੇ ਵਿੱਚ ਮਨੁੱਖ ਤਾਂ ਜੇ 84 ਲੱਖ ਜੂਨ ਬਾਬਾ ਕਹਿੰਦਾ ਹੈਗੀ ਹੈ, ਤਾਂ ਜੰਗਲ ਅਤੇ ਬਾਕੀ ਤਾਂ ਮਨੁੱਖ ਤਾਂ ਇੱਕੋ ਹੀ ਹੈ, ਹਾਂਜੀ, 84,99,999 ਪ੍ਰਜਾਤੀਆਂ, ਕਦੇ ਦੱਸੋ ਉਹਨਾਂ ਦੇ ਕਿਹੜੇ ਹਸਪਤਾਲ ਹੈ, ਕਦੇ ਕੋਈ ਬਿਮਾਰ ਪਸ਼ੂ ਦੇਖਿਆ ਕੋਈ, ਹੈਂ, ਕੋਈ ਦੱਸੋ ਵੀ ਉਹ ਉੱਥੋਂ ਹੀ ਲੋੜਾਂ ਪੂਰੀਆਂ ਸਾਰੀਆਂ ਕਰਦੇ, ਅਤੇ ਇਹੋ ਜਿਹੇ ਪਏ ਆ ਕੱਟੇ ਕੱਟੇ ਸਾਰੇ ਜਾਨਵਰ, ਰੋਜ਼ ਵੇਖ ਲਓ ਸ਼ੇਰ ਵੇਖ ਲਓ, ਚਾਤੀ ਵੇਖ ਲਓ, ਬਗੇਰੇ ਵੇਖ ਲਓ, ਗਿੱਦੜ ਵੇਖ ਲਓ, ਬਿੱਲੇ ਵੇਖ ਲਓ, ਹੈਂ, ਅਤੇ ਅਸੀਂ ਕੀ ਕੀਤਾ, ਅਸੀਂ ਜਦੋਂ ਕੁਦਰਤ ਨੂੰ ਛੱਡਤਾ, ਕੁਦਰਤ ਦੇ ਸ਼ਰੀਕ ਬਣ ਗਏ, ਬਿਲਕੁਲ, ਕੁਦਰਤ ਨੂੰ ਮਤਲਬ ਕੁਦਰਤ ਨੂੰ ਉਜਾੜ ਕੇ ਅਸੀਂ ਵਿਕਾਸ ਕਰ ਰਹੇ ਹਾਂ, ਹਾਂਜੀ ਹਾਂਜੀ, ਮੈਂ ਜਿਹੜਾ ਕੁਦਰਤ ਦਾ ਵਿਨਾਸ਼ ਹੋ ਰਿਹਾ ਉਹਨੂੰ ਮੈਂ ਵਿਕਾਸ ਨਹੀਂ ਸਮਝਦਾ, ਉਹ ਵਿਨਾਸ਼ ਹੈ, ਉਹ ਵਿਨਾਸ਼, ਕੁਦਰਤ ਨੂੰ ਧਿਆਨ 'ਚ ਰੱਖ ਕੇ ਵਿਕਾਸ ਕਰੋ, ਜੇਕਰ ਬਿਲਕੁਲ ਜੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਅੰਗਰੇਜ਼ ਲੋਕ ਹੈ, ਹਾਂਜੀ, ਉਹਨਾਂ ਦੇ ਉੱਧਰ ਮੈਂ ਜਾ ਕੇ ਆਇਆ, ਉਹ ਘਰ ਬਣਾਉਂਦੇ ਆ ਨਾ, ਪਰ ਉਹ ਪੱਧਰਾ ਨਹੀਂ ਕਰਨ ਦਿੰਦੇ, ਅੱਛਾ, ਉਹ ਜਿਵੇਂ ਹੈਗਾ ਉਵੇਂ ਬਣਾਉਂਦੇ, ਜਿਵੇਂ ਉੱਚਾ ਨੀਵਾਂ ਉੱਥੇ ਤੁਸੀਂ ਘਰ ਪਾ ਲਓ, ਹੈਂ, ਇੱਧਰ ਹੁਸ਼ਿਆਰਪੁਰ ਆਪਣੇ ਵੀ ਕਈ ਚੀਜ਼ਾਂ ਐਸੀਆਂ ਕਿ ਉੱਥੇ ਤੁਹਾਨੂੰ ਉਹ ਕਰਾਉਣ ਨਹੀਂ ਦਿੰਦੇ, ਹਾਂਜੀ, ਜ਼ਿਲ੍ਹੇ 'ਚ ਜ਼ਮੀਨਾਂ ਹੈਗੀਆਂ ਅਤੇ ਉਹ ਜੰਗਲ ਲੱਗੇ ਹੋਏ ਆ ਸਾਰੇ, ਜਿਵੇਂ ਹੈਗਾ ਤਾਂ ਉਵੇਂ ਹੀ ਜੰਗਲ ਰਹੂਗਾ, ਤੁਹਾਨੂੰ ਜ਼ਮੀਨ ਦੇ ਦਿੰਦੇ ਆ ਉਹ, ਹਾਂਜੀ, ਪਰ ਤੁਸੀਂ ਉਹਦੇ 'ਚ ਤੁਸੀਂ ਮਤਲਬ ਨਹੀਂ ਬੀਜ ਸਕਦੇ, ਉਹ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਮਕਾਨ ਨਹੀਂ ਤੁਹਾਨੂੰ ਪਾਉਣ ਦਿੰਦੇ ਵਿੱਚ, ਜਾਣੀ ਇੱਦਾਂ ਦੇ ਕੁਦਰਤ ਨੂੰ ਬਚਾਉਣ ਵਾਸਤੇ ਚੱਲੋਗੇ ਨਾ ਤੁਸੀਂ, ਤਾਂ ਬੰਦਾ ਤਾਂ ਖੁਦ ਹੀ ਬਚ ਜੂਗਾ, ਬੰਦਾ ਤਾਂ ਇੱਕ ਹੀ ਹੈ ਨਾ 84 ਲੱਖ, ਹਾਂਜੀ ਹਾਂਜੀ ਹਾਂਜੀ, ਬਾਕੀਆਂ ਤੋਂ ਸਬਕ ਲਓ, ਹਰੇਕ ਸਾਡਾ ਹਰੇਕ ਕੁਐਸਚਨ ਦਾ ਜਵਾਬ ਕੁਦਰਤ ਨੇਚਰ 'ਚ ਹੈਗਾ, ਆਪਾਂ ਇਹ ਕਹਿ ਲਈਏ ਕਿ ਬਾਕੀ ਜਿਹੜੀਆਂ ਜੂਨਾਂ ਜਾਂ ਹੋਰ ਜੀਵ ਜੰਤੂ ਆ ਉਹਨਾਂ ਨੇ ਕੁਛ ਨਹੀਂ ਉਜਾੜਿਆ, ਪਰ ਬੰਦੇ ਨੇ ਕੁਦਰਤ ਨੂੰ ਉਜਾੜਨ ਵਿੱਚ ਸਭ ਤੋਂ ਵੱਡਾ ਯੋਗਦਾਨ, ਬੰਦਾ ਜਿਹੜਾ ਮਨੁੱਖ ਹੈ ਇਹਦਾ ਮਤਲਬ ਹਜੇ ਇਹਨੂੰ ਕਿੰਨੀ ਥੋੜ੍ਹੀ ਦੇਰ ਹੀ ਪੈਦਾ ਹੋਏ ਇਹਨੂੰ ਹੋਏ, ਹਾਂਜੀ, ਇਹ ਕੁਦਰਤ ਦਾ ਆਦ ਤੋਂ ਚੱਲਦੀ, ਮੰਨ ਲਓ ਕੋਈ ਅੰਤ ਹੀ ਨਹੀਂ, ਮੰਨ ਲਓ, ਅਤੇ ਫਿਰ ਵੇਖੋ ਕਿੰਨੀ ਇਹ ਵਾਸਟ ਹੈ, ਹਾਂਜੀ, ਕਿੰਨੀ ਇਹਦੇ 'ਚ ਡਾਇਵਰਸਿਟੀ ਹੈ, ਕਿੰਨੀ ਇਹ ਫਿਰ ਇਹ ਸੋਹਣੀ ਹੈ, ਕਿੰਨੀ ਰੰਗ ਬਿਰੰਗੀ ਹੈ, ਅਤੇ ਫਿਰ ਦੇਖੋ ਇਹਦੇ 'ਚ ਦਵਾਈਆਂ ਵਾਲੇ ਪੌਦੇ ਵੀ ਹੈਗੇ ਆ, ਫਲਾਂ ਵਾਲੇ ਵੀ ਹੈਗੇ ਆ, ਅਤੇ ਫਿਰ ਦੇਖੋ ਵੀ ਇਹ ਜਿਹੋ ਜਿਹਾ ਕਿਸੇ ਦਾ ਵਾਤਾਵਰਨ ਆ ਉਹੋ ਜਿਹੇ ਰੁੱਖ ਆ ਉੱਥੇ, ਜੀ ਜੀ, ਤਾਂ ਜਾਣੀ ਥੋੜ੍ਹੇ ਜਿਹੇ 3-4 ਕੰਟਰੀ ਹੈਗੇ ਜਿੱਥੇ ਰੁੱਖ ਹੈ ਨਹੀਂ, ਜਿਵੇਂ ਕਤਰ ਵਗੈਰਾ ਅਤੇ ਜਿਹੜੀਆਂ ਉੱਧਰ ਅਮਾਨ ਵਗੈਰਾ 'ਚ ਅਸੀਂ ਦੇਖਿਆ ਵੀ ਰੁੱਖ ਉੱਧਰ ਹੈ ਨਹੀਂ ਗੇ ਕਈ ਮੁਲਕਾਂ 'ਚ, ਜੀ ਜੀ, ਬੜੇ ਥੋੜ੍ਹੇ ਆ, ਪਰ ਮੈਂ ਇੱਥੇ ਪਿੱਛੇ ਅਸੀਂ ਦੁਬਈ ਗਏ ਅਤੇ ਦੁਬਈ ਦੇ ਵਿੱਚ ਉਹਨਾਂ ਲੋਕਾਂ ਨੇ ਸਾਡੀਆਂ ਪੰਜਾਬ ਦੀਆਂ ਨਿੰਮਾਂ ਲਿਜਾ ਲਿਜਾ ਕੇ ਸ਼ਹਿਰ 'ਚ ਗੜਤੀਆਂ, ਅਸੀਂ
ਇੱਥੇ ਜ਼ਿਮੀਂਦਾਰ ਕੀ ਕਰਦੇ ਆ, ਇੱਥੇ ਸਾਰਾ ਕੁਝ ਹੁੰਦਾ ਸੀ, ਅਸੀਂ ਖੇਤਾਂ 'ਚ ਨਿੰਮ ਹੀ ਨਹੀਂ ਰਹਿਣ ਦਿੱਤੀ। ਨਿੰਮਾਂ ਸਾਡੇ ਇੱਕ ਤਾਂ ਵਿਰਲੀਆਂ ਮਿਲਾਉਂਦੇ ਹਾਂ, ਹੁਣ ਨਰਸਰੀਆਂ ਵਾਲਿਆਂ ਨੇ ਸ਼ੁਰੂ ਕੀਤਾ। ਹਾਂਜੀ, ਅਤੇ ਉਹ ਦੇਖੋ ਤੁਸੀਂ ਵੀ ਉਹਨਾਂ ਲੋਕਾਂ ਦਾ ਦੁਬਈ ਜਾ ਕੇ ਦੇਖੋ ਤੁਸੀਂ, ਉਹਨਾਂ ਨੇ ਨਿੰਮਾਂ ਲਾਤੀਆਂ ਜਿਵੇਂ ਪੰਜਾਬ ਹੀ ਆ ਗਏ ਹੁੰਦੇ। ਹਾਂਜੀ ਹਾਂਜੀ, ਯਾਨੀ ਸਾਨੂੰ ਇਸ ਪਾਸੇ ਮਤਲਬ ਉੱਥੇ ਕੁਛ ਵੀ ਨਹੀਂ ਹੁੰਦਾ ਸੀ, ਉਹਨਾਂ ਨੇ ਦੁਆਰਾ ਉਹਨੂੰ ਕਿੱਡੇ ਵੱਡੇ ਪੱਧਰ 'ਤੇ ਹਰੇਵਾਈ ਹਰਿਆਲੀ ਕਰ ਲਈ ਉੱਥੇ, ਜੇ ਬਜਾਏ ਕਿ ਅਸੀਂ ਖਰਚਾ ਕਰੀਏ ਪਾਣੀ ਸਾਫ਼ ਕਰਨ 'ਤੇ, ਏਅਰ ਸਾਫ਼ ਕਰਨ 'ਤੇ, ਜ਼ਮੀਨ ਮਿੱਟੀ ਸਾਫ਼ ਕਰਨ 'ਤੇ। ਹਾਂਜੀ, ਤਾਂ ਸਾਨੂੰ ਜਿਹੜਾ ਨਾ ਇਹਨੂੰ ਪੋਲੂਟ ਕਰਨ 'ਤੇ ਇਹਨੂੰ ਗੰਦਾ ਕਰਨ ਵੱਲ ਧਿਆਨ ਦੇਣਾ ਚਾਹੀਦਾ। ਨਾ ਅਸੀਂ ਹਵਾ ਗੰਦੀ ਕਰੀਏ, ਨਾ ਅਸੀਂ ਪਾਣੀ ਗੰਦਾ ਕਰੀਏ, ਨਾ ਅਸੀਂ ਧਰਤੀ ਗੰਦੀ ਕਰੀਏ। ਤਾਂ ਸਾਨੂੰ ਉਹ ਕੁਦਰਤ 'ਚੋਂ ਸਿੱਖਣਾ ਚਾਹੀਦਾ ਵੀ ਸਾਨੂੰ ਕੁਦਰਤ 'ਤੇ ਨਿਰਭਰ ਹੋਣਾ ਚਾਹੀਦਾ, ਅਤੇ ਸਾਨੂੰ ਕਾਰਪੋਰੇਟਰਾਂ ਦਾ ਜਿਹੜਾ ਹੈ ਵੀ ਇਸ ਤੋਂ ਥੋੜ੍ਹਾ ਜਿਹਾ ਕਿਨਾਰਾ ਕਰਨਾ ਚਾਹੀਦਾ, ਅਤੇ ਜਿਹੜਾ ਤੁਹਾਡਾ ਹੱਥੀਂ ਕੰਮ ਕਲਚਰ ਹੈ ਇਹ ਕਰੋ, ਅਤੇ ਆਪਦੀਆਂ ਲੋੜਾਂ ਜਿਹੜੀਆਂ ਲੋੜਾਂ ਦੇ ਮੁਤਾਬਕ ਖਰਚਾ ਕਰੋ, ਕਰਜ਼ੇ ਨਾ ਚੁੱਕੋ। ਜਿਹੜਾ ਬੰਦਾ ਕਰਜ਼ਾ ਨਹੀਂ ਚੱਕਦਾ ਉਹ ਬਾਦਸ਼ਾਹ, ਜਿਹਨੇ ਅੱਜ ਜਿਹਦੇ ਸਿਰ 'ਤੇ ਕਰਜ਼ਾ ਨਹੀਂ ਮੈਂ ਉਹਨੂੰ ਬਾਦਸ਼ਾਹ ਗਣਦਾ। ਇਸ ਕਰਕੇ ਵੀ ਆਉਂਦੇ ਹੁੰਦੇ ਆ ਗਲਫ ਪੈਰ ਕੁਹਾੜਾ ਮਾਰਿਆ, ਗਲਫ ਆਪਣੇ ਹੱਥ ਪੈਰ ਕੁਹਾੜਾ ਦਾ ਅਸੀਂ ਆਪ ਹੀ ਮਾਰਿਆ ਹੋਇਆ। ਹੁਣ ਅਸੀਂ ਇੱਕ ਇਕੱਲੇ ਮਨੁੱਖ ਨੇ ਬਾਕੀ ਸਭ ਪ੍ਰਜਾਤੀਆਂ ਨੂੰ ਫਾਹੇ ਟੰਗਿਆ ਹੋਇਆ, ਵੰਜ ਦੇ ਟੰਗਿਆ ਹੋਇਆ। ਦੇਖ ਲਓ ਵੀ ਹੁਣ ਇੰਨੀਆਂ ਪ੍ਰਜਾਤੀਆਂ ਖਤਮ ਹੋ ਗਈਆਂ। ਹਾਂਜੀ, ਜੇ ਮੈਂ ਤੁਹਾਨੂੰ ਪੌਦਿਆਂ ਦੀਆਂ ਗਣਾਵਾਂ, ਹਾਂਜੀ, ਤਾਂ ਪੌਦਿਆਂ ਦੀਆਂ ਤਾਂ ਹਜ਼ਾਰਾਂ ਲੱਖਾਂ ਦੀ ਵਿੱਚ ਹੀ ਖਤਮ ਹੋ ਗਈਆਂ। ਹਾਂਜੀ, ਅਤੇ ਜੇ ਐਨੀਮਲ ਦੀਆਂ ਗਣਾਵਾਂ, ਅਤੇ ਮੈਂ ਇਸ ਪਿੰਡ ਦੀ ਗੱਲ ਹੀ ਕਰਾਂ ਆਪਦੇ, ਹਾਂਜੀ, ਜਦੋਂ ਅਸੀਂ ਆਏ ਹਾਂ ਇੱਥੇ 56 'ਚ ਆਏ ਹਾਂ, 57 'ਚ, ਹਾਂਜੀ, ਇੱਥੇ ਗਿੱਦੜ ਹੁੰਦੇ ਸੀ, ਹਾਂਜੀ, ਇੱਥੇ ਬਿੱਲੇ ਹੁੰਦੇ ਸੀ, ਹਾਂਜੀ, ਇੱਥੇ ਗੁਆਂ ਹੁੰਦੀਆਂ ਸੀ, ਹਾਂਜੀ, ਇੱਥੇ ਮਤਲਬ ਕੀ ਹੈ ਕਿ ਰੋਜ਼ ਹੁੰਦੇ ਸੀ, ਹਾਂਜੀ, ਅਤੇ ਕਦੇ ਕਦੇ ਸੂਰ ਵੀ ਆ ਜਾਂਦੇ ਸੀ, ਅਤੇ ਅੱਜ ਇੱਥੇ ਇਹ ਫਿਰ ਇਹ ਚੀਜ਼ਾਂ ਨਹੀਂ ਮਿਲਦੀਆਂ, ਅੱਜ ਗਿੱਦੜ ਵੀ ਇੱਥੇ ਹੈ ਨਹੀਂ ਗਾ, ਹਾਂਜੀ, ਅਤੇ ਉਹ ਸੂਰ ਵੀ ਹੈ ਨਹੀਂ ਗੇ, ਹਾਂਜੀ, ਅਤੇ ਅੱਜ ਇੱਥੇ ਤੁਹਾਨੂੰ ਕੋਈ ਉਹ ਬਿੱਲੇ ਬਘਿਆੜ ਵੀ ਉਹ ਵੀ ਨਹੀਂ ਮਿਲਦੇ, ਤਾਂ ਮਤਲਬ ਲੂੰਬੜੀ ਨਹੀਂ ਹੈ, ਲੂੰਬੜੀ ਖਤਮ ਹੋ ਗਈ, ਹਾਂਜੀ, ਅਤੇ ਜਾਨੀ ਇਹ ਚੀਜ਼ਾਂ ਜਿਹੜੀਆਂ ਕਿਹਨੇ ਖਤਮ ਕੀਤੀਆਂ, ਮਨੁੱਖ ਨੇ ਜਦੋਂ ਜੰਗਲ ਕੱਟ ਕੇ ਅਤੇ ਫਾਰਮ ਬਣਾ ਲਏ, ਬਣਾ ਲਏ, ਉਹਨਾਂ ਨੂੰ ਲੁੱਕ ਨਹੀਂ ਛੱਡੀ। ਹੁਣ ਅਗਲਾ ਸਵਾਲ ਮੈਂ ਉਠਾਉਣਾ ਵੀ ਤੁਸੀਂ ਆਖਦੇ ਨੇ ਵੀ ਗਿਰਜਾ ਨਹੀਂ ਰਹੀਆਂ, ਜਦੋਂ ਕਹਿੰਦਾ ਤੁਸੀਂ ਘਰ ਹੀ ਢਾ ਦਿਓਗੇ, ਜਾੜਾ ਕਰ ਦਿਓਗੇ, ਤਾਂ ਫਿਰ ਉਹ ਕੀ ਕਰੂਗਾ, ਉਹ ਕੀ ਕਰੂਗਾ, ਬਿਲਕੁਲ, ਜੇ ਗੌਰਮੈਂਟ ਥੋੜ੍ਹਾ ਅਕਵਾਇਰ ਕਰ ਲਏ ਘਰ ਦੇ, ਤੁਸੀਂ ਕੀ ਕਰੋਗੇ, ਕੀ ਕਰੋ, ਤੁਸੀਂ ਉੱਥੇ ਭੱਜੋਗੇ, ਭੱਜੋਗੇ, ਜਿਵੇਂ ਗਿਰਜਿਆਂ ਦੇ ਤੁਸੀਂ ਪਿੱਪਲ ਅਤੇ ਬੋਹੜ ਜਿਹੜੇ ਸੀ ਉਹ ਰੁੱਖ, ਉਹਨਾਂ 'ਤੇ ਆਂਡੇ ਆਲਣੇ ਬਣਾਉਂਦੇ ਸੀ ਉੱਚੇ ਰੁੱਖਾਂ 'ਤੇ, ਤਾਂ ਉਹ ਤੁਸੀਂ ਪੱਟ ਲਏ, ਤਾਂ ਜਿਹੜੇ ਪਿੱਪਲ ਅਤੇ ਬੋਹੜ ਮਤਲਬ ਵੀ ਅਸੀਂ ਪਟਾ ਕੇ ਅਤੇ ਬੜੀ ਸ਼ੌਂਕ ਨਾਲ ਅਸੀਂ ਆਖ ਦਿੰਦੇ ਹਾਂ, ਬੜੇ ਮਾਣ ਨਾਲ, ਬਾਬਾ ਜੀ ਕਾਰ ਸੇਵਾ ਵਾਲਿਆਂ ਨੂੰ ਲੈ ਜਾਓ, ਚੱਕ ਕੇ ਸਾਡੇ ਪਿੱਪਲ ਪੱਟਿਆ ਪਿਆ, ਜਾਂ ਪਿੱਪਲ ਪੱਟ ਲਿਜੋ ਬਾਬਿਆਂ ਨੇ, ਜਾਂ ਬਾਬਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਵੀ ਰੁੱਖਾਂ 'ਤੇ ਰਹਿਮ ਕਰੋ, ਅਤੇ ਪਿੱਪਲ ਅਤੇ ਬੋਹੜ ਤੁਸੀਂ ਨਾ ਬਾਲਣਾ ਬੰਦ ਕਰੋ, ਵਿਰਾਸਤੀ ਰੁੱਖ, ਸਾਡੇ ਵਿਰਾਸਤੀ ਰੁੱਖ ਹੈ, ਇਹਦੇ 'ਤੇ ਲੱਖਾਂ ਜੀਵ ਰਹਿੰਦੇ ਆ, ਅਤੇ ਜਾਨੀ ਇਹ ਜਾਨੀ ਗਿਰਜਾ ਸਾਡੀਆਂ ਰੁੱਸ ਗਈਆਂ, ਫਿਰ ਅਸੀਂ ਹੱਡਾ ਰੋੜੀਆਂ ਅੱਗੇ ਪਾਸੇ ਬਣਾਉਂਦੀਆਂ ਸੀਗੀਆਂ, ਸਾਰੇ ਪਿੰਡ ਦੀ ਇੱਕ ਅੱਡਾ ਰੋੜੀ ਹੁੰਦੀ ਸੀ, ਹੁਣ ਹੱਡਾ ਰੋੜੀਆਂ ਅਸੀਂ ਰੋਡ 'ਤੇ ਬਣਾ ਲਈਆਂ, ਤੋ ਅੱਧੀਆਂ ਦਾ ਕੁਛ ਤਾਂ ਗਿਰਜਾਂ ਡਿਸਟਰਬੈਂਸ ਕਰਕੇ ਭੱਜ ਗਈਆਂ ਇੱਥੋਂ, ਕੁਛ ਹੇਠਾਂ ਆ ਜਾਂਦੀਆਂ ਸੀਗੀਆਂ, ਤਾਂ ਕੁਛ ਲੋਕ ਉੱਥੇ ਹੱਡਾ ਰੋੜੀ 'ਚ ਸੁੱਟਣੋਂ ਵੀ ਹਟ ਗਏ, ਹਾਂਜੀ, ਆਪਦੇ ਖੇਤ 'ਚ ਦਬਾ ਦਿੰਦੇ ਆ, ਉਹ ਉਹਨਾਂ ਦਾ ਭੋਜਨ ਖਤਮ ਹੋ ਗਿਆ, ਕਿਸੇ ਦੇ ਉਹ ਆਉਂਦੇ ਹੁੰਦੇ ਨਾ ਡੇਰਾ ਸੀ, ਅਤੇ ਡੇਰੇ ਦੇ ਵਿੱਚ ਅਤੇ ਉਹ ਗਜਾ, ਇੱਕ ਨੇ ਗਜਾ ਕਰਨਾ, ਬਾਕੀਆਂ ਨੇ ਬੈਠੇ ਰਹਿਣਾ, ਅਤੇ ਗੁਰੂ ਨੇ ਆਪਦੀ ਭਗਤੀ ਕਰੀ ਜਾਣੀ, ਹਾਂਜੀ, ਤਾਂ ਉਹ ਇੱਕ ਦਿਨ ਚੇਲਾ ਆ ਕੇ ਕਹਿੰਦਾ ਗਜਾ ਜਿਹੜਾ ਕਰਦਾ ਸੀ, ਗੁਰੂ ਜੀ ਅਖੇ ਚੇਲੇ ਬਾਲੇ ਹੋ ਗਏ, ਹੁਣ ਕੀ ਕਰੀਏ, ਉਹ ਕਹਿੰਦਾ ਤੈਨੂੰ ਕੋਈ ਚਿੰਤਾ ਕਾ ਹੋ ਗਈ, ਤੂੰ ਆਪਦਾ ਗਜਾ ਕਰ, ਤੂੰ ਨਾ ਤੂੰ ਆਪਦੀ ਡਿਊਟੀ ਕਰ, ਤੈਨੂੰ ਨਹੀਂ ਸੋਚਣ ਦੀ ਲੋੜ, ਕਹਿੰਦਾ ਕਿਉਂ ਜੀ ਸੋਚਾਂ, ਕਿਉਂ ਨਾ ਗਜਾ ਨਹੀਂ ਪੂਰਾ ਹੁੰਦਾ, ਕਹਿੰਦਾ ਭੁੱਖੇ ਮਰਦੇ ਆਪੇ ਭੱਜ ਜਾਣਗੇ, ਦੋ ਵਿਚਾਰੀਆਂ ਭੁੱਖੀਆਂ ਮਰਦੀਆਂ, ਜਾਨਵਰ ਜਿਹੜੇ ਸੀਗੇ ਪਹਿਲਾਂ ਗਿਰਜਾਂ, ਅਤੇ ਅੱਜ ਲਗੜ ਜਿਹੜੇ ਆ ਅਤੇ ਗਿਰਜਾਂ ਅਤੇ ਜਿਹੜੇ ਸੀ ਉੱਲੂ ਸੀ ਵੱਡੇ, ਉਹ ਸਾਰੇ ਖਤਮ ਹੋ ਗਏ, ਤਾਂ ਇਵੇਂ ਰੁੱਖਾਂ ਦੇ ਵਿੱਚ ਜੰਡ ਖਤਮ ਹੋਣ ਦੀ ਕਗਾਰ 'ਤੇ ਆ, ਕਲੀਰ ਖਤਮ ਹੋ ਰਿਹਾ, ਵਣ ਖਤਮ ਹੋ ਰਿਹਾ, ਚਟਾਕ ਖਤਮ ਹੋ ਰਿਹਾ, ਰੂੜਾ ਖਤਮ ਹੋ ਰਿਹਾ, ਤਾਂ ਫਿਰ ਆਪਣੀ ਇੱਕ ਹੋਰ ਹੈਗਾ ਰੁੱਖ ਵਰਨਾ, ਵਰਨਾ ਖਤਮ ਹੋ ਰਿਹਾ,
ਤਾਂ ਜਾਣੀ ਫਿਰ ਫਲਾਹੀ ਖਤਮ ਹੋ ਗਈ ਜੀ, ਤਾਂ ਜਾਣੀ ਇਸ ਤਰ੍ਹਾਂ ਜਿਹੜੇ ਇਹ ਤਾਂ ਰੁੱਖ ਹੋ ਗਏ ਖਤਮ, ਅਤੇ ਕਿੰਨੇ ਪ੍ਰਕਾਰ ਦੀ ਜਿਹੜੀ ਵੈਜੀਟੇਸ਼ਨ ਥੱਲੇ ਸੀ ਜੜੀ ਬੂਟੀਆਂ ਉਹ ਖਤਮ ਹੋ ਗਈਆਂ, ਹੈ ਹੁਣ ਪਖੜਾ ਅੱਗੇ ਬਹੁਤ ਮਿਲਦਾ ਸੀ, ਹੁਣ ਪਖੜਾ ਵਿਰਲਾ ਵਿਰਲਾ ਮਿਲਦਾ ਜੀ, ਤਾਂ ਜਾਣੀ ਇੱਦਾਂ ਦੀਆਂ ਚੀਜ਼ਾਂ ਹੈ ਕਿ ਜਿਹੜਾ ਅਸੀਂ ਬੰਦੇ ਨੇ ਡਿਸਟਰਬੈਂਸ ਕੁਦਰਤ ਨੂੰ ਡਿਸਟਰਬ ਕੀਤਾ ਨਾ ਵਿਕਾਸ ਦੇ ਨਾਂ ਦੇ ਹੋਏ, ਵਿਕਾਸ ਦੇ ਨਾਂ ਹੇਠ ਨਾਂ ਹੇਠ, ਤਾਂ ਉਹਨਾਂ ਲੋਕਾਂ ਨੇ ਕੁਦਰਤ ਦਾ ਜਿਹੜਾ ਸੀ ਇਹ ਬੈਲੈਂਸ ਜਿਹੜਾ ਸੀ ਉਹ ਹਾਲਾਤ ਆ ਹਾਲਾਤ ਉਹਦੇ ਹਿੱਲਣ ਨਾਲ ਸਾਡਾ ਜਾਣੀ ਜਾਣੀ ਉਹ ਕੁਦਰਤ ਜਿਹੜੀ ਹੈ ਉਹ ਆਪ ਮੁਹਾਰੀ ਹੋ ਗਈ, ਤਾਂ ਉਹ ਸਮਾਂ ਆਊਗਾ ਕਿ ਤੂੰ ਇਟਲੀ ਉੱਤੇ ਆਜੂਗੀ ਤਾਂ ਤੁਹਾਨੂੰ ਕੁਛ ਨਹੀਂ ਮਿਲਣਾ ਇੱਥੋਂ, ਇਸ ਕਰਕੇ ਮੈਂ ਅਖੀਰ 'ਤੇ ਆ ਕੇ ਮੈਂ ਉਹੀ ਕਹਿੰਦਾ ਵੀ ਕੁਦਰਤ ਦੇ ਨੂੰ ਆਤਮ ਸਾਥ ਕਰੋ, ਆਤਮ ਨਿਰਭਰ ਬਣੋ, ਆਪਦੇ ਵਸੀਲੇ ਜਿਹੜੇ ਆ ਲੋੜਾਂ ਘਟਾਓ ਅਤੇ ਉਹਦਾ ਸਦ ਉਪਯੋਗ ਕਰੋ, ਅਤੇ ਆਪਦਾ ਅਗਾਓ ਆਪ, ਮਤਲਬ ਅਗਾਓ ਆਪ, ਪਕਾਓ ਆਪ, ਖਾਓ ਆਰਗੈਨਿਕ ਖਾਓ, ਤਾਂ ਮਸਾਲੇ ਵਗੈਰਾ ਨਾ ਖਾਓ ਜੀ, ਤਾਂ ਜਾਣੀ ਬਿਮਾਰੀਆਂ ਤੋਂ ਬਚੇ ਰਹੋਗੇ, ਇਮਿਊਨਿਟੀ ਵਧਾਓ ਆਪਦੀ, ਕੰਮ ਕਲਚਰ ਕਰੋ, ਐਕਸਰਸਾਈਜ਼ ਕਰੋ, ਤਾਂ ਜਿੰਮ ਜੋ ਜਾਂਦੇ ਅਸੀਂ ਤਾਂ ਕੰਮ ਹੀ ਕਰ ਲਓ, ਹਾਂਜੀ, ਤਾਂ ਜਾਣੀ ਉਹ ਜ਼ਿਆਦਾ ਚੀਜ਼ਾਂ ਨਾਲੇ ਪੁੰਨ ਨਾਲੇ ਫਲੀਆਂ ਫਲੀਆਂ, ਤਾਂ ਇੰਨੀ ਗੱਲ ਮੈਂ ਕੁਦਰਤ ਦੇ ਨਾਲ ਮੈਂ ਤੁਹਾਨੂੰ ਦੱਸ ਸਕਦਾ, ਹੁਣ ਮੇਰੇ ਘਰੇ ਤੁਸੀਂ ਦੇਖਿਆ ਹੀ ਹੈ ਜੀ ਜੀ, ਵੀ ਆਹ ਰੁੱਖ 100 ਪ੍ਰਕਾਰ ਤੋਂ ਉੱਪਰ ਰੁੱਖ ਮੇਰੇ ਲੱਗੇ ਹੋਏ ਆ ਜੀ, ਤਾਂ ਕਮ ਸੇ ਕਮ ਮੇਰੀ ਮਤਲਬ 10-15% ਤਾਂ ਆਕਸੀਜਨ ਪੂਰੀ ਹੁੰਦੀ ਹੈ, ਬਿਲਕੁਲ ਬਿਲਕੁਲ, ਬਾਕੀ 4-5 ਡਿਗਰੀ ਸੌਖਾ ਰਿਹਾ, 4-5 ਡਿਗਰੀ ਟੈਂਪਰੇਚਰ ਡਾਊਨ ਹੁੰਦਾ ਜੀ, ਹੈ ਹਰਿਆਵਲ ਰਹਿੰਦੀ ਹੈ ਜੀ, ਜਾਣੀ ਆਨੰਦ 'ਚ ਰਹਿੰਦੇ ਹਾਂ, ਚੰਗੇ ਵਿਚਾਰ ਆਉਣਗੇ ਤੁਹਾਨੂੰ, ਜੇ ਮਾੜੇ ਥਾਂ ਬੈਠੋਗੇ ਉੱਥੇ ਮਾੜੇ, ਅਤੇ ਉੱਥੇ ਮਾੜੇ ਥੋੜ੍ਹਾ ਮਾਇੰਡ ਜਿਹੜਾ ਜੇਨ ਉਹ ਖਰਾਬ ਹੋਊਗਾ, ਇੱਦਾਂ ਦੀ ਚੀਜ਼ਾਂ ਭਾਈ ਸਾਨੂੰ ਬਹੁਤ ਕੁਛ ਸੋਚਣ ਦੀ ਵਿਚਾਰਨ ਦੀ ਜ਼ਰੂਰ ਹੈ, ਇਨਵਾਇਰਮੈਂਟ ਦੀ ਵੀ ਲੋੜ ਹੈ, ਸਾਨੂੰ ਆਪਣੀਆਂ ਸੁਧਾਰਨ ਕਰਨ ਦੀ ਵੀ, ਸੁਧਾਰ ਦੀ ਕਰਨ ਦੀ ਵੀ ਲੋੜ ਹੈ ਜੀ, ਸਾਨੂੰ ਪਿਛਲੱਗ ਨਹੀਂ ਮੰਨਣਾ ਚਾਹੀਦਾ, ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਹਾਂਜੀ, ਸਾਨੂੰ ਆਪਣੀ ਲੋੜ ਮੁਤਾਬਕ ਹੀ ਜੋ ਹੈ ਉਹ ਕਰਨਾ ਚਾਹੀਦਾ ਹੈਗਾ, ਤਾਂ ਜ਼ਿੰਦਗੀ ਜਿਹੜੀ ਸਰਲ ਰਹੂਗੀ, ਸੌਖੀ ਰਹੂਗੀ, ਬਰੀਫ ਰਹੂਗੀ, ਅਤੇ ਜੇ ਅਸੀਂ ਸਫਿਸਟੀਕੇਟਡ ਬਣੀ ਜਾਵਾਂਗੇ, ਬੇਲੋੜੇ ਅਸੀਂ ਖਰਚੇ ਵਧਾਈ ਜਾਵਾਂਗੇ, ਤਾਂ ਫਿਰ ਰਸਾ ਹੀ ਗੱਲ 'ਚ ਪਊ, ਰਸਾ ਹੀ ਗੱਲ 'ਚ ਪਊ, ਜੇ ਖੁਦਕੁਸ਼ੀਆਂ ਵਾਲਾ ਅੱਜ ਆਪਾਂ ਕਹਿੰਦੇ ਆ ਚੱਕਾਂਗੇ, ਲਿਮਟਾਂ ਚੱਕਾਂਗੇ ਤਾਂ ਉਹ ਲਾਉਣੀਆਂ ਅਸੀਂ ਜੀ ਜੀ, ਇਸ ਕਰਕੇ ਕਿਸਾਨ ਨੂੰ ਵੀ ਕੁਛ ਚਾਹੀਦਾ, ਸਰਕਾਰਾਂ ਨੂੰ ਵੀ ਚਾਹੀਦਾ, ਅਤੇ ਕੁਛ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦਾ ਵੀ ਅਸੀਂ ਜਿਹੜਾ ਵੀ ਬਣਦੀਆਂ ਲੋੜਾਂ ਮੁਤਾਬਕ ਅਸੀਂ ਖਰਚਾ ਕਰੀਏ, ਬਿਲਕੁਲ, ਅਤੇ ਫਾਲਤੂ ਖਰਚਾ ਨਾ ਕਰੀਏ, ਅਤੇ ਨਸ਼ਿਆਂ ਤੋਂ ਪਰਹੇਜ਼ ਕਰਨ ਜੀ, ਅਤੇ ਨਸ਼ਿਆਂ ਦੀ ਜਿਹੜੇ ਆ ਇਹ ਵੀ ਪੰਜਾਬ ਨੂੰ ਲੈ ਕੇ ਬਹਿ ਗਏ ਬਹਿ ਗਏ, ਅਤੇ ਜਿਹਦੇ ਕੋਲ ਜ਼ਮੀਨ ਚੰਗੀ ਹੈ, ਜਿਹਦਾ ਡੰਗ ਲੈਂਦਾ, ਉਹਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ, ਜ਼ਰੂਰਤ ਨਹੀਂ, ਉਹ ਆਪਦਾ ਇੱਥੇ ਕਰ ਸਕਦਾ, ਇੱਥੇ ਕਰੇ। ਅਗਲੀ ਗੱਲ ਮੈਂ ਹੁਣੇ ਤੁਹਾਨੂੰ ਜਿਵੇਂ ਕਹਿ ਕੇ ਹਟਿਆ ਵੀ ਜਿਹੜੀ ਹੈ ਤੁਸੀਂ ਇੱਕ ਬੱਚੇ ਵਾਲਾ ਜਿਹੜਾ ਉਹ ਬਾਹਰ ਖਤਮ ਕਰੋ ਜੀ, ਅਤੇ ਘੱਟ ਤੋਂ ਘੱਟ ਦੋ, ਅਤੇ ਬਾਕੀ ਜੇ ਬਾਹਰ ਜਾਣਾ ਤਾਂ 4-5 ਵੀ ਪਵਾਂ ਹੋਣ ਜੀ, ਇੱਕ ਬੱਚਾ ਇੱਥੇ ਕੰਮ ਕਰੀ ਜਾਵੇ, 2-3 ਬਾਹਰ ਬਾਹਰ ਤੁਰੇ ਫਿਰਨ ਜੀ, ਉਹ ਇਹ ਚੀਜ਼ ਦੇ ਨਾਲ ਕੋਈ ਮਾੜੀ ਨਹੀਂ ਹੈ ਗੱਲ ਕੋਈ, ਤਾਂ ਇਸ ਤਰ੍ਹਾਂ ਦੀ ਸਾਨੂੰ ਸੋਚ ਅਪਣਾਉਣੀ ਪਊਗੀ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਜੀ, ਜੇ ਬਚਣਾ, ਅਤੇ ਜੇ ਅਸੀਂ ਇਹ ਨਾ ਹਟੇ ਤਾਂ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਡਾਰਕ ਹੈ ਜੀ, ਵੀ ਆਉਣ ਵਾਲੇ 20 ਸਾਲਾਂ 'ਚ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਵੇਂ ਮੋਟਰਾਂ ਲੱਗ ਗਈਆਂ ਹੁਣ, ਅੱਜ ਜਗਣੀਏ ਤਾਂ 16 ਲੱਖ ਟੂਵੈਲ ਚੱਲਦਾ ਪਿਆ ਪੰਜਾਬ 'ਚ ਜੀ, ਅਤੇ 22 ਲੱਖ ਸਮਰਸੀਵਲ ਮੋਟਰਾਂ, ਇੱਕ ਵਰਗ ਕਿਲੋਮੀਟਰ 'ਚ 134 ਟੂਵੈਲ ਆਉਂਦੇ ਆ ਜੀ, ਤਾਂ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 5000 ਲੀਟਰ ਪਾਣੀ ਚਾਹੀਦਾ, ਸਰਦਾਰਾ ਸਿੰਘ ਜੌਲ ਦੀ ਰਿਪੋਰਟ ਹੈ ਜੀ, ਹੈ ਅਤੇ ਜੇ ਉਹ ਸਾਡੀ ਅਸੀਂ ਕੀ ਕਰ ਲਿਆ, ਅਸੀਂ ਪਹਿਲੀ ਲੇਅਰ ਦਾ ਪਾਣੀ ਖਤਮ ਕਰ ਲਿਆ, ਅਸੀਂ ਦੂਜੀ ਲੇਅਰ ਦਾ 300 ਫੁੱਟ ਤੱਕ ਖਤਮ ਕਰ ਲਿਆ, ਹੁਣ 700 ਫੁੱਟ 'ਤੇ ਬੈਠੇ ਹਾਂ, ਸਾਡਾ 1 ਕਰੋੜ ਰੁਪਈਆ ਸਾਡਾ ਬੋਰ ਡੂੰਘੇ ਕਰਨ 'ਤੇ ਖਰਚ ਲੱਗ ਖਰਚਾ ਲੱਗ ਰਿਹਾ। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਰਾਂਗਾ ਵੀ ਸਾਡੇ ਸਿਰਫ ਨਹਿਰਾਂ ਦਾ ਪਾਣੀ 27% ਲੱਗਦਾ, 24-27% ਜੀ,
ਤੇ ਅਸੀਂ ਜਦੋਂ ਸਾਡੇ ਕੋਲ ਪੰਜਾਂ ਦਰਿਆਵਾਂ ਦੀ ਧਰਤੀ ਹੈ, ਢਾਈ ਦਰਿਆ ਸਾਨੂੰ ਆਏ ਹੈ, ਅਸੀਂ ਕਿਉਂ ਅਸੀਂ ਬਿਜਲੀ ਤੇ ਹੁਣ ਗੌਰਮੈਂਟ ਦੀ ਪੋਲਿਸੀ ਹੈ ਬਿਜਲੀ ਫ੍ਰੀ ਕਰ ਦਿਓ, ਆਪੇ ਮੋਟਰਾਂ ਲਾਈ ਜਾਣਗੇ, ਨਹਿਰ ਦਾ ਪਾਣੀ ਇਹਨਾਂ ਨੇ ਮੰਗਣਾ ਨਹੀਂ ਇਸ ਦੂਜਿਆਂ ਨੂੰ, ਕੁਝ ਰਾਜਸਥਾਨ ਨੂੰ ਦੇ ਦਿਆਂਗੇ, ਕੁਛ ਹਿਮਾਚਲ ਨੂੰ ਦੇ ਦਿਆਂਗੇ, ਕੁਛ ਚੰਡੀਗੜ੍ਹ ਨੂੰ ਦੇਣਾ, ਕੁਝ ਦਿੱਲੀ ਨੂੰ ਦੇ ਦਿਆਂਗੇ, ਇਹ ਰੌਲਾ ਨਹੀਂ ਪਾਉਣਗੇ, ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਬਿਜਲੀ ਤੋਂ ਕੀ ਕਰਨਾ ਲੈ ਕੇ, ਤੁਸੀਂ ਆਖੋ ਜੀ ਨਹਿਰਾਂ ਦਾ ਪਾਣੀ ਲਾਵਾਂਗੇ, ਨਹਿਰਾਂ ਦਾ ਪਾਣੀ ਉੱਪਰੋਂ ਆਉਂਦਾ ਹੈ ਵਾਕੇ ਪਹਾੜਾਂ ਤੇ, ਉਹਦੇ 'ਚ ਖਣਿਜ ਘੁਲ ਕੇ ਆਉਂਦੇ ਆ, ਬਿਲਕੁਲ ਖਣਿਜ ਘੁਲ ਕੇ ਆਉਂਦੇ, ਉਹ 'ਚ ਰੇਤ ਆਉਂਦੀ ਹੈ, ਨਵੀਂ ਲੇਅਰ ਇੱਕ ਮਿੱਟੀ ਦੀ ਵਿਛਦੀ, ਬਿਲਕੁਲ ਜੀ, ਅਤੇ ਜਿਹੜੀਆਂ ਮੋਟਰਾਂ ਦੇ ਪਾਣੀ ਨਾਲ ਤਾਂ ਪਾਣੀ ਜਦੋਂ 700 ਫੁੱਟ ਤੱਕ ਪਹੁੰਚ ਗਿਆ ਤਾਂ ਪੰਜਾਬ ਤਾਂ ਬੰਜਰ ਹੋਊਗਾ, ਬੰਜਰ ਹੋ ਗਿਆ ਹੋਊਗਾ, ਬਿਲਕੁਲ ਜਾਣੀ ਪਾ, ਜਿੱਥੇ ਅਸੀਂ ਮੋਟਰ ਦਾ ਪਾਣੀ ਕਿਤੇ ਵੀ ਮੋਟਰ ਦਾ ਪਾਣੀ ਚੰਗਾ ਨਹੀਂ ਗਾ ਜੀ, ਜੇ ਸਾਨੂੰ ਇੱਕ ਦੋ ਪਾਣੀ ਅਸੀਂ ਮੋਟਰਾਂ ਦੇ ਲਾ ਲਏ ਨਾ, ਹਾਂਜੀ ਸਾਨੂੰ ਮਤਲਬ ਦੋ ਤਿੰਨ ਪਾਣੀ ਸਾਨੂੰ ਕੱਸੀ ਦੇ ਲਾਉਣੇ ਪਾਣੀਗੇ, ਨਹੀਂ ਫਸਲ ਨਹੀਂ ਹੋਣੀ, ਨਹੀਂ ਹੋਣੀ, ਤਾਂ ਇਹ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਪਊਗਾ ਜੀ, ਤਾਂ ਇਹ ਸਾਨੂੰ ਜ਼ਰੂਰੀ ਨੇ, ਬਿਲਕੁਲ ਜੀ, ਤਾਂ ਇਹ ਇਹ ਚੀਜ਼ਾਂ ਦੇ ਨਾਲ ਅੱਜ ਦੇ ਮੈਂ ਜਾਣੀ ਦਿਹਾੜੀ ਦੇ ਵਿੱਚ ਤੁਹਾਨੂੰ ਮੈਂ ਅੱਜ ਦੇ ਜਿਹੜੀ ਆਪਣੀ ਪੋਡਕਾਸਟ ਹੈ ਇਹਦੇ ਵਿੱਚ ਮੈਂ ਇੰਨਾ ਕੁ ਗੱਲਾਂ ਤੁਹਾਡੇ ਨਾਲ ਮੈਂ ਕਰਕੇ ਇਸਨੂੰ ਮੈਂ ਖਤਮ ਕਰਨਾ ਚਾਹੁੰਦਾ ਹੁਣ ਮੈਂ ਜੀ ਜੀ, ਹੁਣ ਹੋਰ ਕੋਈ ਸਵਾਲ ਤੁਹਾਡੇ ਮਨ 'ਚ ਹੈ ਤਾਂ ਉਹ ਦੱਸੋ, ਮਤਲਬ ਕਿ ਆਪਾਂ ਜਿਹੜੇ ਵਿਸ਼ਿਆਂ ਨੂੰ ਲੈ ਕੇ ਅੱਜ ਦੀ ਇਹ ਪੋਡਕਾਸਟ ਸ਼ੁਰੂ ਕੀਤੀ ਸੀ, ਮੇਰੇ ਖਿਆਲ ਦੇ ਵਿੱਚ ਕੁਛ ਰਹਿ ਨਹੀਂ ਗਿਆ, ਬਹੁਤ ਚੀਜ਼ਾਂ ਨੂੰ ਜਿਨ੍ਹਾਂ ਨੂੰ ਅੱਜ ਆਪਾਂ ਟੱਚ ਕਰ ਗਏ ਹਾਂ, ਸਿਹਤ ਤੋਂ ਲੈ ਕੇ ਸਾਡੇ ਕਿਸਾਨਾਂ ਦੇ ਮੁੱਦਿਆਂ ਤੋਂ ਲੈ ਕੇ ਸਾਡੇ ਪੰਜਾਬ ਦੇ ਹਾਲਾਤਾਂ ਨੂੰ, ਤਕਰੀਬਨ ਆਪਾਂ ਕਾਫੀ ਜਿਹੜੇ ਵਿਸ਼ਿਆਂ ਨੂੰ, ਹਾਂ ਮਤਲਬ ਜਿਹੜੀ ਹੈ ਸਿੰਪਲ ਗੱਲਬਾਤ 'ਚ ਤਾਂ ਮਤਲਬ ਆਪਣਾ ਕਾਫੀ ਕੁਝ ਕਵਰ ਹੋ ਗਿਆ ਜੀ ਜੀ, ਆਪਣਾ ਮਕਸਦ ਇਹ ਸੀ ਕਿ ਆਪਣੇ ਇੱਥੋਂ ਸੁਣਨ ਵਾਲੇ ਸਰੋਤਿਆਂ ਨੂੰ ਸਮਝ ਆਵੇ ਕਿ ਅਸੀਂ ਹੈ ਕੀ ਸੀ, ਪਰ ਅੱਜ ਅਸੀਂ ਆਪਣੇ ਆਪ ਨੂੰ ਬਣਾ ਕੀ ਲਿਆ, ਅੱਜ ਮੈਂ ਦੇਖ ਲਓ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ, ਹਾਂਜੀ ਮੈਂ ਦੇਖ ਲਓ ਹੁਣ ਵੀ ਪਜਾਮਾ ਕੁੜਤਾ ਪਾਉਣਾ, ਜੁੱਤੀ ਪਾਉਣਾ ਮੇਰੇ ਸਿੰਪਲ, ਹਾਂਜੀ, ਔਰ ਮੈਂ ਕਾਲਜ 'ਚ ਵੀ ਇੱਦਾਂ ਹੀ ਪੜ੍ਹਾਉਣ ਉੱਠ ਜਾਂਦਾ ਸੀ, ਬਿਲਕੁਲ ਜੇ ਤੁਹਾਡੇ 'ਚ ਕੋਈ ਗੁਣ ਹੀ ਨਹੀਂ, ਤੁਹਾਨੂੰ ਪੜ੍ਹਾਉਣਾ ਨਹੀਂ ਆਉਂਦਾ ਤਾਂ ਭਾਵੇਂ ਤੁਸੀਂ ਪੈਂਟਾਂ ਕੋਟ ਪਾਈ ਚੱਲੋ, ਉਹਦਾ ਫਾਇਦਾ ਹੀ ਨਹੀਂ ਗਾ, ਫਾਇਦਾ ਹੀ ਨਹੀਂ, ਪਰ ਮੇਰੇ ਬੱਚੇ ਕਦੇ ਮੈਨੂੰ ਕਿਸੇ ਬੱਚੇ ਨੇ ਤੰਗ ਨਹੀਂ ਆਇਆ ਕੀਤਾ, ਨਾ ਸ਼ਿਕਾਇਤ ਆਈ ਸੀ, ਬੜੇ ਮਤਲਬ ਸਾਰੇ ਨੌਕਰੀਆਂ 'ਤੇ ਲੱਗੇ ਹੋਏ ਆ, ਰਿਸਪੈਕਟ ਕਰਦੇ, ਹੁਣ ਵੀ ਮੇਰੇ ਨਾਲ ਜੁੜੇ ਹੋਏ ਆ ਜੀ ਜੀ, ਮੈਂ ਹੁਣ ਵੀ ਥੋੜ੍ਹਾ ਬਹੁਤਾ ਮੈਂ ਲਿਖਦਾ ਰਹਿੰਦਾ, ਹਾਂਜੀ, ਅਤੇ ਆਪਣੇ ਮੋਬਾਈਲ ਦੇ ਉੱਪਰ ਤਾਂ ਬੜੀ ਚੰਗੀ ਰਿਸਪੋਂਸ ਮਿਲਦੀ ਹੈ ਜੀ, ਅਤੇ ਜੀਵਨ 'ਚ ਆਨੰਦ ਬਣਿਆ ਰਹਿੰਦਾ, ਤਾਂ ਮਿੱਤਰ ਨਾਲ ਮੇਰੇ ਕੋਲ ਮੈਨੂੰ ਮਿਲਣਾ, ਬਾਬਾ ਜੀ ਹਰ ਐਤਵਾਰ ਆ ਜਾਂਦੇ ਆ, ਹੋਰ ਵੀ ਮਿੱਤਰ ਆ ਜਾਂਦੇ ਆ ਵੀ ਬਾਹਰਲੇ ਮੁਲਕਾਂ ਤੋਂ, ਜੋਰਜੀਆ ਤੋਂ ਆਇਆ, ਕੋਈ ਕੈਨੇਡਾ ਤੋਂ ਆਏ, ਅਮਰੀਕਾ ਤੋਂ ਆਏ, ਤਾਂ ਜ਼ਿੰਦਗੀ ਬੜੀ ਰੌਚਕ, ਬਿਲਕੁਲ, ਅਤੇ ਸ਼ਾਂਤਮਾਈ ਅਤੇ ਸਹਿਜ ਵਿੱਚ ਚੱਲ ਰਹੀ ਹੈ ਜੀ, ਅਤੇ ਮੈਂ ਕਹਿੰਦਾ ਜੇ ਤੁਸੀਂ ਵੀ ਐਂ ਹੀ ਚੱਲ ਸਿੰਪਲ ਜਿਹੇ ਹੋ ਕੇ ਚੱਲੋ ਜੀ, ਤਾਂ ਜ਼ਿੰਦਗੀ ਨਾ ਕੋਈ ਬਿਮਾਰੀ ਲੱਗੂਗੀ ਜੀ, ਨਾ ਤੁਹਾਨੂੰ ਕੋਈ ਚਿੰਤਾ ਸਤਾਊਗੀ ਜੀ, ਤੁਹਾਨੂੰ ਭੁੱਖ ਵੀ ਲੱਗੂਗੀ, ਤੁਹਾਨੂੰ ਨੀਂਦ ਵੀ ਚੰਗੀ ਆਊਗੀ, ਤੁਹਾਨੂੰ ਬੇਚੈਨੀ ਨਹੀਂ ਰਹੂਗੀ, ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਹੀਂ ਹੋਊਗੀ, ਤੁਹਾਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੋਊਗੀ, ਤੁਹਾਨੂੰ ਮਤਲਬ ਹੋਰ ਕੋਈ ਜਿਹੜੀ ਹੈ ਆਹ ਕੈਂਸਰ ਕੂੰਸਰ ਵਗੈਰਾ ਕੁਛ ਨਹੀਂ ਹੋਊਗਾ, ਪਰ ਥੋੜ੍ਹਾ ਜਿਹਾ ਮੈਂ ਇਹ ਫਿਰ ਸੁਨੇਹਾ ਦਿੰਦਾ ਮੈਂ ਵੀ ਜਿਹੜੇ ਜ਼ਿਮੀਂਦਾਰ ਲੋਕ ਜਿਹਨਾਂ ਕੋਲ ਜ਼ਮੀਨਾਂ ਹੈਗੀਆਂ, ਇੱਕ ਕਨਾਲ ਸਬਜ਼ੀ ਅਤੇ ਇੱਕ ਕਨਾਲ ਫਰੂਟ ਉਹ ਜ਼ਰੂਰ ਲਾਉਣ, ਅਤੇ ਜਿਹੜੇ ਲੋਕਾਂ ਨੇ ਸ਼ਹਿਰ 'ਚ ਵੀ ਰਹਿੰਦੇ ਆ, ਘਰਾਂ ਘੁਰਾਂ ਦੇ ਵਿੱਚ ਰਹਿੰਦੇ ਆ, ਥੋੜ੍ਹੇ ਬਹੁਤੇ ਉਹ ਵੀ ਫਰੂਟ ਫਰਾਟ ਦੇ ਬੂਟੇ ਲਾਉਣ, ਬਿਲਕੁਲ ਇਹਦੇ ਨਾਲ ਹਵਾ ਸਾਫ਼ ਸੁਥਰੀ ਹੋਊਗੀ, ਨਾਲੇ ਇਹਦੇ ਨਾਲ ਟੈਂਪਰੇਚਰ ਘਰਾਂ ਦਾ ਡਾਊਨ ਰਹੂਗਾ ਜੀ, ਨਾਲੇ ਕੁਛ ਉਹਦੀ ਉਪਲਬਧੀ ਵੀ ਹੋਊਗਾ, ਨਾਲੇ ਪੁੰਨ ਅਤੇ ਨਾਲੇ ਫਲੀਆਂ, ਬਿਲਕੁਲ ਜੀ, ਤਾਂ ਜਾਣੀ ਇਸ ਕੰਮ ਦਾ ਸਾਖ ਦਾ ਉਹ ਕੰਮ ਕਰੋ ਜਿਹਦੇ 'ਚ ਕੁਦਰਤ ਦਾ ਵਿਨਾਸ਼ ਨਹੀਂ ਹੁੰਦਾ ਅਤੇ ਫਾਇਦਾ ਵੀ ਹੁੰਦਾ, ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਜਿਵੇਂ ਖੁੱਲ੍ਹੇ ਸਮੇਂ ਦੇ ਵਿੱਚ ਆਪਾਂ ਮੇਰੇ ਹਿਸਾਬ ਨਾਲ ਮਤਲਬ ਕਿ ਬਹੁਤ ਸੁਹਿਰਦਤਾ ਵਾਲੀਆਂ ਗੱਲਾਂ ਜਿਹੜੀਆਂ ਅੱਜ ਦੇ ਟਾਈਮ 'ਚ ਸਾਨੂੰ ਲੋੜ ਆ, ਜਿਹੜੀਆਂ ਚੀਜ਼ਾਂ ਤੋਂ ਅੱਜ ਅਸੀਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਛੱਡ ਕੇ ਅੱਜ ਆਪਣਾ ਨੁਕਸਾਨ ਜਾਂ ਡਿਵੈਲਪਮੈਂਟ ਦੇ ਨਾਂ 'ਤੇ ਜਾਂ ਪੁਨਰਵਾਸ ਦੇ ਨਾਂ 'ਤੇ ਆਪਾਂ ਕਰਾ ਚੁੱਕੇ ਹਾਂ, ਹੈ ਨਾ, ਅਤੇ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ ਪੋਡਕਾਸਟ ਦੇ ਵਿੱਚੋਂ ਬਹੁਤ ਕੁਛ ਤੁਸੀਂ ਸਿੱਖਿਆ ਹੋਊਗਾ, ਬੜਾ ਕੁਛ ਤੁਹਾਨੂੰ ਸਿੱਖਣ ਨੂੰ ਮਿਲੇਗਾ, ਅਤੇ ਕੋਸ਼ਿਸ਼ ਕਰੀਏ ਕਿ ਅਸੀਂ ਇਹਨਾਂ ਗੱਲਾਂ 'ਤੇ ਅਮਲ ਕਰੀਏ,
ਇਹਨਾਂ ਗੱਲਾਂ 'ਤੇ ਅਸਰ ਕਰੀਏ। ਇੱਕ ਗੱਲ ਕਰ ਜਾਣੀ ਜਾਂ ਸੁਣ ਲੈਣੀ ਇੱਥੇ ਹੀ ਬਸ ਨਹੀਂ, ਅਸਰ ਹੋਣਾ ਬਹੁਤ ਜ਼ਰੂਰੀ ਆ। ਇਹਨਾਂ ਗੱਲਾਂ 'ਤੇ ਅਸਰ ਕਰਕੇ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਘਰਾਂ ਦੇ ਵਿੱਚ ਅਪਣਾਈਏ ਤਾਂ ਜੋ ਅਸੀਂ ਸੁਖੀ ਜੀਵਨ, ਇੱਕ ਚੰਗਾ ਜੀਵਨ, ਇੱਕ ਸੁਚੱਜਾ ਜੀਵਨ ਅਤੇ ਇੱਕ ਸਿੰਪਲ ਜੀਵਨ ਜਿਉਂ ਕੇ ਆਪਣੀ ਇਸ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਆਨੰਦਮਈ ਬਣਾ ਸਕੀਏ। ਡਾਕਟਰ ਸਾਹਿਬ ਹੁਣਾਂ ਦਾ ਬਹੁਤ ਧੰਨਵਾਦ, ਅੱਜ ਡਾਕਟਰ ਸਾਹਿਬ ਨਾਲ ਮਿਲਾਉਣ ਦੇ ਲਈ ਮੇਰੇ ਵੀਰ ਗੁਰਵਿੰਦਰ ਸਿੰਘ ਜੀ ਸਿੱਖਾਂ ਵਾਲਿਆਂ ਨੇ ਮਤਲਬ ਡਾਕਟਰ ਸਾਹਿਬ ਦੇ ਨਾਲ ਮਿਲਾਇਆ, ਮੁਲਾਕਾਤ ਕਰਵਾਈ। ਸਰਦਾਰ ਬਾਬਾ ਜੀ ਹੁਣੇ ਉਹਨਾਂ ਨੇ ਤੁਹਾਡੇ ਤੱਕ ਮਤਲਬ ਕਿ ਪਹੁੰਚ ਕੀਤੀ, ਸਾਡੇ ਨਾਲ ਮਿਲਾਉਣ ਦੇ ਵਿੱਚ ਪੂਰਾ ਸਹਿਯੋਗ ਦਿੱਤਾ, ਉਹਨਾਂ ਦੋਹਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਅਖੀਰ 'ਤੇ ਬਹੁਤ ਧੰਨਵਾਦ ਤੁਹਾਡਾ, ਫਿਰ ਤੋਂ ਕਦੇ ਸਬੱਬ ਬਣਿਆ ਆਪਾਂ ਫਿਰ ਕਦੇ ਨਵੀਂ ਪੋਡਕਾਸਟ ਦੇ ਵਿੱਚ ਡਾਕਟਰ ਸਾਹਿਬ ਨਾਲ ਅਸੀਂ ਤਾਂ ਹੁੰਦੇ ਆ ਕਿ ਨਾ ਆ ਕੇ ਹਾਰਟ ਸੁੱਕੇ ਅਤੇ ਨਾ ਸੌਣ ਹਰੇ। ਹਾਂਜੀ, ਉਹ ਕਹਿੰਦਾ ਕਿ ਲੈਂਦੇ ਤੈਨੂੰ ਚੋਲ ਆਈ ਜਾਣ, ਯਾਰਾਂ ਨੇ ਤਾਂ ਘਾਹ ਹੀ ਖਾਣਾ, ਆਪਾਂ ਤਾਂ ਜਿਹੜਾ ਕਮਾਈ ਕਰ ਲਈ ਕਰ ਲਈ, ਹੁਣ ਮਤਲਬ ਵੀ ਇਹ ਸਮਾਜ ਦੇ ਲੇਖੇ ਹੀ ਹੈ। ਜੀ ਜੀ, ਤਾਂ ਤੁਹਾਡਾ ਇੱਥੇ ਆਉਣ 'ਤੇ ਸਮੁੱਚੀ ਟੀਮ ਦਾ, ਹਾਂਜੀ ਪ੍ਰਗਟ ਸਿੰਘ ਮੁਦਕੀ ਯੂਟਿਊਬ ਚੈਨਲ ਵਾਲਿਆਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜੀ, ਤੁਸੀਂ ਆਪਣੇ ਐਫਰਟਸ ਕੀਤੇ, ਇਹਦੇ ਤੱਕ ਪਹੁੰਚ ਕੀਤੀ। ਜੀ ਜੀ, ਹੋ ਸਕਦਾ ਹੈ ਕਿ ਸਾਡੇ ਉਹਨਾਂ ਸਰੋਤਿਆਂ ਦਾ ਅਤੇ ਦਰਸ਼ਕਾਂ ਦਾ ਵੀ ਧੰਨਵਾਦ, ਜਿਹੜੇ ਮੇਰੀ ਅੱਗੇ ਵੀ ਮੈਨੂੰ ਬੜੀ ਚੰਗੀ ਰਿਸਪੋਂਸ ਦਿੰਦੇ ਰਹੇ ਆ ਅਤੇ ਹੁਣ ਵੀ ਬੜੀ ਚੰਗੀ ਰਿਸਪੋਂਸ ਦੇਣਗੇ। ਅਤੇ ਇਹਦੇ ਵਿੱਚ ਹੋ ਸਕਦਾ ਮੈਂ ਕੋਈ ਗਲਤ ਸ਼ਬਦ ਬੋਲ ਗਿਆ ਹੋਵਾਂ ਅਤੇ ਭੁੱਲ ਚੁੱਕ ਭਾਈ ਮਾਫ਼ ਕਰਨਾ, ਅਤੇ ਕਿਉਂਕਿ ਇਸ ਉਮਰ 'ਚ ਆ ਕੇ ਜਿਹੜਾ ਨਾ ਕਈ ਵਾਰੀ ਬੰਦਾ ਇਮੋਸ਼ਨਲ ਹੋ ਜਾਂਦਾ ਅਤੇ ਕਈ ਗੱਲਾਂ ਨਾ ਚਾਹੁੰਦਿਆਂ ਹੋਇਆ ਵੀ ਬੋਲ ਚਾਹੀਦੀਆਂ, ਤਾਂ ਭਾਈ ਇੰਨਾ ਕੁ ਜਿਹੜਾ ਮਾਫ਼ ਕਰਨਾ, ਅਤੇ ਅਸੀਂ ਇਹ ਆਉਂਦੇ ਰਹਿਣਗੇ ਸਾਡੇ ਕੋਲ, ਅਸੀਂ ਇਹ ਜਿਹੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਸਾਰੇ ਸੁਣਨ ਵਾਲੇ ਸਰੋਤਿਆਂ ਦਾ, ਬਹੁਤ ਧੰਨਵਾਦ ਜੀ। ਚੈਨਲ ਨੂੰ ਸ਼ੇਅਰ ਕਰ ਦਿਉ, ਸਬਸਕ੍ਰਾਈਬਰ ਕਰੋ, ਇਹ ਵੀਡੀਓ ਨੂੰ ਖਾਸ ਤੌਰ 'ਤੇ ਸ਼ੇਅਰ ਕਰੋ, ਅੱਗੇ ਤੋਂ ਅੱਗੇ ਕਹਿ ਲਓ ਕਿ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਓ, ਤਾਂ ਜੋ ਇਹਦੇ ਵਿੱਚੋਂ ਸਾਨੂੰ ਘਰੇਲੂ ਤੌਰ 'ਤੇ ਪਰਿਵਾਰਕ ਤੌਰ 'ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲਾਈਕ ਅਤੇ ਆਪਣੇ ਸੁਝਾਅ ਕਮੈਂਟ ਰਾਹੀਂ ਦਿਓ। ਅੱਗੇ ਅਗਲੀਆਂ ਪੋਡਕਾਸਟਾਂ ਸਾਡੀਆਂ ਕਿੱਦਾਂ ਦੀਆਂ ਹੋਣ, ਕਿੱਦਾਂ ਦੇ ਵਿਸ਼ੇ 'ਤੇ ਕਿੱਦਾਂ ਦੇ ਚਿਹਰਿਆਂ ਨਾਲ ਗੱਲਬਾਤ ਕਰੀਏ, ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਦੇ ਸਕਦੇ ਹੋ। ਬਹੁਤ ਧੰਨਵਾਦ ਡਾਕਟਰ ਸਾਹਿਬ ਹੁਣਾਂ ਦਾ, ਸਾਰੇ ਸਰੋਤਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।